ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐ ਪੰਜਾਬੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸਿੰਘ ਬਿਦਵਾਲੀ ਜਿਹੜਾ ਪਾਣੀ ਜਹਾਜ਼ ਨੂੰ ਸੰਭਾਲਦਾ ਹੈ ਕਦੇ ਉਹੀ ਪਾਣੀ ਜਹਾਜ਼ ਨੂੰ ਡਬੋ ਵੀ ਦਿੰਦਾ ਹੈ ਰਤਨ ਜੀ ਕੀ ਹਾਲ ਚਾਲ ਨੇ ਵਧੀਆ ਜੀ ਚੜਦੀ ਕਲਾ ਠੀਕ ਠਾਕ ਜੀ ਬਿਲਕੁਲ ਬਿਲਕੁਲ ਸਾਡੇ ਤੁਸੀਂ ਬਹੁਤ ਦੂਰ ਬੈਠੇ ਹੋ ਤੇ ਮਾਹੌਲ ਠੀਕ ਹੈ ਇੱਥੇ ਜੀ ਹਾਂ ਜੀ ਹਾਂ ਜੀ ਹਾਂ ਮਾਹੌਲ ਚੜਦੀ ਕਲਾ ਦਾ ਤੇ ਬਹੁਤ ਵਧੀਆ ਲੱਗ ਰਿਹਾ ਵੀ ਸਾਡੇ ਪੰਜਾਬੀ ਭੈਣ ਭਰਾਵਾਂ ਨੇ ਇੱਥੇ ਇਨੀ ਤਰੱਕੀ ਕਰੀ ਵੀ ਆ ਤੇ ਆਪਾਂ ਇੱਕ ਸਾਬ ਦਾ ਕਹਿ ਸਕਦੇ ਆ ਵੀ ਇੱਥੇ ਵੀ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੀ ਪੂਰੀ ਤੂਤੀ ਬੋਲਦੀ ਅੱਗੇ ਤਾਂ ਆਪਾਂ ਮਤਲਬ ਉੱਥੇ ਬਹਿ ਕੇ ਗੱਲ ਕਰਦੇ ਸੀ ਮਤਲਬ ਜਦੋਂ ਆਪਾਂ ਆ ਕੇ ਫਿਰ ਉਹ ਫੀਲ ਕਰਦੇ ਆ ਨਾ ਸਾਰੀ ਚੀਜ਼ ਨੂੰ ਅੱਖਾਂ ਦੇ ਸਾਹਮਣੇ ਜਿਹੜੀ ਚੀਜ਼ ਦੇਖਦੇ ਆਂ ਤਾਂ ਫਿਰ ਉਹ ਪਤਾ ਲੱਗਦਾ ਹੈਗਾ ਵੀ ਹਾਂ ਠੀਕ ਆ ਆਪਣੇ ਭਰਾਵਾਂ ਨੇ ਵਾਕਈ ਇਤਰੱਕੀ ਕੀਤੀ ਆ ਤੇ ਬਹੁਤ ਵਧੀਆ ਕਾਰਜ ਕਰ ਰਹੇ ਨੇ ਆਪਣੇ ਬੰਦੇ ਬਿਲਕੁਲ ਜਿਹੜੇ ਪੰਜਾਬ ਵੀ ਨਹੀਂ ਭੁੱਲੇ ਪੰਜਾਬ ਦੀਆਂ ਸਾਰੀਆਂ ਜਿਵੇਂ ਅਸੀਂ ਕੱਲ ਕਿਸੇ ਪ੍ਰੋਗਰਾਮ ਦੇ ਵਿੱਚ ਸੀ ਉਹੀ ਵਿਰਾਸਤੀ ਖਾਣੇ ਉਹੀ ਵਿਰਾਸਤੀ ਗੱਲਾਂ ਉਹੀ ਮਤਲਬ ਗਿੱਧਾ ਪੰਗੜਾ ਸਭ ਕੁਝ ਬਹੁਤ ਵਧੀਆ ਹੂੰ ਹਾਂਜੀ ਤੁਹਾਨੂੰ ਫਿਰ ਇਹ ਮਹਿਸੂਸ ਹੋਇਆ ਕਿ ਮੈਂ ਵਿਦੇਸ਼ 'ਚ ਆ ਕਿ ਕਿਤੇ ਪੰਜਾਬ 'ਚ ਹੀ ਆ ਹਾਂ ਦੇਖ ਕੇ ਜ਼ਰੂਰ ਲੱਗਦਾਗਾ ਕਿ ਵਿਦੇਸ਼ 'ਚ ਆ ਜਾਂ ਕਈ ਚੀਜ਼ਾਂ ਤੋਂ ਪਰ ਉਵੇਂ ਨਹੀਂ ਹਾਂ ਜਦੋਂ ਆਪਣੇ ਭੈਣ ਭਰਾਵਾਂ ਨੂੰ ਮਿਲਦੇ ਆਂ ਤੇ ਕਈ ਇਹੋ ਜਿਹੇ ਬੰਦੇ ਵੀ ਮਿਲੇ ਜਿਹੜੇ ਆਪਣੇ ਮਤਲਬ ਪੰਜਾਬੀ ਨਹੀਂ ਪਰ ਉਹ ਬਸ ਪੰਜਾਬੀ ਬੋਲਦੇ ਆ ਤਾਂ ਇਹ ਵੀ ਮਾਨ ਵਾਲੀ ਗੱਲ ਆ ਹੂੰ ਹਾਂਜੀ ਤੇ ਤੁਹਾਡੇ ਕੋਲ ਠੰਡ ਠੰਡ ਕਾਫੀ ਹੈ ਤੁਸੀਂ ਜੈਕਟ ਜੂਟਾ ਪਾਈ ਬੈਠੇ ਹੋ ਜੀ ਹਾਂਜੀ ਹਾਂ ਬਈ ਇੱਥੇ ਠੰਡ ਆ ਇੱਥੇ ਇਥੇ ਕਾਫੀ ਟੈਂਪਰੇਚਰ ਤੁਹਾਡੀ ਇਹ ਮਾੜੀ ਗੱਲ ਆ ਕਿ ਮਾੜੇ ਮੁੰਡੇ ਠੰਡ ਸਾਡੇ ਵਾਲੀ ਕੱਲੋ ਇਸ ਤਾਂ ਇੱਥੇ ਮੁੜਕਾ ਮੁੜਕੀ ਹੋਈ ਜਾਂਨੇ ਆ ਬਸ ਭੇਜ ਦਾਂਗੇ ਨਾਲ ਹੀ ਲੈ ਕੇ ਆਵਾਂਗੇ ਜੀ ਠੀਕ ਆ ਜੀ ਹਾਂ ਤੇ ਚਲੋ ਆਪਾਂ ਹੁਣ ਅੱਗੇ ਸਿਆਸਤ ਦੇ ਵੱਲ ਬਿਲਕੁਲ ਜੀ ਬਿਲਕੁਲ ਬਿਲਕੁਲ ਹੂੰ ਹੂੰ ਮਤਲਬ ਇੱਕ ਖਬਰ ਨੇ ਜਿਹਨੇ ਸਾਰੀ ਲੋਕ ਸਭਾ ਚੋਣ ਤੋਂ ਬਾਅਦ ਸੁਰਖੀਆਂ ਬਟੋਰੀਆਂ ਹੋ ਸੀ ਕੰਗਨਾਰ ਨੌਤ ਤੇ ਕੁਲਵਿੰਦਰ ਕੌਰ ਦਾ ਮਾਮਲਾ ਜੀ ਹੂੰ ਤਦ ਉਸ ਤੋਂ ਬਾਅਦ ਤਾਂ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਐਨਡੀਏ ਨਹੀਂ ਕੋਈ ਇੰਡੀਆ ਨਹੀਂ ਕਿਹਦੇ ਕਿੰਨੇ ਐਮਪੀ ਆ ਕਿਹਦੇ ਕੋਲੇ ਕੀ ਕੋਸ਼ਾ ਕੋਈ ਡਿਪਾਰਟਮੈਂਟ ਮੰਗ ਰਿਹਾ ਕੁਝ ਨਹੀਂ ਸੀ ਮਤਲਬ ਨੈਸ਼ਨਲ ਮੀਡੀਆ ਹੋਵੇ ਸੋਸ਼ਲ ਮੀਡੀਆ ਹੋਵੇ ਸਭ ਪਾਸੇ ਇਹ ਮੁੱਦਾ ਛਾਇਆ ਪਿਆ ਸੀ ਜੀ ਬਿਲਕੁਲ ਹਾਂ ਤਾਂ ਮਤਲਬ ਸ਼ੁਰੂਆਤ ਕਿੱਥੋਂ ਹੁੰਦੀ ਹੈ ਪਹਿਲਾਂ ਆਪਾਂ ਥੋੜਾ ਐਕਸਪਲੇਨ ਕਰ ਦਈਏ ਕਿ ਕੰਗਨਾਰ ਨਾਉਤ ਹਿਮਾਚਲ ਤੋਂ ਜਾ ਰਹੀ ਸੀ ਦਿੱਲੀ ਚੰਡੀਗੜ੍ਹ ਆਇਆ ਚੰਡੀਗੜ੍ਹ 에어ਪੋਰਟ ਤੋਂ ਜਾਣਾ ਸੀ ਉਹਨਾਂ ਨੇ ਦਿੱਲੀ ਉਦੋਂ ਪ੍ਰੋਗਰਾਮ ਸੀਗਾ ਸਾਰੇ ਜਿਹੜੇ ਸੱਦੇ ਆ ਲੀਡਰ ਹਮ ਐਨਡੀਏ ਦੇ ਬਿਲਕੁਲ ਤੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਸੀ ਤੇ ਜਦੋਂ ਚੈਕਿੰਗ ਹੁੰਦੀ ਆ ਤੇ ਉਦੋਂ ਫਿਰ ਕੁਲਵਿੰਦਰ ਕੌਰ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਫੋਨ ਤੇ ਨਾ ਪਰਸ ਜਿਹੜਾ ਉਹ ਟ੍ਰੇਜ ਰੱਖੋ ਕਿਤੇ ਸਾਰੀ ਇਹ ਤਲਾਸ਼ੀ ਲਈ ਜਾਂਦੀ ਆ ਜੀ ਬਿਲਕੁਲ ਉੱਥੇ ਕੰਗਨਾਰ ਨੌਦ ਕਹਿੰਦੀ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਤਾਂ ਅੰਕੋ ਕੁਲਵਿੰਦਰ ਕੌਰ ਦਾ ਜਵਾਬ ਸੀ ਕਿ ਇਸ ਤੋਂ ਤੁਹਾਨੂੰ ਜਾਣਦੇ ਆ ਤੇ ਇਸ ਤੋਂ ਬਾਅਦ ਫਿਰ ਮਾਹੌਲ ਗਰਮਾ ਜਾਂਦਾ ਜੀ ਮਤ ਜਿਹੜੀ ਅਖਬਾਰਾਂ ਚ ਖਬਰ ਆਈਆਂ ਜਿੰਨੀ ਇੱਕ ਤਾਂ ਗੱਲਬਾਤ ਸਾਹਮਣੇ ਆ ਰਹੀ ਆ ਹੁਣ ਉਸ ਤੋਂ ਬਾਅਦ ਜਿਹੜਾ ਕੰਗਨਾਰ ਨੌਦ ਦਾ ਇਹ ਕਹਿਣਾ ਕਿ ਮੇਰੇ ਥੱਪੜ ਮਾਰਿਆ ਗਿਆ ਬੱਸ ਲੁਕੀ ਕੀਤੀ ਗਈ ਆ ਹਮ ਤਾਂ ਉਹਦਾ ਕੋਈ ਹਜੇ ਪ੍ਰਮਾਣਿਤ ਗੱਲ ਨਹੀਂ ਹੋਈ ਕਿਉਂਕਿ ਅਜੇ ਤੱਕ ਕੁਲਵਿੰਦਰ ਕੌਰ ਦਾ ਕੋਈ ਵੀ ਬਿਆਨ ਰਤਨ ਜੀ ਸਾਹਮਣੇ ਨਹੀਂ ਆਇਆ ਇਹ ਸਿਰਫ ਇੱਕ ਪੱਖਾ ਜੀ ਜੀ ਹਮ ਤੇ ਪਹਿਲਾਂ ਆਪਾਂ ਇਹ ਕਰਦੇ ਆ ਪਲੀਅਰ ਕਿ ਆਪਾਂ ਕਿਸੇ ਜਿੰਨਾ ਕ ਜਿੰਨਾ ਕ ਮੈਂ ਸਮਝਿਆ ਜਾਂ ਜਿੰਨਾ ਕ ਮੈਂ ਇਸੇ ਆਪਦੇ ਆਪਣੇ ਬੰਦਾਗਾ ਕਿਉਂਕਿ ਮੇਰੀ ਗੱਲ ਉਵੇਂ ਤਾਂ ਨਹੀਂ ਹੋ ਸਕੀ ਮੇਰੀ ਗੱਲ ਹੋਈ 2-3 ਮਿੰਟ ਚੰਡੀਗੜ੍ਹ ਹੀ ਕਿਸੇ ਨਾਲ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਗਲਤ ਹੈ ਇਹੀ ਹੋਈ ਆ ਚੈਕਿੰਗ ਨੂੰ ਲੈ ਕੇ ਹਮ ਪਰ ਗੱਲ ਇਹ ਹੈ ਵੀ ਜਿਹੜੀ ਆਪਣੀ ਭੈਣ ਆ ਕੁਲਵਿੰਦਰ ਕੌਰ ਉਹ ਆਪਦੀ ਡਿਊਟੀ ਕਰ ਰਹੀ ਸੀ ਚਾਹੇ ਆਪਾਂ ਹੁਣ ਜਿਵੇਂ ਕਹਿ ਲਈਏ ਵੀ 에어ਪੋਰਟ ਹੋ ਗਿਆ ਜਾਂ ਜਿੱਥੇ ਵੀ ਹੋ ਗਿਆ ਕੋਈ ਵੀ ਗੱਲ ਆ ਜੇ ਆਪਾਂ ਫਰਜ਼ ਕਰੋ ਵੀ ਇਹ ਤਾਂ ਆ ਗਈ ਇੰਟਰਨੈਸ਼ਨਲ ਗੱਲ ਜਾਂ ਨੈਸ਼ਨਲ ਗੱਲ ਜਾਂ 에어ਪੋਰਟ ਦਾ ਜੇ ਆਪਾਂ ਕਿਤੇ ਵੀ ਫਰਜ਼ ਕਰੋ ਆਪਾਂ ਚੈੱਕਅਪ ਕਰਾਉਣ ਜਾਣੇ ਆ ਜਾਂ ਕਿਸੇ ਦਫ਼ਤਰ ਦੇ ਵਿੱਚ ਜਾਂਦੇ ਆ ਚਾਹੇ ਪ੍ਰਾਈਵੇਟ ਦੇ ਵਿੱਚ ਹੀ ਜਾਂਦੇ ਆ ਉੱਥੇ ਆਪਾਂ ਨੂੰ ਉਹਨਾਂ ਦੇ ਹੀ ਰੂਲ ਉਹਨਾਂ ਦੇ ਹੀ ਕਾਨੂੰਨ ਫਾਲੋ ਕਰਨੇ ਪੈਂਦੇ ਆ ਜੋ ਉਹਨਾਂ ਨੇ ਬਣਾਏ ਹੁੰਦੇ ਆ ਚਾਹੇ ਸਰਕਾਰ ਦੇ ਹੋਣ ਚਾਹੇ ਕੋਈ ਪ੍ਰਾਈਵੇਟ ਅਦਾਰਾ ਹੋਵੇ ਜਿਹੜਾ ਕੋਈ ਵੀ ਏਮਪਲੋਏ ਆ ਤੇ ਉਹ ਆਪਣੀ ਡਿਊਟੀ ਕਰਦਾ ਉਹ ਇਹ ਨਹੀਂ ਦੇਖਦਾ ਵੀ ਇਹ ਕੋਈ ਬੰਦਾ ਫੇਮਸ ਸੈਲੀਬ੍ਰਿਟੀ ਆ ਜਾਂ ਕੋਈ ਆਮ ਪਰਸਨ ਆ ਸਾਰਿਆਂ ਨੂੰ ਇੱਕ ਬਰਾਬਰ ਹੀ ਰੱਖਿਆ ਜਾਂਦਾ ਹੈਗਾ ਤੇ ਖਾਸ ਕਰਕੇ ਜੇ ਆਪਾਂ ਇਹ ਸਿਕਿਉਰਟੀ ਵਾਲੀ ਗੱਲ ਕਰਦੇ ਆ ਜਾਂ 에ਰਪੋਰਟ ਦੀ ਗੱਲ ਕਰਦੇ ਆ ਉੱਥੇ ਤਾਂ ਇਹ ਚੀਜ਼ਾਂ ਲਾਜ਼ਮੀ ਆ ਹੂੰ ਜੀ ਬਿਲਕੁਲ ਬਿਲਕੁਲ ਤਾਂ ਹੁਣ ਉਹ ਤੋਂ ਬਾਅਦ ਨਾ ਉਹ ਕੁਲਵਿੰਦਰ ਕੌਰ ਜੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਦੋਂ ਉਹ ਐਕਸਪਲੇਨ ਕਰ ਰਹੀ ਹੁੰਦੀ ਹੈ ਕਿ ਇਹ ਕੰਗਨਾਰ ਨਾ ਉਹ ਹੀ ਆ ਜਿਹੜੀ ਕਿਸਾਨਾਂ ਦੇ ਬਾਰੇ ਬੋਲਦੀ ਸੀ ਜੀ ਜਦੋਂ ਆਪਣੇ ਉਹ ਬਠਿੰਡੇ ਜ਼ਿਲ੍ਹੇ ਦੀ ਮਾਤਾ ਆ ਗਈ ਜਦੋਂ ਉਹਨਾਂ ਬਾਰੇ ਬੋਲਿਆ ਤਾਂ ਉਹਨਾਂ ਨੇ ਮੈਂਸ਼ਨ ਵੀ ਕੀਤਾ ਵੀ ਉਦੋਂ ਮੇਰੇ ਮਾਤਾ ਜੀ ਵੀ ਉੱਥੇ ਧਰਨੇ 'ਚ ਖੁਦ ਬੈਠੇ ਸੀ ਹਮ ਦੇਖੋ ਜੀ ਇੱਕ ਤਾਂ ਕਲੀਅਰ ਘਟਾ ਪਰਮੀਤ ਇਹਨੂੰ ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੀ ਹੁਣ ਮੈਂ ਅੱਗੇ ਲਾਈਨ ਕਹਾਂਗਾ ਇਹਨੂੰ ਚਾਹੇ ਕੋਈ ਬਾਇਸ ਕਰੇ ਜਾਂ ਕਹੇ ਵੀ ਇੱਕ ਪਾਸੇ ਵਾਲੀ ਦੇਖੋ ਇਹ ਤਾਂ ਕਲੀਅਰ ਆ ਪੰਜਾਬ ਦੇ ਖੂਨ ਦੀ ਸਾਈਕੀ ਵੀ ਇਹ ਕੋਈ ਵੀ ਗੱਲ ਭੁੱਲਦੇ ਨਹੀਂ ਹੂੰ ਤੇ ਵਕਤ ਆਉਣ ਤੇ ਇਹ ਗੱਲ ਉਹ ਦਰਾਉਂਦੇ ਵੀ ਆ ਇਹ ਕਹਿੰਦੇ ਵੀ ਆ ਹੂੰ ਜਿਵੇਂ ਹੁਣ ਲੱਪੜ ਵਾਲੀ ਗੱਲ ਹੋ ਗਈ ਜਾਂ ਕੁਝ ਵੀ ਆ ਤੇ ਕੁਲਵਿੰਦਰ ਕੌਰ ਨੇ ਇਹ ਨਹੀਂ ਵੀ ਲੱਪੜ ਆਏ ਹੀ ਮਾਰਤਾ ਹੂੰ ਹਾਂ ਤੇ ਉਹ ਕਿਸੇ ਨੇ ਲਿਖ ਕੇ ਵੀ ਪਾਇਆ ਸੀ ਵੀ ਸ਼ਾਇਦ ਜੇ ਕੋਈ ਬੱਚਾ ਹੈਗਾ ਉਹ ਵੱਡਾ ਹੋ ਕੇ ਜਵਾਨ ਹੋ ਕੇ ਕੋਈ ਐਡੀ ਗਲਤੀ ਕਰਦਾ ਇਹ ਜਿਹੇ ਸ਼ਬਦ ਬੋਲਦਾਗਾ ਤੋਂ ਤੁਹ ਪਤਾ ਲੱਗਦਾ ਵੀ ਬਚਪਨ ਚ ਉਹਨੂੰ ਕੋਈ ਸਿੱਖਿਆ ਨਹੀਂ ਮਿਲੀ ਜਾਂ ਇਹ ਥੱਪੜ ਬਚਪਨ ਚ ਹੀ ਵੱਜ ਜਾਣਾ ਚਾਹੀਦਾ ਸੀ ਹੂੰ ਹਾਂ ਮਤਲਬ ਇਹ ਇੱਕ ਤੁਸੀਂ ਬਿਆਨ ਵੀ ਸੁਣੋਗੇ ਜਾਂ ਬਹੁਤ ਸਾਰੀਆਂ ਗੱਲਾਂ ਟੰਗਣਾ ਨੇ ਜਿਵੇਂ ਆਪਾਂ ਕਹ ਲਈਏ ਵੀ ਹੁਣ ਬੋਲੀਆਂ ਆ ਹੀ ਉਹ ਤੋਂ ਬਾਅਦ ਹਨਾ ਨਹੀਂ ਉਹ ਉਹ ਮੀਡੀਆ ਪਹਿਲਾਂ ਦੀ ਐ ਇਲੈਕਸ਼ਨ ਟਾਈਮ ਜਦੋਂ ਉਹਦੇ ਸਿਰ ਦੇ ਉੱਪਰ ਉਹ ਹਿਮਾਚਲ ਟੋਪੀ ਲਈ ਹੋਈ ਆ ਤੇ ਉਹ ਗੱਲ ਕਰ ਰਹੇ ਥੱਪੜਾਂ ਦੀ ਹਾਂ ਹਾਂ ਉਹ ਹੁਣ ਉਹ ਹੁਣ ਉਹ ਹੁਣ ਚੱਲ ਰਹੀ ਆ ਵੀਡੀਓ ਤੇ ਖਾਸ ਕਰਕੇ ਟਵਿੱਟਰ ਦੇ ਉੱਤੇ ਕਾਫੀ ਮਤਲਬ ਆਪਾਂ ਕਹਿ ਦਈਏ ਵੀ ਆਈਟੀ ਸੈੱਲ ਨੇ ਜਿਹੜੇ ਉਹ ਬਬਲ ਕਰ ਰਹੇ ਨੇ ਇਸ ਗੱਲ ਨੂੰ ਲੈ ਕੇ ਹੂੰ ਜੀ ਸਾਨੂੰ ਵੱਖਵਾਦੀ ਜਾਂ ਸਾਨੂੰ ਉਹ ਟੈਗ ਦਿੱਤੇ ਜਾ ਰਹੇ ਨੇ ਜਿਹੇ ਜੇ ਕਿਸਾਨੀ ਅੰਦੋਲਨ ਚ ਮਿਲੇ ਸੀਗੇ ਬਿਲਕੁਲ ਜੀ ਪਰ ਹਾਂ ਪਰ ਸਾਡੇ ਜਿਹੜੇ ਬੰਦੇ ਆ ਉਹ ਚਾਹੇ ਟੈਗ ਦੇ ਦੋ ਚਾਹੇ ਕੁਸ਼ਮਰਜੀ ਦੇ ਦੋ ਇਹ ਉਹ ਗੱਲ ਨਹੀਂ ਭੁੱਲਦੇ ਜਿੱਥੇ ਧੱਕਾ ਹੋਇਆ ਕਿਉਂਕਿ ਉਹੀ ਗੱਲ ਆ ਜਾਂਦੀ ਆ ਜਿਵੇਂ ਰਾਹਤ ਅੰਦੋਰੀ ਨੇ ਕਿਹਾ ਸੀ ਇਹ ਜਿਹੜਾ ਹਿੰਦੁਸਤਾਨ ਹੈ ਕਿਸੇ ਦਾ ਬਾਪ ਦਾ ਥੋੜੀ ਆ ਹੂੰ ਕਿਸੇ ਵੀ ਕਾ ਖੂਨ ਸ਼ਾਮਲ ਹੈ ਇਸ ਮਿੱਟੀ ਮੇ ਕਿਸੇ ਕੇ ਬਾਪ ਕਾ ਥੋੜਾ ਹਿੰਦੁਸਤਾਨੀ ਹੈ ਹੂੰ ਹਾਂ ਠੀਕ ਹੈ ਨਾ ਤਾਂ ਇਹਦੀ ਗੱਲ ਇਹ ਆ ਸਾਡੀ ਕੌਮ ਨੇ ਇਸ ਮੁਲਕ ਦੇ ਲਈ ਸ਼ਹੀਦੀਆਂ ਦਿੱਤੀਆਂ ਬਲੀਦਾਨ ਦਿੱਤਾਗਾ ਹੂੰ ਹੈ ਨਾ ਤੇ ਤੇ ਸਾਡੀ ਜਿਹੜੀ ਕਮਿਊਨਿਟੀ ਆ ਉਹ ਸਭ ਦੇ ਲਈ ਮਤਲਬ ਅਸੀਂ ਤਾਂ ਆਪਾਂ ਕਹਿ ਰਹੀਏ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਹੂੰ हां ਤੇ ਉੱਚੀ ਰਤਨ ਨੂੰ ਸਵਾਲ ਇਹ ਹੈ ਕਿਉਂ ਇੱਕ ਪੱਖ ਹੀ ਸਾਰਾ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਕੰਗਨਾਰ ਨੌਤ ਰੋਲਾ ਪਾਉਂਦੀ ਨਜ਼ਰ ਆ ਰਹੀ ਆ ਪੂਰੀ ਵੀਡੀਓ ਦੇ ਵਿੱਚ ਮੈਂ ਇਸ ਦੇ ਨਾਲ ਦੇ ਨਾਲ ਹੀ ਇੱਕ ਗੱਲ ਕਹੂੰਗਾ ਵੀ ਇਹ ਹਾਈਲਾਈਟ ਵੀ ਨੈਸ਼ਨਲ মিডিਏ ਨੇ ਕਿਹੜੇ ਹਿਸਾਬ ਨਾਲ ਕੀਤਾ ਜਿਸ ਦਿਨ ਆਪਣੇ ਭਾਈ ਅਮਰਿਤਪਾਲ ਸਿੰਘ ਸਰਬਜੀਤ ਸਿੰਘ ਜਿੱਤਦੇ ਨੇ ਇਲੈਕਸ਼ਨ ਦਾ ਰਿਜ਼ਲਟ ਆ ਚਾਰ ਦੀ ਉਦੋਂ ਬਾਅਦ ਕਿਹੇ ਜੀਆਂ ਪੋਸਟਾਂ ਪੈਣ ਲੱਗੀਆਂ ਬਿਲਕੁਲ ਜੀ ਹਾਂ ਕਿ ਵੀ ਤੁਸੀਂ ਉਹਨਾਂ ਨੂੰ ਵੱਖਵਾਦੀ ਕਰਕੇ ਹੀ ਪੇਸ਼ ਕਰ ਰਹੇ ਹੋ ਹੂੰ ਉਹ ਕਹਿੰਦੇ ਵੀ ਇਹ ਜਿਹੜਾ ਸਰਬਜੀਤ ਸਿੰਘ ਆ ਇਹ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਦਾ ਮੁੰਡਾ ਹੈਗਾ ਇਹ ਇੱਕ ਮਿਲੀਟੈਂਟ ਦੀ ਤਰ੍ਹਾਂ ਹੋ ਜੂਗਾ ਇੱਕ ਐ ਇੱਕ ਐ ਦਾ ਕਈ ਬੰਦੇ ਕਿਉਂ ਜਿਹੜੇ ਗੌਰਵਾਰੇ ਆ ਰਗੇ ਆ ਜਾਂ ਹੋਰ ਬੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਮਤਲਬ ਤੁਸੀਂ ਕਿਹਦੀ ਸੋਚ ਉਹ ਕਰ ਰਹੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਵੀ ਸੰਵਿਧਾਨ ਦੇ ਰਾਖੇ ਅਸੀਂ ਆ ਇੱਕ ਪਾਸੇ ਤੁਸੀਂ ਕਹਿੰਦੇ ਸੰਵਿਧਾਨ ਸਾਰਿਆਂ ਨੂੰ ਹੱਕ ਦਿੰਦਾ ਹੈਗਾ ਤੇ ਉਹ ਇਥੋਂ ਦੀ ਮਿੱਟੀ ਦੇ ਜਾਏ ਨਹੀਂ ਤੁਸੀਂ ਦੇਖੋ ਨਾ ਜਦੋਂ ਰਾਜੇਵ ਗਾਂਧੀ ਦੇ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੂੰ ਤਾਂ ਉਹ ਦੋਏ ਮੀਡੀਆ ਬੋਲਿਆ ਸੀ ਮਤਲਬ ਹੁਣ ਵੀ ਜਦੋਂ ਇਹ ਕੁਲਵਿੰਦਰ ਕੌਰ ਵਾਲਾ ਪੂਰਾ ਰਤਨਜੀ ਮਾਮਲਾ ਸਾਹਮਣੇ ਆਉਂਦਾ ਤਾਂ ਨੈਸ਼ਨਲ ਮੀਡੀਆ ਜਾਂ ਕੁਝ ਲੋਕ ਕਹਿ ਰਹੇ ਆ ਕਿ ਕੁਲਵਿੰਦਰ ਕੌਰ ਨੇ ਥੱਪੜ ਤਾਂ ਮਾਰਿਆ ਜਾਂ ਹਰਕਤ ਤਾਂ ਕੀਤੀ ਆ ਕਿ ਉਹ ਇਸ ਦੂਬਾ ਚੌਂਜ ਖੜਾ ਹੋਊਗੀ ਹਮ ਮਤਲਬ ਤੁਹਾਡੀ ਹਾਦੀ ਹੋ ਗਈ ਯਾਰ ਮਤਲਬ ਪਹਿਲੀ ਗੱਲ ਤਾਂ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹਜੇ ਮਤਲਬ ਥੱਪੜ ਮਾਰਿਆ ਵੀ ਗਿਆ ਜਾਂ ਨਹੀਂ ਮਾਰਿਆ ਗਿਆ ਨੰਬਰ 1 ਤੇ ਗੱਲ ਏ ਨੰਬਰ 2 ਤੇ ਹਾਲਾਤ ਕਿਉਂ ਬਣੇ ਹਮ ਨੰਬਰ 3 ਤੇ ਕਿ ਉਹ ਮਤਲਬ ਕੁਲਵਿੰਦਰ ਖਾ ਉਸ ਤੋਂ ਬਾਅਦ ਆ ਕੇ ਐਕਸਪਲੇਨ ਕਰ ਰਹੀ ਹੈ ਕਿ ਇਹ ਕੰਗਨਾਰ ਨੌਤ ਉਹੀ ਆ ਜਿਹੜੀ ਕਿਸਾਨਾਂ ਦੇ ਬਾਬਤ ਬੋਲੀ ਸੀ ਨਹੀਂ ਤੋੜੇ ਗੱਲ ਕੀਤੀ ਮੈਂ ਥੱਪੜ ਮਾਰਿਆ ਇਹ ਚ ਮ mm. मतलब ये जानदा विषय है दो दो जी और वो भी एफआईआर एफआईआर प्रीतमजीत जी होगी ना फेक खबर आ रही है नहीं नहीं, नहीं एफआईआर कल नहीं हुई ਹੁਣ ਹੋਗੀ हां एफआईआर ਕੱਲ ਸ਼ਾਮ ਤੱਕ ਦਰਜ ਹੋ ਗਈ ਸੀ ਜੀ ਦੋ ਧਾਰਾਵਾਂ ਦੋ ਧਾਰਾਵਾਂ ਲੱਗੀਆਂ ਹਨ ਵਿੱਚ ਬਿਲਕੁਲ ਪਰ ਆਜਾ ਆਪ ਨੂੰ ਕਾਪੀ ਨਹੀਂ ਮਿਲੀ ਐਫਆਈਆਰ ਦੀ ਦੋ ਧਾਰਾਵਾਂ ਲੱਗੀਆਂ ਹੋngੀਆਂ ਨੇ ਪੱਦਾ ਦੇ ਨੇੜੇ ਕੁਲਵਿੰਦਰ ਕੌਰ ਹਨ ਉਹ ਤਕਰੀਬਨ 2009 ਦੇ ਵਿੱਚ ਸੀਆਈਐਸਐਫ जॉइन ਕਰਦੀ ਆ ਤੇ ਜਿਹੜੇ ਉਹਨਾਂ ਦੇ ਪਤੀ ਨੇ ਉਹ ਵੀ ਇੱਥੇ ਚੰਡੀਗੜ੍ਹ ਰਿਪੋਰਟ ਤੇ ਕੰਮ ਕਰਦੇ ਨੇ ਉਹ ਵੀ ਸਹੀ ਸਬਦ ਦੇ ਵਿੱਚ ਨੇ ਤੇ ਉਹਨਾਂ ਦਾ ਤਕਰੀਬਨ 7 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹਨੇ 2 ਬੱਚੇ ਆ ਜੀ ਮਤਲਬ ਉਹਨੇ ਮਾਤਾ ਜੀ ਦਾ ਕੱਲ ਬਿਆਨ ਸਾਹਮਣੇ ਆਇਆ ਕਿ ਮੇਰੀ ਬੇਟੀ ਦੀ ਪਹਿਲਾਂ ਕਦੇ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਤੇ ਦੂਸਰੇ ਪਾਸੇ ਡਿਪਾਰਟਮੈਂਟ ਦਾ ਵੀ ਹੁਣ ਇਹ ਕਲੀਅਰ ਆ ਗਿਆ ਕਿ ਇਸ ਤੋਂ ਪਹਿਲਾਂ ਕਦੇ ਵੀ ਕੁਲਵਿੰਦਰ ਕੌਰ ਦੇ ਵੱਲੋਂ ਜਾਇ ਕੋਈ ਵਿਵਹਾਰ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਡਿਪਾਰਟਮੈਂਟ ਜਾਂਚ ਉਹਦੇ ਖਿਲਾਫ ਅਜੇ ਤੱਕ ਕੋਈ ਖੁੱਲੀ ਆ ਮਤਲਬ ਕਲੀਨ ਆ ਇਸ ਤੋਂ ਪਹਿਲਾਂ ਉਹ ਹੂੰ ਤਾਂ ਹੁਣ ਵੀ ਚਲ ਅਸੀਂ ਉਵੇਂ ਹੀ ਹਿੱਸਾ ਦੇ ਅਸੀਂ ਆਪਾਂ ਵੀ ਉਹਨਾਂ ਹਿੱਸੇ ਸਮਰਥਕ ਹੈ ਨਹੀਂ ਜਾਂ ਤੁਸੀਂ ਬੰਦਾ ਆਨ ਡਿਊਟੀ ਆ ਜੇ ਕੀਤਾ ਗਿਆ ਅਸੀਂ ਉਹ ਸਮਰਥਕ ਹੈ ਨਹੀਂ ਪਰ ਇਹ ਹਾਲਾਤ ਕਿਉਂ ਬਣੇ ਗੱਲ ਇੱਥੇ ਪਹੁੰਚੀ ਕਿਉਂ ਇਹ ਵੀ ਇਹ ਜ਼ਰੂਰੀ ਆ ਗੱਲ ਗੱਲ ਇਹਦੀ ਵੀ ਆ ਇੱਕ ਗੱਲ ਹੋਰ ਵੀ ਆ ਇੱਕ ਗੱਲ ਸਪਸ਼ਟਤਾ ਦੇ ਨਾਲ ਸਾਨੂੰ ਦੱਸਣੀ ਪਊਗੀ ਵੀ ਜਿਹੜੀ ਪੰਜਾਬ ਦੀ ਸਾਇਕੀ ਆ ਉਹ ਕੀ ਕਹਿੰਦੀ ਆ ਜਿਵੇਂ ਕੁਲਵਿੰਦਰ ਕੌਰ ਦੀ ਗੱਲ ਹੁੰਦੀ ਆ ਕੁਲਵਿੰਦਰ ਕੌਰ ਦਾ ਪਿਛੋਕੜ ਆ ਜਿਹੜਾ ਜਾਂ ਜਿਵੇਂ ਵੀ ਕੋਸ਼ ਆ ਜਿਹੜਾ ਉਹਨਾਂ ਦਾ ਆਮ ਮਤਲਬ ਕੰਮਕਾਰ ਦਾ ਤਰੀਕਾ ਉਦੇ ਪੜਨ ਦਾ ਜਾਂ ਕੁਝ ਵੀ ਜੋ ਵੀ ਰਿਹਾ ਉਹਦਾ ਕਿਸੇ ਵੀ ਇਹ ਜੇ ਕਿਸੇ ਬੰਦੇ ਨਾਲ ਸੰਬੰਧ ਨਹੀਂ ਰਿਹਾ ਇਹ ਨੈਸ਼ਨਲ মিডিਏ ਨੂੰ ਤੇ ਇਹ ਬਾਹਰ ਆਊਟ ਆਫ ਸਟੇਟ ਪੰਜਾਬ ਦੇ ਬਾਹਰ ਇਹ ਲੋਕਾਂ ਨੂੰ ਸਮਝ ਨਹੀਂ ਹੋਊਗੀ ਗੱਲ ਵੀ ਪੰਜਾਬੀ ਦੇਖੋ ਪੰਜਾਬੀ ਜਾਂ ਸਿੱਖ ਕੌਮ ਜਿਹੜੇ ਬੰਦੇ ਮਤਲਬ ਆਪਾਂ ਕਹიდੀਏ ਸੇਵਾ ਭਾਵਨਾ ਵਾਲੇ ਸਭ ਦੀ ਮਦਦ ਕਰਨ ਵਾਲੇ ਪਰ ਉਹ ਇਹ ਵੀ ਆ ਵੀ ਉਹ ਤੱਕਾ ਵੀ ਨਹੀਂ ਸਹੰਦੇ ਹੂੰ ਚਾਹੇ ਉਹਨਾਂ ਨਾਲ ਹੋਵੇ ਚਾਹੇ ਕਿਸੇ ਨਾਲ ਹੋਵੇ ਜਿੱਥੇ-ਜਿੱਥੇ ਵੀ ਹੁੰਦਾਗਾ ਇਹ ਤਾਂ ਜਦੋਂ ਕੁਦਰਤੀ ਆਫਤ ਆਉਂਦੀ ਆ ਜਦੋਂ ਕੁਦਰਤ ਤੱਕਾ ਕਰਦੀ ਆ ਇਨਸਾਨ ਦੇ ਨਾਲ ਇਹ ਤਾਂ ਉਦੋਂ ਲੰਗਰ ਲਾਉਂਦੇ ਨੇ ਉਦੋਂ ਵਿੱਚ ਚਲੇ ਜਾਂਦੇ ਨੇ ਚਾਹੇ ਜਿਹੜੇ ਮਰਜੀ ਜੇ ਜਾਂ ਜਿੱਥੇ ਆਪਾਂ ਕਹਈਏ ਵੀ ਜੰਗਾਂ ਲੱਗਦੀਆਂ ਗਈਆਂ ਇਹ ਤਾਂ ਉੱਥੇ ਜਿੱਥੇ ਮਤਲਬ ਆਪਾਂ ਕਹਈਏ ਵੀ ਇਹਨਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਆਪਣੀ ਗੋਮ ਦਾ ਹੂੰ ਇਹ ਉੱਥੇ ਮਦਦ ਵੀ ਕਰਦੇ ਆ ਤੇ ਜੇ ਕਿਸੇ ਨਾਲ ਤੱਕਾ ਹੁੰਦਾ ਤੱਕੇ ਦੇ ਖਿਲਾਫ ਬੋਲਦੇ ਵੀ ਆ ਹੂੰ ਤਾਂ ਕਰੋਨਾ ਕਾਲ ਵੇ ਦਿੱਕ ਤੁਸ ਜੈਕ ਨੇ ਤੇ ਇਹਨਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਆਕਸੀਜਨ ਦੇ ਲੰਗਰ ਲਾਏ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਪਰਸੋਂ ਦੀ ਹੀ ਗੱਲ ਆ ਜਦੋਂ ਅਸੀਂ ਹਾਂਗਕਾਂਗ 에ਅਰਪੋਰਟ ਦੇ ਉੱਤੇ ਬੈਠੇ ਸੀ ਉੱਥੇ ਇੱਕ ਮੁੰਡਾ ਸੀਗਾ ਸ਼ਾਇਦ ਲੁਧਿਆਣਾ ਏਰੀਆ ਦਾ ਉਹ ਮੁੰਡਾ ਮਤਲਬ ਤੀਜੀ ਚੌਥੀ ਵਾਰ ਜਾ ਰਿਹਾ ਸੀਗਾ ਨਿਊਜ਼ੀਲੈਂਡ ਉਹਦੇ ਕੋਲੇ ਵਰਕ ਪਰਮਿਟ ਸੀ ਜੀ ਉਹਨੂੰ ਇਮੀਗ੍ਰੇਸ਼ਨ ਆਫੀਸਰ ਉੱਥੋਂ ਬੁਲਾ ਕੇ ਲੈ ਗਿਆ ਨਿਊਜ਼ੀਲੈਂਡ ਵਾਲਾ ਹਾਂਗਕਾਂਗ ਦੇ ਵਿੱਚੋਂ ਕਹਿੰਦੇ ਕਿ ਤੇਰੇ ਨਾਲ ਸਵਾਲ ਜਵਾਬ ਕਰਨੇ ਆ ਪਰ ਉਹਦਾ ਬਕਾਇਦਾ ਲਾਈਟ ਜੀ ਮਾਰ ਕੇ ਪਾਸਪੋਰਟ ਚੈੱਕ ਕੀਤਾ ਗਿਆ ਮਤਲਬ ਜਿੰਨੇ ਅਸੀਂ ਪੰਜਾਬੀ ਬੰਦੇ ਸੀ ਚਾਰ ਪੰਜ ਬੰਦੇ ਅਸੀਂ ਖੜੇ ਹੋਏ ਸੀ ਜਾਂ 10 20 ਤਰੀਕੀ ਮਤਲਬ ਕਰੀਏ ਕੀ ਚੱਕਰ ਪੈ ਗਿਆ ਇਹ ਹੂੰ ਤੇ ਫਿਰ ਉਹਦਾ ਮਤਲਬ ਸਾਨੂੰ ਪਤਾ ਲੱਗਿਆ ਉਹ ਕਹਿੰਦੇ ਵੀ ਜਿਹੜੇ ਅਫਸਰ ਸੀ ਜਾਂ ਜਿਹੜੇ ਉੱਥੇ ਮਤਲਬ ਲੜਕੀਆਂ ਕੰਮ ਕਰ ਰਹੀਆਂ ਸੀ ਇਮੀਗ੍ਰੇਸ਼ਨ ਦੇ ਤੇ ਉਹ ਕਹਿੰਦੇ ਵੀ ਇਹਦੀ ਇੰਟਰਵਿਊ ਹੋਣੀ ਆ ਅਸੀਂ ਫਿਰ ਸਮਝ ਗਏ ਸੀ ਗੱਲ ਸਮਝੇ ਫਿਰ ਉਹ ਮੁੰਡੇ ਨੂੰ ਮਤਲਬ ਉਹ ਆ ਕੇ ਤਾਂ ਬਹੁਤ ਵਾਰੀ ਗਿਆ ਸੀ ਪਰ ਉਹ ਨੂੰ ਉਵੇਂ ਸਮਝ ਨਹੀਂ ਆ ਰਹੀ ਸੀ ਕਿਉਂਕਿ ਹਾਂਗਕਾਂਗ ਦੇ ਵਿੱਚ ਉਹ ਅੰਗਰੇਜ਼ੀ ਉਹ ਵੀ ਹੋਰੋਂ ਬੋਲਦੇ ਆ ਹੂੰ ਤੇ ਆਪਣੇ ਉਹ ਕਹਿੰਦੇ ਵੀ ਟਰਾਂਸਲੇਟਰ ਤੁਸੀਂ ਨਾਲ ਲੈ ਕੇ ਜਾਓ ਹਮ ਟ੍ਰਾਂਸਲੇਟਰ ਆਪਣਾ ਹੀ ਮੁੰਡਾ ਆ ਗਿਆ ਪੰਜਾਬ ਦਾ ਉਹ ਬੰਦੇ ਦੀ ਕੈਨੇਡਾ ਦੀ ਫਲਾਈਟ ਸੀ ਜਿਹੜੇ ਮੁੰਡੇ ਨਾਲ ਭੇਜਿਆ ਫੇਰ ਉਹ ਮੁੰਡੇ ਨੇ ਆ ਕੇ ਦੱਸਿਆ ਉਹ ਕਹਿੰਦਾ ਵੀ ਇਹ ਬੰਦਾ ਜਵਾਬ ਨਹੀਂ ਸਹੀ ਦੇ ਸਕਿਆ ਕਿਉਂਕਿ ਆਪਦੇ ਉੱਧਰ ਜਿਹੜਾ ਜਿਹਦੇ ਕੋਲੇ ਕੰਮ ਤੇ ਜਾ ਰਹੇ ਹਨ ਜੀਨੜ ਉਹਦੇ ਨਾਲ ਰਾਬਤਾ ਨਹੀਂ ਹੋ ਸਕਿਆ ਤਾਂ ਇਹਦਾ ਵੀਜ਼ਾ ਕੈਨਸਲ ਕਰ ਰਹੇ ਆ ਤੈਨੂੰ ਵਾਪਸ ਫਲਾਈ ਕਰਨਾ ਪਊਗਾ ਦਿੱਲੀ ਨੂੰ ਹਮ ਮਤਲਬ ਵੀ ਉੱਥੇ ਮੈਂ ਇੱਕ ਚੀਜ਼ ਦੇਖੀ ਵੀ ਜਦੋਂ ਉਹ ਬੰਦੇ ਕੋਲੇ ਕੋਈ ਆਇਆ ਸਾਨੂੰ ਪਤਾ ਲੱਗ ਗਿਆ ਵੀ ਇਹ ਕੁਝ ਇਹਨੂੰ ਮਤਲਬ ਪ੍ਰਸ਼ਨ ਉੱਤਰ ਕਰ ਰਹੇ ਨੇ ਜਾਂ ਕੋਈ ਗੱਲ ਆਪਣੇ ਸਾਰੇ ਪੰਜ ਛੇ ਬੰਦੇ ਆਲੇ ਦੁਆਲੇ ਖੜ ਗਏ ਮਤਲਬ ਆਪਣੀ ਗੋਮ ਆਏ ਨਹੀਂ ਫਿਰ ਆਪਣੇ ਬੰਦਿਆਂ ਨੇ ਗੱਲ ਸਮਝਾਈ ਉਹ ਮੁੰਡੇ ਨੂੰ ਫਿਰ ਸਾਰੀ ਗੱਲ ਸਮਝਾਈ ਵੀ ਇਹ ਕਹਿ ਰਹੇ ਆ ਵੀ ਵੀ ਭਾਈ ਜੇ ਤਾਂ ਤੂੰ ਵਾਪਸ ਨਹੀਂ ਜਾਣਾ ਫਿਰ ਤੇਰੇ ਤੇ ਕਾਰਵਾਈ ਕਰਾਂਗੇ ਜੇ ਤੂੰ ਵਾਪਸ ਜਾਣਾ ਤਾਂ ਅਸੀਂ ਤੈਨੂੰ ਦਿੱਲੀ ਦੀ ਜਿਹੜੀ ਫਲਾਈਟ ਆ ਉਹ ਤੈਨੂੰ ਬੁੱਕ ਅਰੇਂਜ ਕਰਕੇ ਦਿੰਨੇ ਆ ਹੂੰ ਮਤਲਬ ਆਪਣੇ ਮਤਲਬ ਉਹ ਛੋਟੀਆਂ ਛੋਟੀਆਂ ਗੱਲਾਂ ਆਂ ਗਿਆ ਇਹ ਹਾਲਾਂਕਿ ਮੈਂ ਪੌਡਕਾਸਟ 'ਚ ਆਪਾਂ ਸਾਰੀ ਮੈਂ ਸਟੋਰੀ ਦੱਸ ਰਹੀ ਸੀ ਉਹ ਅਸਲ ਤੇ ਕਹਾਣੀ ਕੀ ਸੀ ਇਹਦਾ ਹੋਰ ਪੱਖ ਵੀ ਆ ਇੱਕ ਪਰ ਮੈਂ ਇੱਕ ਇੰਨੀ ਕੁ ਜੂਰ ਉਦਾਹਰਨ ਦੱਸ ਦਾਂਗਾ ਵੀ ਉਮਮਦ ਅਦਾਲੀ ਗੱਲ ਆਪਣੇ ਤਾਂ ਇਹ ਜੇ ਬੰਦੇ ਨੇ ਹੂੰ ਜਦੋਂ ਕੋਈ ਦੁੱਖ ਤਕਲੀਫ ਆ ਜਾਂ ਕੁਝ ਵੀ ਇਹ ਗੱਲ ਹੁੰਦੀ ਆ ਪਰ ਹਾਂ ਇੱਕ ਦੁੱਖ ਵਾਲੀ ਬਹੁਤ ਗੱਲ ਆ ਬਹੁਤ ਗੱਲ ਦੁੱਖ ਵਾਲੀ ਆ ਵੀ ਹੁਣ ਦੇਖੋ ਨੈਸ਼ਨਲ ਮੀਡੀਆ ਹਜੇ ਵੀ ਨਹੀਂ ਸਮਝ ਰਿਹਾ ਵੀ ਜਿਹੜਾ ਏਜੰਡਾ ਮੇਕਿੰਗ ਆ ਜਾਂ ਇਹ ਆ ਮਤਲਬ ਏਜੰਡਾ ਮੇਕਿੰਗ ਨੇ ਜਿਹੜਾ 네ਗੇਟਿਵ ਉਹਨੂੰ ਸਾਨੂੰ ਤਬਾਹ ਕਰਦਾ ਪਹਿਲਾਂ ਇਹ ਨੈਰੇਟਿਵ ਸਿਰਫ ਕੁਲਵਿੰਦਰ ਕੌਰ ਦੇ ਖਿਲਾਫ ਨਹੀਂ ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਤੇ ਆਪਾਂ ਕਹਦੇ ਹਾਂ ਸਰਬਜੀਤ ਸਿੰਘ ਹੁਣਾਂ ਦੇ ਓਮੇ ਪੂਰਾ ਹੀ ਬਣਾਇਆ ਜਾ ਰਿਹਾ ਹੋਰ ਬੰਦਿਆਂ ਦੇ ਖਿਲਾਫ ਵੀ ਓਮੇ ਮਤਲਬ ਮਤਲਬ ਫਿਰ ਉਹ ਸੰਵਿਧਾਨ ਦੀ ਗੱਲ ਨਹੀਂ ਨਾ ਰਹੀ ਸੰਵਿਧਾਨ ਦੇ ਵਿੱਚ ਆਪਾਂ ਨੂੰ ਇਕੁਅਲ ਰੱਖਣ ਵਾਲੀ ਗੱਲ ਨਹੀਂ ਨਾ ਰਹੀ ਪਰਮੀਤਾ ਹਾਂ ਹਾਂ ਫਿਰ ਤਾਂ ਇਹ ਉਹੀ ਹੋ ਗਿਆ ਵੀ ਤੁਸੀਂ ਮਿਨੋਰਟੀ ਜੇ ਅਸੀਂ ਮਿਨੋਰਟੀ ਆ ਤਾਂ ਤੁਸੀਂ ਆਏ ਥੋੜੀ ਕਰੋਗੇ ਜਾਂ ਤੁਸੀਂ ਆਏ 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 ਥੋੜੀ ਮਤਲਬ ਵੱਡਾ ਬਣਾਓਗੇ ਹਾਂ ਤਾਂ ਹੁਣ ਰਤਨ ਜੀ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਦੋਂ ਕਿਸਾਨ ਆਗੂਆਂ ਦਾ ਕਹਿਣਾ ਸੀ ਭੰਦੇਰ ਹੋ ਰਹਾਂ ਦਾ ਕਿ ਮਤਲਬ ਪਰਿਵਾਰ ਨੂੰ ਫੋਨ ਕਾਲ ਆ ਰਹੇ ਨੇ ਕਿ ਤੁਸੀਂ ਕਿਸਾਨ ਜਿੱਥੇ ਬੰਦੇ ਨੇ ਸੰਪਰਕ ਨਾ ਕਰੋ ਹਾਂ ਬਲਕਿ ਪਰਿਵਾਰ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਵੇਖੋ ਸਰਕਾਰ ਦੇ ਵੱਲੋਂ ਜਾਂ ਹੁਣ ਪੂਰੇ ਡਿਪਾਰਟਮੈਂਟ ਦੇ ਵੱਲੋਂ ਹਮ ਤਰ੍ਹਾਂ ਇਸ ਤਿੱਕਿਆਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਕੀ ਜਾਂ ਫਿਰ ਕੋਈ ਸੱਚ ਹੋਰ ਆ ਜਿਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਣੀ ਆ ਹਮ ਤਲੀ ਵੀ ਆ ਕਿ ਅੱਜ ਤੱਕ ਕੁਲਵਿੰਦਰ ਕੌਰ ਦਾ ਪੱਖ ਨਹੀਂ ਆਇਆ ਹਾਂ ਜਿਵੇਂ ਜਿਵੇਂ ਦਿਨ ਬੀਤਣਗੇ ਤਾਂ ਹੀ ਮੈਨੂੰ ਲੱਗਦਾ ਵੀ ਆਪਾਂ ਵੀ ਅੱਜ ਇਹਦੇ ਤੇ ਇੰਨੀ ਗੱਲ ਕਰੀਏ ਆਪਾਂ ਫੇਰ ਹੌਲੀ ਹੌਲੀ ਗੱਲਾਂ ਸਾਰੀਆਂ ਕਲੀਅਰ ਕਰਾਂਗੇ ਪਰ ਆਪਣਾ ਮੇਨ ਜਿਹੜਾ ਧਿਆਨ ਜਿਹੜੇ ਲੋਕ ਆਪਣਾ ਪ੍ਰੋਗਰਾਮਸ ਹੁੰਦੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਪੱਖ ਕੁਲਵਿੰਦਰ ਕੌਰ ਦਾ ਵੀ ਆ ਜਾਣਾ ਉਹਦੇ ਘਰਦਿਆਂ ਦੇ ਆ ਰਹੇ ਜਣਾ ਪੱਖ ਸਾਰੇ ਪਾਸਿਆਂ ਤੋਂ ਆ ਜਾਣਾ ਪਰ ਸਾਨੂੰ ਇਹ ਗੱਲ ਆ ਜਿਹੜਾ ਏਜੰਡੇ ਵਾਲੀ ਗੱਲ ਆ ਇਹ ਗਲਤ ਨੈਰੇਟਿਵ ਸਾਡੀ ਸ਼ਬੀ ਗਲਤ ਕਰਨ ਦੀ ਗੱਲ ਆ ਦੇਖੋ ਉਹਨੂੰ ਅਸੀਂ ਕਦੇ ਪ੍ਰਮਾਣਿਤ ਨਹੀਂ ਕਰਾਂਗੇ ਉਹਦਾ ਉਹਦੇ ਮਤਲਬ ਅਸੀਂ ਹਾਂ ਵੀ ਕਦੇ ਨਹੀਂ ਬਣਾਗੇ ਉਹ ਗੱਲ ਗਲਤ ਆ ਤੇ ਇਹ ਗੱਲ ਸਾਡੇ ਲਈ ਨਹੀਂ ਸਾਡੀ ਕਮਿਊਨਿਟੀ ਲਈ ਨਹੀਂ ਜਾਂ ਸਾਡੇ ਪੰਜਾਬ ਲਈ ਨਹੀਂ ਇਹ ਦੂਜਿਆਂ ਲਈ ਵੀ ਅਸੀਂ ਸੇਮ ਰੱਖਦੇ ਆ ਜੇ ਸੋਨੂੰ ਵੀ ਕੋਈ ਗਲਤ ਕਰੂਗਾ ਤਾਂ ਉਹ ਵੀ ਗਲਤ ਆ ਬਿਲਕੁਲ ਜੀ ਹਾਂ ਇੱਕ ਉਹ ਕਿਸੇ ਨੇ ਲਿਖ ਕੇ ਪਾਤਾ ਟਵਿੱਟਰ ਦੇ ਉੱਤੇ ਮੈਂ ਪੜ ਰਿਹਾ ਸੀ ਵੀ ਇਹ ਕੰਗਣਾ ਦੇ ਨਹੀਂ ਇਹ ਰਾਜਪੂਤਾਂ ਨਾਲ ਆਏ ਹੋ ਗਿਆ ਇਹ ਗੱਲ ਗਲਤ ਹੂੰ ਜੀ ਤੁਸੀਂ 扑ਕਾਉਣ ਵਾਲੀ ਗੱਲ ਆ ਇਹ ਐਂ ਥੋੜੀ ਆ ਯਾਰ ਆਪਾਂ ਨੂੰ ਕੀ ਪਤਾ ਹੂੰ ਜੇ ਤੁਸੀਂ ਕਿਸੇ ਵੀ ਐਂਗਲ ਨੂੰ ਕਮਿਊਨਿਟੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ ਜੀ 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 ਤੇ ਫਿਰ ਰਤਨਜੀਤ ਆਪਾਂ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਆਉਣੇ ਆ ਵਾਪਸ ਜੀ ਬਿਲਕੁਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਕਾਲੀ ਦਲ ਦੀ ਅਕਾਲੀ ਦਲ ਦੀ ਹਾਂ ਮਤਲਬ ਆਪਾਂ ਜਦੋਂ ਇਲੈਕਸ਼ਨ ਤੋਂ ਬਾਅਦ ਉਹ ਟੈਲੀਫੋਨ ਤੇ ਇੱਕ ਪੌਡਕਾਸਟ ਕੀਤਾ ਸੀ ਆਡੀਓ ਦੇ ਰੂਪ ਦੇ ਵਿੱਚ ਜੀ ਤਾਂ ਤੁਸੀਂ ਇਹ ਖਲਾਸਾ ਕਰਤਾ ਸੀ ਕਿ ਇੱਕ ਮਾਲਵਾ ਦਾ ਬਹੁਤ ਵੱਡਾ ਜਿਹੜਾ ਲੀਡਰ ਆ ਉਹ ਪਟਾਕਾ ਪਾਉਣ ਜਾ ਰਿਹਾ ਜੀ ਹੂੰ ਤੇ ਹੁਣ ਮਨਪ੍ਰੀਤ ਸਿੰਘ ਯਾਲੀ ਨੇ ਟਾਕਾ ਪਾਤਾ ਜੀ ਹਾਂ ਪਰ ਮੀਤ ਉਹਦੇ ਚ ਮੈਂ ਕਲੀਅਰ ਕਰਦਾ ਮੇਰੇ ਕੋਲੇ ਦੋ ਇਨਫੋਰਮੇਸ਼ਨ ਸੀ ਯਾ ਵੀ ਜ਼ਿਆਦਾ ਅਕਾਲੀ ਦਲ ਕੁਝ ਕਾਰਵਾਈ ਕਰੂਗਾ ਮਨਪ੍ਰੀਤ ਸਿੰਘ ਯਾਲੀ ਦੇ ਉੱਤੇ ਜਾਂ ਯਾਲੀ ਸਾਹਿਬ ਪਹਿਲਾਂ ਹੀ ਸਟੈਪ ਕਰਨਗੇ ਕੁਝ ਮਤਲਬ ਜਿਹੜਾ ਉਹਨਾਂ ਨੂੰ ਲੱਗਦਾ ਸਿਧਾਂਤਕ ਤੌਰ ਦੇ ਉੱਤੇ ਗਲਤ ਹੋ ਰਿਹਾ ਤਾਂ ਉਹ ਹੋ ਗਿਆ ਮੈਂ ਨਾਮ ਇਸ ਲਈ ਨਹੀਂ ਦੱਸਿਆ ਸੀਗਾ ਕਿਉਂਕਿ ਨਾ ਮੈਨੂੰ ਤਾਂ ਲੱਗਿਆ ਵੀ ਦਸਰਾ ਵੀ ਹਜੇ ਕੁਝ ਉਸ ਤਰ੍ਹਾਂ ਜਦੋਂ ਹੋਊਗਾ ਆਪਾਂ ਖਬਰ ਦੇ ਦਈਏ ਗਿਰਾਂ ਇੱਕ ਵਾਰੀ ਤਾਂ ਫਿਰ ਨਾਮ ਸਭ ਦੇ ਸਾਹਮਣੇ ਆਜੂਗਾ ਕਿਉਂਕਿ ਕਈ ਵਾਰੀ ਸੋਨ ਨੂੰ ਵੀ ਪਤਾ ਵੀ ਆਪਣੀ ਵੀ ਇੱਕ ਸੀਮਾ ਆ ਗਈ ਅਭੀ ਜਿੱਥੋਂ ਮੈਨੂੰ ਗੱਲ ਸਾਰੀ ਇਹ ਨਿਕਲ ਕੇ ਆਈ ਜਾਂ ਜੋ ਆਪਣਾ ਬੰਦਾ ਸੀਗਾ ਜਿਨੇ ਆਪਾਂ ਨੂੰ ਗੱਲ ਦੱਸੀ ਹੈ ਨਾ ਉਹਨੇ ਕਿਹਾ ਸੀ ਵੀ ਹਜੇ ਮਤਲਬ ਭਾਈ ਸਾਹਿਬ ਉਵੇਂ ਗੱਲ ਨਾ ਕਰਿਓ ਮਤਲਬ ਕਿਉਂਕਿ ਬਹੁਤ ਕੁਝ ਚੱਲ ਰਿਹਾ ਕਿਉਂਕਿ ਇੰਟਰਨਲ ਪੋਲਿਟਿਕਸ ਬਹੁਤ ਕੁਝ ਕਰਦੀ ਆ ਹੂੰ ਕਿਉਂਕਿ ਇਹ ਵੀ ਆ ਇਹ ਤਾਂ ਦੇਖੋ ਸੱਚ ਹੀ ਆ ਵੀ ਕੰਟਕ ਪੋਲਿਟਿਕਸ ਜਾਂ ਉਹਦੇ ਵਿੱਚ ਅਸੀਂ ਕਿਵੇਂ ਉਹੀ ਗੱਲ ਆ ਜਾਂਦੀ ਹੈ ਵੀ ਜੇ ਅਸੀਂ ਗਲਤ ਨੈਰੇਟਿਵ ਬਣਾਉਣਾ ਉਹ ਸਾਡੇ ਤੇ ਆ ਕਿਉਂਕਿ ਆਪਾਂ ਨੂੰ ਲੋਕ ਸੁਣਦੇ ਆ ਆਪਾਂ ਇੱਕ ਪ੍ਰੋਗਰਾਮ ਕਰਦੇ ਆ ਆਪਾਂ ਹਰ ਚੀਜ਼ ਨੂੰ ਨਹੀਂ ਹੋਵੇਂ ਹਾਂ ਉਹ ਗੱਲ ਸਾਹਮਣੇ ਆਈ ਆ ਪਰ ਇਹ ਅਕਾਲੀ ਦੇ ਲਈ ਮਤਲਬ ਬਹੁਤ ਆਪਾਂ ਕਹਿ ਦਈਏ ਵੀ ਮਾੜੀ ਗੱਲ ਆ ਤੇ ਮਾੜੀ ਘੜੀ ਵੀ ਆ ਹਨਾ ਪਰ ਉਹ ਘੜੀ ਮਾੜੀ ਗੱਲ ਤੇ ਘੜੀ ਕਿਉਂ ਆ ਕਿਉਂਕਿ ਖੁਦ ਸੁਖਵੀਰ ਸਿੰਘ ਬਾਦਲ ਜਾਂ ਜਿੰਨੀ ਇਹਨਾਂ ਦੀ ਕਮੇਟੀ ਆ ਮੈਨੂੰ ਇਹ ਲੱਗਦਾ ਹੁੰਦਾ ਵੀ ਆਪਾ ਪ੍ਰਧਾਨ ਦਾ ਤਾਂ ਹੈਗੀ ਏ ਜ਼ਿੰਮੇਵਾਰ ਜਿਹੜੇ ਨਾਲ ਦੇ ਬੰਦੇ ਆ ਉਹ ਵੀ ਜ਼ਿੰਮੇਵਾਰ ਆ ਵੀ ਮਨਪ੍ਰੀਤ ਸਿੰਘ ਯਾਲੀ ਜੀ ਦਾ ਇੱਕ ਰੈਪੋਰਟੇਸ਼ਨ ਵਧੀਆ ਜੀ ਦੀ ਇਮੇਜ ਵਧੀਆ ਬੰਦੇ ਦੀ ਤਾਂ ਉਹ ਜੇ ਇਹ ਜੀ ਗੱਲ ਕਰ ਰਿਹਾ ਉਹ ਕਿਉਂ ਮਜਬੂਰ ਹੋ ਰਿਹਾ ਹੈ ਇਹ ਜੀ ਗੱਲ ਕਰਨ ਲਈ ਹਮ ਹਮ ਮੈਨੂੰ ਉਹਨੇ ਹਮ ਵੀ ਇਹ ਹੈ ਅਕਾਲੀ ਦਲ ਨੂੰ ਸੋਚਣਾ ਚਾਹੀਦਾਗਾ ਕਿੱਥੇ ਤਾਂ ਇਹ ਗੱਲ ਚੱਲਦੀ ਆ ਲੋਕਾਂ ਦੇ ਵਿੱਚ ਵੀ ਮਨਪ੍ਰੀਤ ਸਿੰਘ ਯਾਲੀ ਨੂੰ ਕੋਈ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇ ਪਾਰਟੀ ਦੇ ਵਿੱਚ ਹਮ ਤਾਂ ਜੋ ਸਾਰਾ ਪਾਰਟੀ ਦਾ ਡਿੱਗਿਆ ਵਾ ਜਿਹੜਾ ਸਿਸਟਮ ਆ ਉਹ ਖੜਾ ਹੋ ਸਕੇ ਪਰ ਦੂਜੇ ਪਾਸੇ ਜਦੋਂ ਲੀਡਰ ਅੰਦਰੋਂ ਇਹਨਾਂ ਟੁੱਟ ਜਾਂਦਾ ਜਾਂ ਬੰਦਾ ਇਹਨਾਂ ਅੰਦਰੋਂ ਟੁੱਟਿਆ ਹੋਆ ਮਨ ਪ੍ਰੀਤ ਸਿੰਘ ਇਹ ਅਲੀ ਵਰਗਾ ਜਿਹਦੇ ਚੋਂ ਮਤਲਬ ਲੋਕਾਂ ਨੂੰ ਇੱਕ ਕੋਈ ਉਮੀਦ ਨਜ਼ਰ ਆਉਂਦੀ ਆ ਤਾਂ ਫਿਰ ਕਿਤੇ ਨਾ ਕਿਤੇ ਜ਼ਰੂਰ ਹੁਣ ਲੋਕ ਮਤਲਬ ਇਹ ਸੋਚਣਗੇ ਵੀ ਯਾਰ ਚੱਲ ਕੀ ਰਿਹਾ ਅਸਲ ਦੇ ਵਿੱਚ ਹਾਂ ਹਾਲਾਂਕਿ ਚੰਦੂ ਮਾਇਰਾ ਨੇ ਇਸ਼ਾਰਾ ਕੀਤਾਗਾ ਪਰ ਸਿਰਫ ਇਸ਼ਾਰੇ ਨਾਲ ਨਹੀਂ ਸੋਨੂੰ ਤੁਸੀਂ ਇੱਕ ਗੱਲ ਜ਼ਰੂਰ ਸਮਝੋ ਇੱਕ ਐਗਜ਼ਾਮਪਲ ਜ਼ਰੂਰ ਅ ਅਕਾਲੀ ਦਲ ਨੂੰ ਚੱਕਣੀ ਚਾਹੀਦੀ ਆ ਕਾਂਗਰਸ ਤੋਂ ਕਾਂਗਰਸ ਨੇ ਮਲਿਕ ਅਰਜੁਨ ਖਰਗੇ ਨੂੰ ਸਾਹਮਣੇ ਕੀਤਾ ਕਿਉਂ ਕੀਤਾ ਕਿਉਂਕਿ ਉਹਦੀਆਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਅਹਿਮ ਭੂਮਿਕਾ ਮਰਈਆਂ ਆਪਦੀ ਸਟੇਟ ਦੇ ਵਿੱਚ ਹੂੰ ਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਦਾ ਵੀ ਇੱਕ ਉਭਾਰ ਹੋਇਆ ਉਹਦੀ ਆਪਦੀ ਪਰਸਨੈਲਿਟੀ ਦੇ ਵਿੱਚ ਆਪਦੀ ਉਹਦੀ ਇੱਕ ਡਿਵੈਲਪਮੈਂਟ ਹੋਈ ਉਹਦੀ ਆ ਭਾਸ਼ਣਾ ਦੇ ਵਿੱਚ ਹੂੰ ਜੇ ਓਵੇਂ ਹੀ ਸੁਖਬੀਰ ਬਾਦਲ ਨੂੰ ਹੋਰ ਕੋਈ ਵੱਡੇ ਬੰਦੇ ਨੂੰ ਮੂਰੇ ਕਰਕੇ ਜਿੱਥੋਂ ਸਾਰੀ ਇਮੇਜ ਸੁਧਰ ਸਕਦੀ ਆ ਤਾਂ ਫਿਰ ਆਪਦੇ ਆ ਨੂ ਵੀ ਰਿਲੈਕਸ ਮਹਿਸੂਸ ਕਰਨਗੇ ਤੇ ਉਹ ਕੁਝ ਵਧੀਆ ਸੋਚ ਸਕਣਗੇ ਕਿਉਂਕਿ ਲੋਕ ਜਿਹੜੀ ਚੀਜ਼ ਇੱਕ ਵਾਰ ਚਾਹਦੇ ਆ ਨਾ ਉਹ ਕਰ ਦੇਣੀ ਚਾਹੀਦੀ ਹੈ ਕਿਉਂਕਿ ਪਾਰਟੀ ਬਾਹੀਂ ਸੁਬੀਰ ਬਾਦਲ ਦੀ ਆ ਨਾ ਹੀ ਚੰਦੂ ਮਾਜਰੇ ਦੀ ਆ ਨਾ ਹੀ ਮਨਪ੍ਰੀਤ ਸਿੰਘ ਆਲੀ ਦੀ ਆ ਪਾਰਟੀ ਇਹ ਪੰਥ ਦੀ ਪਾਰਟੀ ਆ ਸ਼ਹੀਦਾਂ ਦੀ ਪਾਰਟੀ ਆ ਜੇ ਨਾ ਮਤਲਬ ਹੁਣ ਉਹ ਕਰੇ ਕਿਉਂਕਿ ਬਹੁਤ ਸਾਰੇ ਸਵਾਲ ਨੇ ਜੋ ਸਵਾਲ ਹਮੇਸ਼ਾ ਹੀ ਹੁੰਦੇ ਰਹਿਣਗੇ ਚਾਹੇ ਸੱਤਾ ਤੋਂ ਬਾਹਰ ਰਹਿਣ ਚਾਹੇ ਸੱਤਾ ਦੇ ਵਿੱਚ ਆਉਣ ਪੰਥਕ ਸਵਾਲ ਹਮੇਸ਼ਾ ਹੀ ਹੁੰਦੇ ਰਹਿਣਗੇ ਜਿਹੜੀਆਂ ਊਨ ਤਾਂ ਨਹੀਂਆਂ ਤੇ ਇੱਥੇ ਜਿਹੜੇ ਦੂਜੇ ਲੀਡਰ ਨੇ ਚਾਹੇ ਉਹ ਚੰਦੂ ਮਾਇਰਾ ਚਾਹੇ ਉਹ ਜਲਜੀਤ ਸਿੰਘ ਢੀਮਾ ਹੋਣ ਢੀਮਾ ਜੀ ਹੋਣ ਕੋਈ ਵੀ ਹੋਣ ਚਾਹੇ ਉਹ ਸਕੰਦਰ ਮਲੂਕਾ ਹੋਣ ਉਹਨਾਂ ਦਾ ਵੀ ਹਜੇ ਲੱਗ ਰਿਹਾ ਹੈਗਾ ਵੀ ਉਹ ਵੀ ਕਿਤੇ ਹੋਰ ਪਾਸੇ ਨਾਲ ਚਲੇ ਜਾਣ ਜੋ ਜਿੱਦਾਂ ਨਹੀਂ ਆ ਉਹਨਾਂ ਦੀਆਂ ਬਿਆਨ ਆ ਰਹੇ ਐ ਮਤਲਬ ਕੋਈ ਵੀ ਹੋਵੇ ਮਤਲਬ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜੇ ਅਸੀਂ ਪਾਰਟੀ ਦੇ ਵਿੱਚ ਐਂ ਬੰਦੇ ਆ ਜਾਂ ਪਾਰਟੀ ਦੇ ਛੋਟੇ ਤੋਂ ਛੋਟੇ ਵਰਕਰ ਨੂੰ ਉਦਾ ਵੀ ਮਤਲਬ ਰਾਈਟ ਆ ਵੀ ਉਹ ਸਵਾਲ ਕਰ ਸਕਦਾ ਤੇ ਇੱਕ ਤਾਂ ਪੜਕੇ ਮਤਲਬ ਜੰਦੂ ਮਾਇਰਾ ਸਾਹਿਬ ਨੂੰ ਵੀ ਇਹ ਚਾਹੀਦਾ ਹੈਗਾ ਵੀ ਹੁਣ ਵਕਤ ਹੱਥੋਂ ਮਤਲਬ ਕਿੰਨਾ ਕੁ ਤੁਸੀਂ ਸਿੱਟੋਂਗੇ ਹੁਣ ਤਾਂ ਨਿਕਲ ਚੁੱਕਿਆ ਹੈਗਾ ਹਜੇ ਵੀ ਤੁਸੀਂ ਕਰੋਗੇ ਯਾਰ ਫਿਰ ਕਰੋਗੇ ਕਦੋਂ ਜਿਹੜੇ ਆਉਣ ਵਾਲੀਆਂ ਜਨਰੇਸ਼ਨਸ ਆ ਉਹ ਮਤਲਬ ਦੇਖ ਰਹਿਣਾ ਵੀ ਅਕਾਲੀ ਦਲ ਖੇਤਰੀ ਪਾਰਟੀ ਦਾ ਰਹਿਣਾ ਜ਼ਰੂਰੀ ਆ ਪੰਜਾਬ 'ਚ ਕੋਈ ਵੀ ਹੈ ਥੋੜਾ ਆਪਾਂ ਇੱਥੇ ਅਕਾਲੀ ਦਲ ਦੀ ਤਾਂ ਗੱਲ ਕਰਦੇ ਆ ਕਿਉਂਕਿ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਉਹ ਆ ਹੁਣ ਇਹੀ ਸਵਾਲ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਹਾਰਨ ਤੋਂ ਬਾਅਦ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਇਹ ਹੋਰ ਇੰਨਾ ਚੱਲ ਰਿਹਾ ਨਾ ਗੱਲਾਂ ਚਲੋ ਉਹਨਾਂ ਦਾ ਉਵੇਂ ਵੱਡੇ ਪਰਦੇ ਦੇ ਉੱਤੇ ਵੱਡੇ ਪੇਪਰਾਂ ਦੇ ਵਿੱਚ ਉਵੇਂ ਨਹੀਂ ਆ ਰਿਹਾ ਪਰ ਉੱਥੇ ਵੀ ਹੋ ਰਿਹਾ ਨਾ ਵੀ ਇਹ ਵੀ ਸਾਡੀ ਖੇਤਰੀ ਪਾਰਟੀ ਆ ਯਾਰ ਉਹ ਵੀ ਐਂ ਕਰੀ ਜਾਂਦੇ ਇੱਧਰ ਵੀ ਤੁਸੀਂ ਚੋਣ ਹਾਰ ਗਏ ਸਾਡੇ 'ਚ ਕਿੱਥੇ ਕਮੀਆਂ ਆਗੀਆਂ ਹੂੰ ਜਾਂ ਜਿਹੜੇ ਬੰਦਿਆਂ 'ਚ ਕਮੀਆਂ ਉਹਨਾਂ ਨੂੰ ਪਾਸੇ ਕਰਕੇ ਤੁਸੀਂ ਕੋਈ ਹੋਰ ਲੀਡਰਸ਼ਿਪ ਦੇ ਹੱਥ ਚੀਜ਼ਾਂ ਫੜਾਓ ਤੇ ਫਿਰ ਚੱਲੇ ਅੱਗੇ ਇਹ ਦੇਖੋ ਕਿਸੇ ਦਾ ਇਹ ਪ੍ਰਾਪਰਟੀ ਰਾਈਟ ਤਾਂ ਹੈ ਨਹੀਂ ਤੁਹਾਡੇ ਦਾ ਕਾਪੀ ਰਾਈਟ ਤਾਂ ਹੋਇਆ ਬਣੀ ਵੀ ਛੋੜੀ ਰਹੂਗਾ ਹਮੇਸ਼ਾ ਹਾਂ ਇਹ ਤਾਂ ਜੇ ਤੁਸੀਂ ਉਹ ਹਮੇਸ਼ਾ ਵਾਲਾ ਬਣਾਇਆ ਪਰਿਵਾਰ ਦਾ ਤਾਂ ਚੀਜ਼ਾਂ ਵਿਗੜੀਆਂ ਨਾ ਹੁਣ ਜੇ ਹੁਣ ਆਪਾਂ ਇਹੀ ਸੁਪਨੇ 'ਚ ਹੁਣ ਮੰਨ ਕੇ ਚੱਲੋ ਵੀ ਰਹਾਗੇ ਭਲੇਖੇ 'ਚ ਵੀ 50000 ਵੋਟ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਗਈ ਤੇ ਸਾਡੀ ਪਾਰਟੀ ਦੀ ਬੱਲੇ ਬੱਲੇ ਆ ਇਹ ਤਾਂ ਫਿਰ ਭਲੇਖਾ ਗਲਤ ਆ ਨਾ ਤੁਹਾਡਾ ਵੋਟ ਪਰਸੈਂਟ ਡਿੱਗ ਪਿਆ ਆਪਣੇ ਸਾਰੇ ਪ੍ਰੋਗਰਾਮਾਂ 'ਚ ਗੱਲ ਹੁੰਦੀ ਸੀ ਵੋਟ ਪਰਸੈਂਟੇਜ ਅਕਾਲੀ ਦਲ ਦਾ ਵਧੂਗਾ ਪਰ ਹੋਇਆ ਬਿਲਕੁਲ ਉਹਦੇ ਉਲਟ ਕਿਉਂਕਿ ਬਿਲਕੁਲ ਤਾਂ ਉਲਟ ਹੋਇਆ ਕਿਉਂਕਿ ਲੋਕ ਅੰਦਰੋਂ ਟੁੱਟ ਚੁੱਕੇ ਨੇ ਪਰ ਵੀ ਖੇਤਰੀ ਪਾਰਟੀ ਨੂੰ ਲੈ ਕੇ ਲੋਕ ਫਿਕਰਮੰਦ ਜ਼ਰੂਰ ਆ ਪਰ ਲੋਕ ਇਹ ਵੀ ਕਹਿੰਦੇ ਆ ਵੀ ਅਰੇ ਅਸੀਂ ਤੁਹਾਨੂੰ ਵੋਟ ਵੀ ਨਹੀਂ ਕਰਨੀ ਕਿਉਂਕਿ ਤੁਸੀਂ ਨਹੀਂ ਸਹੀ ਕਰ ਰਹੇ ਕੁਝ ਚੀਜ਼ਾਂ ਬਿਲਕੁਲ ਜੀ ਤਾਂ ਹੁਣ ਦੇ ਦੋ ਸੀਟਾਂ ਦੇਖੋ ਯਾਰ ਆਪਾਂ ਆਪਾਂ ਠੰਡਲ ਸਾਹਿਬ ਦੀ ਹਸ਼ਿਆਰਪੁਰ ਦੀ ਗੁਰਦਾਸਪੁਰ ਦੀ ਬਿਲਕੁਲ ਰੋਂਗ ਦਿੱਤੀਆਂ ਟਿਕਟਾਂ ਇਹਨਾਂ ਨੇ ਹੂੰ ਠੀਕ ਆ ਫਿਰ ਫਰੀਦ ਕੋਟ ਹੋ ਗਿਆ ਖਡੂਰ ਸਾਹਿਬ ਹੋ ਗਿਆ ਮਤਲਬ ਜੇ ਤੁਹਾਡੇ ਕੋਲੇ ਮਤਲਬ ਬੰਦੇ ਨਹੀਂ ਸੀ ਤਾਂ ਤੁਸੀਂ ਉਹਦਾ ਕੁਝ ਕੱਢ ਸਕਦੇ ਸੀ ਹੂੰ ਜੇ ਤੁਸੀਂ ਲੋਕਾਂ ਦੇ ਸਾਹਮਣੇ ਤੁਸੀਂ ਅਕਾਲ ਤਖਤ ਸਾਹਿਬ ਤੇ ਤੁਸੀਂ ਕਹਿੰਦਾ ਵੀ ਮਾਫੀ ਮੰਗ ਲਈ ਲੋਕਾਂ ਨੇ ਤੁਹਾਡੀ ਤੁਸੀਂ ਇੱਕ ਸਮਝੋਣਾ ਵੀ ਉਹ ਕੀ ਤੁਸੀਂ ਇੱਕ ਪੋਲ ਕਰਾ ਕੇ ਦੇਖੋ ਜਿਵੇਂ ਬਾਹਰਲੇ ਮੁਲਕਾਂ 'ਚ ਪੋਲ ਕਰਾਉਂਦੇ ਆ ਵੀ ਤੁਸੀਂ ਇੱਕ ਸਰਵੇ ਕਰਾ ਲਓ ਕੀ 50% ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਉਹ ਪ੍ਰਮਾਣਿਤ ਹੋਈ ਏ ਤੁਹਾਡੀ ਉਹ ਗੱਲ ਉਹ ਲੱਗੀ ਆ ਜੱਚੀ ਆ ਤੁਸੀਂ ਉਹ ਜਿਹਾ ਕਰਿਆ ਸੋ ਤਾਂ ਉਹਦਾ ਆਪੇ ਆਪੇ ਮੰਗੀ ਮਾਫੀ ਤੇ ਆਪੇ ਮaaf ਕੀਤੀ ਮਾਫੀ ਵਾਲਾ ਕੰਮ ਸੀ ਜੀ ਹਾਂ ਮਤਲਬ ਇਹ ਦੇ ਇੱਕ ਇਹ ਇਹ ਤਾਂ ਦੇਖੋ ਵੀ ਇਹ ਆ ਵੀ ਤੁਸੀਂ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਰਾਜਾ ਵੜਿੰਗ ਪ੍ਰਤਾਪ ਆ ਉਹਨਾਂ ਦੇ ਉਂਗਲ ਤਾਂ ਤੁਸੀਂ ਦੇਖੋ ਹੁਣ ਭੁੱਲ ਜਾਓ ਚੱਕਣੀ ਉਹ ਤਾਂ ਬਾਅਦ ਦੀ ਗੱਲ ਹੋ ਗਈ ਪਹਿਲਾਂ ਤੁਸੀਂ ਆਪ ਦੇ ਆਪ ਤੇ ਪਾਈ ਸੁਧਾਰ ਕਰੋ ਆਪ ਦੇ ਆਪ ਉਹਵੇਂ ਖੜਾ ਮਹਿਸੂਸ ਕਰੋ ਹਨਾ ਫਿਰ ਤੁਸੀਂ ਅਗਲੀ ਗਾਂ ਵਾਲੀ ਗੱਲ ਕਰੋ ਬਿਲਕੁਲ ਤੁਸੀਂ ਦੇਖੋ ਨਾ ਕਿ ਜਦੋਂ ਪੂਰੀ ਕਮੇਟੀ ਬਣਦੀ ਆ ਝੁੰਡਾ ਕਮੇਟੀ ਬਣਦੀ ਆ ਉਹ ਚ ਯਾਲੀ ਸਾਹਿਬ ਹੁੰਦੇ ਆ ਉਹ ਰਿਪੋਰਟ ਦਿੰਦੇ ਆ ਮਤਲਬ ਉਹ ਤੋਂ ਲੱਗ ਰਿਹਾ ਸੀ ਜੀ ਕੁਝ ਬਦਲਾਅ ਹੋਣਗੇ ਬਤਲੋ ਉਸ ਤੋਂ ਬਾਅਦ ਤਾਂ ਪ੍ਰਧਾਨ ਸਾਹਿਬੋ ਸੱਪੰਗ ਕੁੰਡਲੀ ਮਾਰ ਕੇ ਉੱਤੇ ਬੈਠ ਗਏ ਤੇ ਕਮੇਟੀ ਦੀ ਰਿਪੋਰਟ ਕਿਸੇ ਕੋਲ ਵੀ ਹੈ ਨਹੀਂ ਤੁਸੀਂ ਇੱਕ ਇੱਕ ਚੀਜ਼ ਦੇਖੋ ਜਿਹੜੀ ਸਭ ਤੋਂ ਵੱਡੀ ਹੈ ਇੱਕ ਤਾਰੀਫ਼ ਕਰਨੀ ਬੰਦੀ ਆ ਉਹ ਤਾਰੀਫ਼ ਇਹ ਆ ਇਹਨੂੰ ਪੋਜ਼ਿਟਿਵ ਐਂਗਲ ਤੇ ਦੇਖਣ ਦਰਸ਼ਕ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੀਟਿੰਗ ਕਰੀ ਆ ਆਪਦੇ ਚਾਰ ਮਤਲਬ ਐਮਪੀ ਬੈਠੇ ਜਿਹੜੇ ਜਿੱਤੇ ਨੇ ਉਹਨਾਂ ਦੇ ਤਿੰਨ ਬੈਠੇ ਨੇ ਚੌਥੇ ਮੁੱਖ ਮੰਤਰੀ ਬੈਠੇ ਨੇ ਹੂੰ ਉਦੋਂ ਬਾਅਦ ਸਾਰੇ ਐਮਐਲਏ ਸਾਰੀ ਪਾਰਟੀ ਮਤਲਬ ਉਹੋ ਜਿਹੀ ਚੀਜ਼ ਆਕਾਲੀ ਦਲ ਨੂੰ ਕਰਨੀਆਂ ਪੈਣਗੀਆਂ ਉਹਨਾਂ ਤੋਂ ਹੀ ਸਿੱਖ ਲੋ ਉਹਨਾਂ ਤੋਂ ਹੀ ਕੁਝ ਸਿੱਖੋ ਤੁਸੀਂ ਕੁਛ ਕਿਵੇਂ ਆਪਦਾ ਮੈਨੇਜ ਕਰ ਰਹੇ ਮਤਲਬ ਯਾਰ ਵਿਰੋਧੀ ਤੋਂ ਉਹ ਗੱਲਾਂ ਸਿੱਖਣੀਆਂ ਚਾਹੀਦੀਆਂ ਤੇ ਤੁਸੀਂ ਉਦੋਂ ਤਕੜਾ ਕਿਵੇਂ ਕਰਨਾਗਾ ਸੋਡਾ ਤਾਂ ਢਾਂਚਾ ਉਹਨਾਂ ਨਾਲੋਂ ਕਿਤੇ ਜ਼ਿਆਦਾ ਤਕੜਾ ਪਿੰਡਾਂ ਦੇ ਵਿੱਚ ਤਾਂ ਹੀ ਤਾਂ ਮਤਲਬ ਸਾਡੇ ਲੋਕ ਇਹ ਕੁਐਸਚਨ ਹੁਣ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੀ ਇਹ ਕੁਐਸਚਨ ਹੁੰਦੇ ਆ ਵੀ ਇਹਨਾਂ ਦੇ ਕਿੱਡੇ ਤਕੜੇ ਢਾਂਚੇ ਆ ਕੀ ਕਿਸਾਨ ਜੱਥੇਬੰਦੀਆਂ 'ਚ ਮੰਤਨ ਕਰਨੀਆਂ ਵੀ ਜੇ ਹੰਸ ਰਾਜ ਦਾ ਵੋਟ ਪਰਸੈਂਟੇਜ ਜਾਂ ਭਾਜਪਾ ਦਾ ਵੋਟ ਪਰਸੈਂਟੇਜ ਵਧਦਾ ਹੈ ਕਿ ਉਹ ਸਾਡੇ ਕਰਕੇ ਤਾਂ ਨਹੀਂ ਯਾਰ ਵਧ ਗਿਆ ਵੀ ਅਸੀਂ ਪ੍ਰਚਾਰ ਹੋਰ ਹਸਾਬ ਨਾਲ ਕਰਨੀ ਜਿਹੜੇ ਹਸਾਬ ਦੀ ਪਰਮੀਤ ਆਪਾਂ ਗੱਲ ਕਰਦੇ ਸੀ ਜੀ ਵੀ ਪੰਡਾਂ ਦੇ ਵਿੱਚ ਆਲਰੇਡੀ ਢਾਂਚਾ ਹੈਗਾ ਇਹ ਗੱਲ ਤੇ ਸੋ ਇਹ ਗੱਲ ਤੇ ਤੁਸੀਂ ਇਹ ਦੇਖੋ ਪੰਜਾਬੀ ਮਤਲਬ ਲੋਕ ਤਾਂ ਸੋਚ ਰਹੇ ਨੇ ਕਿ ਜਿਹੜੇ ਜੱਥੇਬੰਦਕ ਢਾਂਚਿਆਂ ਵਾਲੇ ਆ ਜਿਹੜੇ ਮੰਨ ਕੇ ਚੱਲੋ ਵੀ ਕਿਸਾਨੀ ਵਾਲੇ ਆ ਜਾਂ ਆਪਾਂ ਕਹਿ ਦਈਏ ਵੀ ਪੋਲੀਟੀਕਲ ਪਾਰਟੀਆਂ ਵਾਲੇ ਕੀ ਉਹ ਸੋਚ ਰਹੇ ਆ ਇਹ ਗੱਲ ਤੇ ਹੂੰ ਹੂੰ ਤੇ ਲੋਕੀ ਇਹਨਾਂ ਤੁਸੀਂ ਇਹ ਦੇਖੋ ਹੁਣ ਕਿ ਪ੍ਰਧਾਨ ਸਾਹਿਬ ਨੇ ਕੱਲ ਪ੍ਰੋਗਰਾਮ ਕੀਤਾ ਬਾਦਲ ਦੇ ਵਿੱਚ ਤੇ ਉਦੋਂ ਕਹਿ ਰਹੇ ਨੇ ਸੁਪੀਰ ਸਿੰਘ ਬਾਦਲ ਦੇਖੋ ਜੀ ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ ਕਿ 2012 ਦੇ ਵਿੱਚ ਜਦੋਂ ਸਾਡੀ ਸਰਕਾਰ ਦੂਸਰੀ ਵਾਰ ਬਣਦੀ ਆ ਤੇ ਮੈਨੂੰ ਮੁੱਖ ਮੰਤਰੀ ਬਣਾਉਣ ਲਈ ਕਿਹਾ ਜਾ ਰਿਆ ਸੀ ਪਰ ਮੈਂ ਇਨਕਾਰ ਕਰ ਦਿੱਤਾ ਜੀ ਸਰ ਉਹ ਆ ਇਹ ਪਿਛਲੀਆਂ ਗੱਲਾਂ ਲੈ ਕੇ ਬੈਠੇ ਹੋਏ ਨੇ ਜੀ ਜੀ ਮਤਲਬ ਉਹ ਤਾਂ ਹੁਣ ਲੋਕ ਦੱਸਣਗੇ ਕਿ ਕਿ ਸੁਖਬੀ ਸਿੰਘ ਜੀ ਤੇ ਤੁਸੀਂ ਆਪ ਦਾ ਪੂਰਾ ਜਿਹੜਾ ਖੇੜਾ ਰੱਖ ਲਿਆ ਕਿ 2040 ਜਾਂ 37 ਤੱਕ ਆਪਾਂ ਪ੍ਰਧਾਨ ਹੈਗੇ ਆ ਬਾਅਦ ਜੀ ਬਾਅਦ ਦੇਖਾਂਗੇ ਅਰੋਹ ਤੱਕ ਤਾਂ ਕਾਇਲਦਲ ਦੇ ਅੰਦਰ ਇੱਕ ਫੀਜ਼ ਜ਼ਖਮੀ ਹੋਣਾ ਬਸਪਾ ਤੋਂ ਪੂਰਾ ਹਾਲ ਹੋ ਜਾਣਾ ਜਿਹੜੇ ਹਾਲਾਤ ਹੁਣ ਬਣੇ ਹੋਏ ਨੇ ਤੁਸੀਂ ਤੁਸੀਂ ਇਹ ਦੇਖੋ ਵੀ ਇਹਦੇ ਤੇ ਇਹ ਸਿੱਖਣਗੇ ਕੁਛ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਕਿ ਕਾਲੀ ਦਲ ਨੂੰ ਇਹਨਾਂ ਤੋਂ ਸਿੱਖ ਲੈਣਾ ਚਾਹੀਦਾ ਆਮ ਆਦਮੀ ਪਾਰਟੀ ਤੋਂ ਇੱਥੇ ਦਾ ਸਿੱਖਣਾ ਬਿਲਕੁਲ ਜੀ ਬਲੂਪ੍ਰਿੰਟ ਬਣਾਉਣ ਦੇ ਵਿੱਚ ਜਾਂ ਥਿੰਕ ਟੈਂਕ ਜਿਹੜੇ ਇਹਨਾਂ ਦੇ ਹੈਗੇ ਆ ਕਿੱਥੇ ਘਾਟ ਆ ਰਹੀ ਆ ਇਹ ਪੰਜਾਬ ਦੇ ਲੋਕਾਂ ਦੀ ਨਿਰਾਸ਼ਤਾ ਆ ਗਈ ਜਿਹੜਾ ਵੋਟ ਪਰਸੈਂਟੇਜ ਇਹਨਾਂ ਦਾ ਘਟਿਆ ਬਿਲਕੁਲ ਬਿਲਕੁਲ ਜੀ ਐਲੀ ਸਾਹਿਬ ਨੇ ਬਠਿੰਡੇ ਬਠਿੰਡੇ ਵਾਲੀ ਸੀਟ ਨੂੰ ਸਿਰ ਤੇ ਚੱਕ ਕੇ ਜੇ ਉਵੇਂ ਉਹ ਪੁਲੇਖੇ ਚ ਰਹਿਣਗੇ ਉਹ ਪੁਲੇਖਾ ਵੀ ਨਿਕਲ ਜਾਣਾ ਇਹਨਾਂ ਦਾ ਨਹੀਂ ਉਹ ਵੀ ਤਾਂ ਨਾ ਮਤਲਬ ਜਿੱਤ ਤਾਂ ਆ ਗਏ ਇਸ ਆਸਾਨ ਤਰੀਕੇ ਨਾਲ ਜੇ ਉੱਥੇ ਕੈਂਡੀਡੇਟ ਸਟਰੋਂਗ ਹੈਣੀ ਸੀ ਬਿਲਕੁਲ ਜੇ ਇੱਥੇ ਇਹੀ ਕੈਂਡੀਡੇਟ ਅਮਰਤਾ ਵੜਿੰਗ ਹੁੰਦੀ ਜਾਂ ਕੋਈ ਹੋਰ ਤਕੜਾ ਲੀਡਰ ਹੁੰਦਾ ਨਤੀਜਾ ਬਦਲ ਜਾਣੀਆਂ ਸੀ ਬਿਲਕੁਲ ਜੀ ਬਿਲਕੁਲ ਮਤਲਬ ਹੁਣ ਸਖਬੀਰ ਸਿੰਘ ਬਾਦਲ ਜੀ ਤਾਂ ਇਲੈਕਸ਼ਨ ਨਿਬੜੇ ਨੂੰ ਕਿੰਨੇ ਦਿਨ ਹੋ ਚੁੱਕੇ ਤੇ ਹਜੇ ਤੱਕ ਆਪਣੇ ਲੰਬੀ ਚੋਂ ਹੀ ਨਿਕਲ ਰਹੇ ਤੇ ਉਹ ਵੀ ਆਪ ਦੀ ਵਸ ਇੱਕ ਜਿੱਤ ਨੂੰ ਲੈ ਕੇ ਖੁਸ਼ੀ ਮਨਾ ਰਹੇ ਆ ਤੇ ਅਕਾਲੀ ਦਲ ਦੇ ਜਿਹੜੇ ਸਿਆਸਤਦਾਨ ਨੇ ਵੱਡੇ ਲੀਡਰ ਨੇ ਆਪਸ ਵਿੱਚ ਗੱਲਾਂ ਕਾਲ ਕਰਨ ਲੱਗ ਗਏ ਮਤਲਬ ਜੇ ਐਲੀ ਸਾਹਿਬ ਬੋਲਣ ਨੂੰ ਆਏ ਨਹੀਂ ਇਕੱਲੇ ਬੋਲੇ ਹੋਣਗੇ ਮਤਲਬ ਅੰਦਰ ਖਾਤੇ ਮੀਟਿੰਗਾਂ ਨੇ ਸ਼ੁਰੂ ਹੋ ਚੁੱਕੀਆਂ ਨੇ ਹੂੰ ਹੂੰ ਤੇ ਤੁਸੀਂ ਇਹ ਦੇਖੋ ਕਿ ਪ੍ਰਧਾਨ ਸਾਹਿਬ ਦਾ ਹਜੇ ਕੋਈ ਬਿਆਨ ਵੀ ਨਹੀਂ ਆਇਆ ਤੇ ਉਹ ਤਾਂ ਜਿਹਦੇ ਜਿੱਤੇ ਉਹਦੇ ਪੱਤਰਕਾਰਾਂ ਨੇ ੱੱਕੇ ਨਾਲ ਮੈਕਮੂਰੇ ਕਰ ਲਏ ਜਦੋਂ ਬੀਬਈ ਦੀ ਬਾਈਟ ਲੈਣੀ ਸੀ ਉਹਨਾਂ ਨੇ ਉਦੋਂ ਇੱਕ ਮਿੰਟ ਮਹਿਜ਼ ਬੋਲੇ ਤੇ ਲੰਬੇ ਹੋ ਗਏ ਉੱਥੋਂ ਮਤਲਬ ਹੱਕ ਸੀ ਜਦੋਂ ਇਹ ਰਿਜ਼ਲਟ ਆਉਂਦਾ ਉਦੋਂ ਬਾਅਦ ਇੱਕ ਪ੍ਰੈਸ ਕਾਨਫਰੈਂਸ ਕਰਨ ਦਾ ਕਿ ਜੀ ਸਾਡੀ ਇੰਨੀਆਂ ਸੀਟਾਂ ਜੇ ਨਹੀਂ ਆਈਆਂ ਜੇ ਅਸੀਂ ਹਾਰ ਚੁੱਕੇ ਹਾਂ ਸਾਡਾ ਵੋਟ ਪਰਸੈਂਟ ਲੂਜ਼ ਹੋ ਗਿਆ ਤੇ ਅਸੀਂ ਕੰਮ ਕਰਾਂਗੇ ਪਰ ਪ੍ਰਧਾਨ ਸਾਹਿਬ ਤਾਂ ਚੁੱਪ ਨੇ ਤੇ ਲੰਬੀ ਚਾਹ ਦੇ ਵਰਕਰ ਨੂੰ ਹਸਾਰੇ ਸੀ ਪਰ ਦੂਸਰੇ ਪਾਸੇ ਥੋਡੇ ਜਿਹੜੇ ਨਾਲ ਦੇ ਜਿੰਨੇ ਥੋਡੇ ਨਾਲ ਦੇ ਬੰਦੇ ਹੈਗੇ ਉਹ ਸਾਰੇ ਥੋਡੇ ਤੇ ਹੁਣ ਗੁੱਸੇ ਵਿੱਚ ਬੈਠੇ ਅੰਦਰ ਖਾਤੇ ਤੇ ਇਹਦਾ ਬਗਾਵਤ ਸ਼ੁਰੂ ਹੋਣੀ ਆ ਅੱਜ ਹੋ ਜੇ ਮਹੀਨਿਆਂ ਹੋ ਜੇ ਜਾਂ 6 ਮਹੀਨਿਆਂ ਹੋ ਜੇ ਤੁਸੀਂ ਤੁਸੀਂ ਇਹ ਦੇਖੋ ਲੋਕਾਂ ਦੀ ਸਾਈਕੀ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਹੈਗਾ ਵੀ ਅਸੀਂ ਫ੍ਰੀ ਬਿਜਲੀ ਨਹੀਂ ਲੈਣੀ ਹੂੰ ਤੇ ਕਾਲੀ ਦਲ ਦੇ ਵੱਡੇ ਲੀਡਰ ਇਹ ਕਹਿ ਰਹੇ ਆ ਵੀ ਸਾਡੇ ਰਾਜ ਤਾਂ ਤੁਸੀਂ ਕੁੱਡੀਆਂ ਲਾ ਲੈਂਦੇ ਸੀ ਹੂੰ ਮਤਲਬ ਤੁਸੀਂ ਉਹ ਕੋਰ ਜਿਹੜੀ ਗੱਲ ਆ ਨਾ ਫੜ ਨਹੀਂ ਰਹੇ ਇਹ ਫੜ ਨਹੀਂ ਰਹੇ ਇਹ ਨੁਕਸਾਨ ਖਾਣਗੇ ਤੇ ਇਹਨਾਂ ਦਾ ਨੁਕਸਾਨ ਹੋਇਆ ਇਹ ਪੰਜਾਬ ਨੂੰ ਮਤਲਬ ਪਤਾ ਨਹੀਂ ਕਿੱਥੇ ਜਾ ਕੇ ਕਿਉਂਕਿ ਲੋਕ ਹਜੇ ਵੀ ਚਾਹੁੰਦੇ ਆ ਵੀ ਅਸੀਂ ਕੋਈ ਨਹੀਂ ਯਾਰ ਇਹਨਾਂ ਨੂੰ ਕਰ ਲੈਣਾ ਕਬੂਲ ਪਰ ਇਹ ਥੋੜਾ ਜਿਹਾ ਕੋਈ ਆਪਦਾ ਸਿਸਟਮ ਕੋਈ ਚੀਜ਼ਾਂ ਬਦਲ ਪਰ ਜੇ ਮਨਪਰੀ ਤੇ ਆਲੀ ਵਰਗਾ ਬੰਦਾ ਪਾਸੇ ਹੁੰਦਾਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲਣੀਆਂ ਕਿਉਂਕਿ ਹੋ ਸਕਦਾ ਇਹਨਾਂ ਦਾ ਦਾਖੇ ਦੇ ਵਿੱਚ ਘੱਟ ਨੁਕਸਾਨ ਹੋਵੇ ਤੇ ਸਾਰੇ ਪੰਜਾਬ 'ਚ ਜ਼ਿਆਦਾ ਬਿਲਕੁਲ ਜੀ ਬਿਲਕੁਲ ਤੁਸੀਂ ਜਿਹਨੇ ਪਤਾ ਸੰਗਰੂਰ ਦੇ ਵਿੱਚ ਢੀਂਡਸਾ ਪਰਿਵਾਰ ਤਾਂ ਇੱਥੇ ਆਇਆ ਹੋਇਆ ਨਾਲ ਸਰਪ੍ਰਸਤ ਉਹਨਾਂ ਨੂੰ ਬਣਾਇਆ ਹੋਇਆ ਉਤ ਸਰਪ੍ਰਸਤ ਸਾਹਿਬ ਨੂੰ ਪਤਾ ਹੀ ਨਹੀਂ ਮੇਰੀ ਪਾਰਟੀ ਚ ਹੋ ਕੀ ਰਿਹਾ ਹੂੰ ਫਿਰ ਬੀਬੀ ਜੰਗੀਰਕਾਰ ਵੀ ਮਾੜਾ ਮਾੜਾ ਗੱਲ ਕਰਨ ਲੱਗ ਗਏ ਹੁਣ ਤਾਂ ਮਤਲਬ ਇਹ ਤਾਂ ਗੱਲਣਾ ਕਿ ਗੱਲ ਕਹਤੀ ਫਿਰ ਬਹੁਤ ਬਹੁਤ ਲੀਡਰਾਂ ਨੇ ਗੁੱਸਾ ਕਰਨਾ ਹੂੰ ਇਕੱਲੀ ਥਾਂ ਨੂੰ ਖੁਦ ਨਹੀਂ ਪਤਾ ਵੀ ਸੁਖਦੇਵ ਸਿੰਘ ਢੀਂਡ ਸਾਨੂੰ ਸਰਪ੍ਰਸਤ ਬਣਾਇਆ ਤੇ ਸਰਪ੍ਰਸਤਾਂ ਨੇ ਵੋਟ ਕਿੱਥੇ ਭੁਗਤਾਨੀ ਕੌਨਫੀਡੈਂਸ ਨਾਲ ਕੋਈ ਕਹਿ ਸਕਦਾ ਹੈਗਾ ਜੀ ਇਹ ਤਾਂ ਹੈ ਤਰੋਂ ਤਾਂ ਆਪਸੀ ਨਿਸ਼ਵਾਸ ਕਰ ਰਹੇ ਤਰੋਂ ਸੁਖਬੀਰ ਸਿੰਘ ਮਤਲਬ ਕੌਂਡ ਕੌੜੀ ਕੌੜੀ ਗੱਲ ਕਰਨੀ ਪਊਗੀ ਹੂੰ ਜਿੰਨਾ ਟਾਈਮ ਤੁਸੀਂ ਬਟਰਿੰਗ ਕਰੀ ਜਾਓਗੇ ਮੱਖਣ ਮਰੀ ਜਾਓਗੇ ਇੱਕ ਦੂਜਿਆਂ ਨੂੰ ਲੀਡਰਾਂ ਉਹਨਾਂ ਟਾਈਮ ਨਹੀਂ ਗੱਲ ਕਰੋ ਉਹੀ ਚੰਦੂ ਮਾਇਰਾ ਸਾਹਿਬ ਹੁਣ ਕਹਿਤਾ ਰਹੇ ਆ ਇਸ਼ਾਰਾਂ ਇਸ਼ਾਰਿਆਂ ਦੇ ਪਰ ਜਿੰਨਾ ਟਾਈਮ ਬਾਈ ਖੜਕੇ ਸਾਹਮਣੇ ਥਾਪੀ ਨਹੀਂ ਮਾਰੋਗੇ ਉਹਨਾਂ ਟਾਈਮ ਕਿਉਂਕਿ ਤੁਸੀਂ ਸਾਰੇ ਕਹਿੰਦੇ ਆ ਨਾ ਤੇ ਇਹ ਤਾਂ ਪਤਾ ਵੀ ਆ ਪਾਰਟੀ ਕਿਸੇ ਦੇ ਘਰ ਦੀ ਥੋੜੀ ਆ ਬਿਲਕੁਲ ਬਿਲਕੁਲ ਤੁਸੀਂ ਦੇਖੋ ਜੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਚਾਰ ਇਲੈਕਸ਼ਨ ਜਿਹੜੇ ਆਮ ਆਦਮੀ ਪਾਰਟੀ ਤੋਂ ਹਾਰ ਕੇ ਪਹਿਲਾਂ ਤਾਂ ਬਾਈ ਵਾਲਾ 17 ਹਾਰ ਹਾਰ ਕੇ ਕਾਂਗਰਸ ਤੋਂ ਚਾਰ ਇਲੈਕਸ਼ਨ ਇੱਕ ਪ੍ਰਧਾਨ ਦੀ ਪਤੰਗੀ 'ਚ ਹਾਰ ਗਏ ਹੁਣ ਤੇ ਉਹ ਪ੍ਰਧਾਨ ਸਾਹਿਬ ਕਹਿੰਦਾ ਵੇ ਨਹੀਂ ਜੀ ਮੈਂ ਹੀ ਚਲਾਉਂਗਾ ਜੀ ਹਾਂ ਮਤਲਬ ਇਹ ਤਾਂ ਹੁਣ ਪਤਾ ਨਹੀਂ ਸਿਸਟਮ ਉਹ ਵੀ ਨਾ ਇੱਕ ਪੈਸੇ ਵਾਲਾ ਫੰਡੇ ਲਗਾਉਂਦੀ ਆ ਛੱਡੋ ਪੈਸਾ ਜੇਕਰ ਅਕਾਲੀ ਦਲ ਨੇ ਸਰਵਾਈਵ ਕਰਨਾ ਹੈ ਤਾਂ ਲੋਕ ਆਪੇ ਆਪ ਦਸਬੰਦ ਕੱਢ ਕੇ ਤੁਹਾਨੂੰ ਸਰਵਾਈਵ ਕਰ ਦੇਣਗੇ ਜੇ ਪਹਿਲਾਂ ਸਰਵਾਈਵ ਹੁੰਦਾ ਸੀ ਅਕਾਲੀ ਦਲ ਬਰਖੋ ਲੋ ਇਹ ਹੈ ਨਹੀਂ ਕਿ ਕਿਸੇ ਦੇ ਪਰੁਖ ਪਾਰਾਂ ਤੇ ਹੁਣ ਅਕਾਲੀ ਦਲ ਚੱਲੂਗਾ ਜੀ ਜੀ ਮਤਲਬ ਉਹ ਹੀ ਚੱਕਰ ਹੈ ਨਾ ਪਹਿਲਾਂ ਤੜੇ ਹੁਣ ਵੱਡੇ ਵੱਡੇ ਲੀਡਰ ਨੇ ਕਾਜੀਦਲ ਦੇ ਜੋ ਸੱਤਾਰੀ ਹੁੰਦਾ ਪੈਸੇ ਕਮਾਲੇ ਸਾਬ ਨੇ ਆਪਦੇ ਧੀਆ ਪੁੱਤ ਵੀ ਲਾਲੇ ਆਪਦੇ ਨੌਜਵਾਈ ਵੀ ਲਾਲੇ ਹੋਰ ਮਾਸੀ ਧੀਆ ਦੇ ਪੁੱਤ ਸਾਰੇ ਸੈੱਟ ਕਰ ਲਏ ਤੇ ਜਦੋਂ ਹੁਣ ਗੱਲ ਆ ਰਹੀ ਆ ਪੈਸੇ ਖਰਚਣ ਦੀ ਪੁਘਾਈ ਕਰਨ ਦੀ ਹੁਣ ਰਿਲੈਕਸ ਮੁਰਚ ਨੇ ਹੁਣ ਜੀ ਨਹੀਂ ਕਰਦਾ ਉਹਨਾਂ ਦਾ ਜੀ ਮਤਲਬ ਰਤਨ ਜੀ ਪੰਗਾ ਹੀ ਉੱਥੇ ਆ ਜਦੋਂ ਸਿਆਸਤਦਾਨ ਬਜ਼ੁਰਗ ਹੋਏ ਨਾ ਨਾ ਤਾਂ ਉਹਨਾਂ ਅਰਜੀ ਰਹਿੰਦੀ ਆ ਤੇ ਨਾ ਉਹ ਕੰਮ ਕਰ ਪਾਰੇ ਆ ਤੇ ਨਾ ਹੀ ਉਹ ਸੀਟ ਛੱਡ ਰਹੇ ਆ ਮਤਲਬ ਪਤਾ ਨਹੀਂ ਉਹ ਕਿਹੜਾ ਫੈਵਿਕੋਲ ਦਾ ਪੱਕਾ ਜੋੜ ਲੱਗਿਆ ਕਿ ਜਿਹੜੀ ਕੁਰਸੀ ਤੇ ਪ੍ਰਧਾਨ ਸਾਹਿਬ ਬੈਠੇ ਉਹ ਤੇ ਹੀ ਬੈਠਣਾ ਚਾਹੁੰਦੇ ਨੇ ਜਿਹੜੇ ਬਾਕੀ ਸਲਾਹਕਾਰ ਨੇ ਨਾਲੋਂ ਵੀ ਜਿਹੜੇ ਵੱਡੇ ਲੀਡਰ ਨੇ ਪੂਰੀ ਜਿਹੜੀ ਕੋਰ ਕਮੇਟੀ ਆ ਜਿਹੜੇ ਕਹਿ ਰਹੇ ਸੁਖਬੀਰ ਸਿੰਘ ਤੁਸੀਂ ਬਿਲਕੁਲ ਠੀਕ ਆ ਤੁਸੀਂ ਸਾਰੇ ਅਧਿਕਾਰ ਦੇ ਤੇ ਪ੍ਰਧਾਨ ਸਾਹਿਬ ਨੂੰ ਜੀ ਇਹ ਜਿਵੇਂ ਫੈਸਲਾ ਲੈਣਗੇ ਡੰਨਾ ਬਸ ਤਾਂ ਉਹ ਸਾਰਿਆਂ ਨੂੰ ਹੁਣ ਮਨ ਲੱਗਦਾ ਕਿ ਥੋੜੀ ਜਿਹੀ ਰੈਸਟ ਕਰਨੀ ਚਾਹੀਦੀ ਆ ਬਿਲਕੁਲ ਬਿਲਕੁਲ ਕਿਉਂ ਰਸ ਤੋਂ ਬਾਅਦ ਫਿਰ ਕੋਈ ਨਵਾਂ ਸਮਝਣੇ ਕੋਲ ਹੈਗਾ ਹਜੇ ਸਤਾਈ ਬਹੁਤ ਦੂਰ ਆ ਕੰਮ ਕਰਨ ਨੂੰ ਜੇ ਕਰਨਗੇ ਤਾਂ ਹੂੰ ਜੀ ਨਹੀਂ ਤਾਂ ਫਿਰ ਜਿਸ ਤਰੀਕੇ ਨਾਲ ਚੱਲ ਰਿਹਾ ਫਿਰ ਹੋਰ ਗਰਾਫਟਾਈ ਜਾਣੀਆਂ ਹੂੰ ਤੇ ਹੁਣ ਆਪਾਂ ਗੱਲ ਕਰ ਲਈਏ ਜੀ ਕਾਂਗਰਸ ਦੀ ਜੀ ਤਾਂ ਕਾਂਗਰਸ ਦੇ ਵਿੱਚ ਵੀ ਇਹ ਚਰਚਾ ਹੋ ਰਹੀ ਹੈ ਕਿ ਹੁਣ ਜਿਹੜੇ ਰਾਜਾ ਵੜਿੰਗ ਜੀ ਆ ਕਿਉਂਕਿ ਪ੍ਰਗਟ ਸਿੰਘ ਦਾ ਇੱਕ ਬਿਆਨ ਆਇਆ ਕਿ ਹੁਣ ਐਮਪੀ ਬਣ ਚੁੱਕੇ ਆ ਉਹ ਤੇ ਜਿਹੜਾ ਪ੍ਰਧਾਨਗੀ ਤੁਸੀਂ ਵਧਿਆ ਕਿਉਂਕਿ ਜ਼ਿੰਮੇਵਾਰੀਆਂ ਵਾਹ ਲਈਆਂ ਹੋ ਗਈਆਂ ਜਿਸ ਦਿਨ ਆਪਾਂ ਰਾਜਾ ਵਡੰਗ ਦਾ ਇੰਟਰਵਿਊ ਕੀਤਾਗਾ ਵੋਟਾਂ ਦੇ ਵਿੱਚ ਉਸ ਦਿਨ ਇਹ ਸਵਾਲ ਆਪਾਂ ਕਰ ਹੀ ਦਿੱਤਾ ਸੀਗਾ ਤੇ ਉਹਨਾਂ ਨੂੰ ਵੀ ਸੁਣ ਕੇ ਇਹ ਹੈਰਾਨਗੀ ਹੋਈ ਸੀਗੀ ਕਿਉਂਕਿ ਇਹ ਦੋਨੇ ਸਭਾਵਨਾਵਾਂ ਆਗੀਆਂ ਦੋਨੇ ਗੱਲਾਂ 'ਚ ਵੀ ਜੇ ਉਹ ਹਾਰਦੇ ਤਾਂ ਤਾਂ ਪ੍ਰਧਾਨਗੀ ਵਾਲਾ ਤਾਂ ਜਮੀ ਹੋ ਜਾਣਾ ਸੀ ਤੇ ਹੁਣ ਜੇ ਜਿੱਤੇ ਆ ਫੇਰ ਵੀ ਪ੍ਰਧਾਨਗੀ ਕਿਤੇ ਨਾ ਕਿਤੇ ਪਾਸੇ ਰੱਖ ਕੇ ਤੇ ਐਮਪੀ ਨੂੰ ਲੁਧਿਆਣੇ ਵੱਲ ਹੀ ਧਿਆਨ ਦੇਣਾ ਚਾਹੀਦਾ ਠੀਕ ਆ ਜ਼ਰੂਰ ਉਹ ਬਹੁਤ ਲੋਕਾਂ ਦੇ ਵਿੱਚ ਚਰਚਾ ਵੀ ਮੁੱਖ ਮੰਤਰੀ ਵਾਲੀ ਕੁਰਸੀ ਦੇ ਕੋਲੇ ਹੋ ਗਈ ਜਾਂ ਵੱਡੇ ਲੀਡਰਾਂ ਵਾਲੀ ਲਾਈਨ ਦੇ ਵਿੱਚ ਉਵੇਂ ਆ ਚੁੱਕੇ ਨੇ ਪਰ ਉਹੀ ਆ ਗੱਲ ਜੇ ਪੰਜਾਬ ਹਿੱਤ ਦੀ ਗੱਲ ਕਰ ਰਹੇ ਨੇ ਬਹੁਤ ਸਾਰੇ ਕਾਂਗਰਸ ਯੂ ਵਿੱਚ ਪ੍ਰਗਟ ਸਿੰਘ ਵੀ ਆਉਂਦੇ ਨੇ ਹੋਰ ਵੀ ਆਉਂਦੇ ਨੇ ਤਾਂ ਇਹਨਾਂ ਨੂੰ ਵੀ ਉਹੀ ਗੱਲਾਂ ਸੁਣ ਆ ਪੈਣਗੀਆਂ ਹੂੰ ਤਾਂ ਹੁਣ ਕਾਂਗਰਸ ਤਾਂ ਚਲੋ ਥੋੜੀ ਜਿਹੀ ਸਟਰੋਂਗ ਨਜ਼ਰ ਆ ਰਹੀ ਆ ਪਰ ਉਹ ਹੁਣ ਪੰਜਾਬ ਦੇ ਵਿੱਚ ਕਿਵੇਂ ਕੰਮ ਕਰਨਗੇ ਉਹ ਦੇਖਣ ਵਾਲਾ ਪਰ ਕਾਂਗਰਸ ਸੀ ਹੁਣ ਇਹ ਕਹਿ ਰਿਹਾ ਕਿ ਅਸੀਂ ਦੇਖ ਜਿਓ ਉਸਤਾਈ ਦਾ ਕੀ ਕਰਾਂਗੇ ਮਤਲਬ ਜੀ ਚਰਚਾ ਹੁਣ ਬਾਈ ਇਲੈਕਸ਼ਨ ਨੂੰ ਲੈ ਕੇ ਵੀ ਹੋ ਰਹੀ ਹੈ ਸ਼ੁਰੂ ਹੋ ਗਈਆਂ ਨੇ ਕਿਉਂਕਿ ਜੀ ਠੀਕ ਆ ਪਾਰਟੀ ਲਾਈਨਿੰਗ ਤੇ ਤਾਂ ਚਰਚਾ ਹੋਣੀ ਚਾਹੀਦੀ ਹੈ ਪਰ ਲੋਕਾਂ ਦੇ ਵਿੱਚ ਜਿਹੜੀ ਇਹ ਚਰਚਾ ਬਹੁਤ ਜਲਦੀ ਸ਼ੁਰੂ ਹੋ ਗਈ ਹੈ ਨਾ ਇਹ ਮਤਲਬ ਉਸ ਹੱਬ ਦਾ ਸਾਈਨ ਨਹੀਂ ਮਤਲਬ ਇਹ ਮੇਰਾ ਆਪ ਦਾ ਨਹੀਂ ਜੀ ਹੋ ਸਕਦਾ ਹੈਗਾ ਪੁਆਇੰਟ ਜੀ ਤੇ ਲੋਕ ਤਾਂ ਫਿਰ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਕਿ ਅਸੀਂ ਹੁਣ ਸ਼ੁਰੂ ਹੋ ਜਗੇ ਜੀ ਜਿਵੇਂ ਜਿਵੇਂ ਇਹ ਵੱਡੀਆਂ ਕੁਰਸੀਆਂ ਤੇ ਬੈਠ ਰਹੇ ਨੇ ਤੇ ਕੋਈ ਪਾਸਾ ਤਾਂ ਫਿਰ ਕਰਨੇ ਪੈਣਾ ਹੂੰ ਹੂੰ ਤਾਂ 53 ਗਲਕਾਰ ਲੱਗ ਗਈ ਆਮ ਆਦਮੀ ਪਾਰਟੀ ਦੀ ਮਤਲਬ ਤਿੰਨ ਸੀਟਾਂ ਦੇ ਉੱਪਰ ਸਿੰਪਟ ਜਾਂਦੀ ਆ ਤੇ ਹੂੰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ ਜੀ ਹਾਂ ਮਤਲਬ ਜਿਹੜੀ ਆਮ ਆਦਮੀ ਪਾਰਟੀ ਇੱਕ ਦਿਨ ਦੋ ਦੋ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਦੀ ਹੁੰਦੀ ਸੀ ਹਾਰ ਤੋਂ ਬਾਅਦ ਲਗਾਤਾਰ ਚੁੱਪਾ ਹਾਂਜੀ ਮਾਨ ਸਾਹਿਬ ਸਰ ਇੱਕ ਟਵੀਟ ਆਇਆ ਨੇ ਕਿ ਚਲੋ ਸਾਡੇ ਸਿਰ ਮੱਥੇ ਪਈ ਜਿਹੜਾ ਲੋਕਾਂ ਦਾ ਫਤਵਾ ਆਇਆ ਮਤਲਬ ਇਹ ਨਿਕਲ ਹੁੰ ਜਿਵੇਂ ਤੁਸੀਂ ਦੇਖੋ ਸੁਨੀਲ ਜਾਖੜ ਪ੍ਰੈਸ ਕਾਨਫਰੰਸ ਕਰਨਾਗੇ ਮਤਲਬ ਇਹ ਹੁੰਦਾ ਜਿੱਤ ਹਾਰ ਤਾਂ ਬਣੀ ਆ ਤੁਸੀਂ ਉਸ ਤੋਂ ਬਾਅਦ ਸਾਹਮਣੇ ਤਾਂ ਉਹ ਗੱਲਬਾਤ ਤਾਂ ਕਰੋ ਜੇ ਅਸੀਂ ਜਿਹੜੇ ਕਾਰਨ ਲੈ ਕੇ ਅਸੀਂ ਚਰਚਾ ਕਰਦੇ ਆਂ ਤਾਂ ਪਤਾ ਲੱਗੇ ਮਾੜਾ ਮੋਟਾ ਹੀ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਵੀ ਚੁੱਪ ਨੇ ਤੇ ਉਧਰੋਂ ਮਾਨ ਸਾਹਿਬ ਵੀ ਚੁੱਪ ਨੇ ਪਰ ਹੁਣ ਦੌਰ ਤਾਂ ਸ਼ੁਰੂ ਕਰ ਲਿਆ ਮੀਟਿੰਗਾਂ ਦਾ ਇਗਨੇ ਆ ਤਿੰਨ ਸੀਟਾਂ ਜਿੱਤੇ ਨੇ ਇਹ ਪਹਿਲਾਂ ਉੱਥੋਂ ਦੇ ਜਿਹੜੇ ਐਮਪੀ ਬਣੇ ਨੇ ਤੇ ਵਿਧਾਇਕ ਸੀ ਤੇ ਹਲਕਾ ਇੰਚਾਰਜ ਉਹਨਾਂ ਨਾਲ ਮੀਟਿੰਗ ਕੀਤੀ ਆ ਹੁਣ ਇਹਦੂ ਬਾਅਦ ਸ਼ੁਰੂ ਹੋ ਗਿਆ ਮੀਟਿੰਗਾਂ ਜਿੱਥੋਂ ਜਿੱਥੋਂ ਹਾਰੇ ਆ ਹੂੰ ਤਾਂ ਉਹ ਸਾਰੀ ਚਰਚਾ ਹੋ ਰਹੀ ਹੁਣ ਉਹ ਚ ਗੱਲ ਨਿਕਲ ਕੇ ਸਾਹਮਣੇ ਆ ਰਹੀ ਜਿੰਨੇ ਕਿ ਇਹਨਾਂ ਦੇ ਵਿਧਾਇਕਾਂ ਜਾਂ ਜਿਹੜੇ ਹਲਕਾ ਇੰਚਾਰਜ ਨੇ ਜੀ ਜਾਂ ਹੋਰ ਬੰਦੇ ਨੇ ਚੇਅਰਮੈਨ ਨੇ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਪਾਵਰ ਹੀ ਨਹੀਂ ਡਿਸਟ੍ਰਿਬਿਊਟ ਹੋਈ ਜੀ ਮਤਲਬ ਅਸੀਂ ਲੋਕਾਂ ਦਾ ਕੰਮ ਕਰੀਏ ਕਿਵੇਂ ਸਾਡੀ ਤਾਂ ਗੱਲ ਹੁਣ ਐਸਚੂ ਹੀ ਨਹੀਂ ਸੁਣ ਰਿਹਾ ਯਾ ਸਾਡੀ ਗੱਲ ਤਾਂ ਕੋਈ ਇੱਥੇ ਕੋਈ ਡੀਪੂਆ ਨਹੀਂ ਮੰਨਦਾ ਵੀਡੀਓ ਸਾਡੀ ਗੱਲ ਨਹੀਂ ਮੰਨਦਾ ਜੀ ਤਾਂ ਫਿਰ ਲੋਕ ਵੋਟ ਕਿਹੇ ਪਾਉਣਗੇ ਮਤਲਬ ਆਮ ਆਦਮੀ ਪਾਰਟੀ ਨੇ ਪਹਿਲਾਂ ਉਸ ਜਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਫ੍ਰੀ ਦੇ ਕੇ ਜਾਂ ਵੇਖੋ ਉੱਪਰਲਾ ਮਹੌਲ ਸੇਜ ਦਾਂਗੇ ਕਿ ਲੋਕਾਂ ਤੱਕ ਐਮਐਲਏ ਨੂੰ ਉਸ ਪ੍ਰਭਾਵ ਸੀ ਖਤਮ ਕਰਾਂਗੇ ਪਰ ਇਦਾਂ ਨਹੀਂ ਹੁੰਦਾ ਉਹ ਪ੍ਰਵਾਹ ਜੋ ਲਗਾਤਾਰ ਚੱਲਦਾ ਆ ਰਿਹਾ ਤੇ ਲੋਕਾਂ ਦੇ ਪਿੰਡਾਂ ਦੇ ਜਿਹੜੇ ਕੰਮ ਆ ਨਾ ਉਹ ਭਾਵੇਂ ਵਿਧਾਇਕ ਦੇ ਕਰਨ ਵਾਲੇ ਹੋਣ ਜਾਂ ਨਾ ਵੀ ਹੋਣ ਪਰ ਇੱਕ ਸਾਇਕੀ ਬਣੀ ਹੋਈ ਹੈ ਲੋਕਣ ਜਾ ਕੇ ਵਿਧਾਇਕ ਸਾਹਿਬ ਤੋਂ ਫੋਨ ਕਰਾਉਣਾ ਹੀ ਹੁੰਦਾ ਤੇ ਉਹ ਐਨੇ ਰਤਨ ਜੀ ਦੋ ਨੰਬਰ ਵਾਲੇ ਕੰਮ ਵੀ ਨਹੀਂ ਹੁੰਦੇ ਕੋਈ ਥਾਣੇ ਦਾ ਹੁੰਦਾ ਕੋਈ ਕਚਹਿਰੀਆਂ ਦਾ ਹੁੰਦਾ ਕੋਈ ਬਿਜਲੀ ਦੇ ਬਿੱਲ ਵਾਲਾ ਹੁੰਦਾ ਕੋਈ ਮੀਟਰ ਵਾਲਾ ਹੁੰਦਾ ਕੋਈ ਕਸਤੀ ਤੇ ਖਾਲ ਵਾਲਾ ਹੁੰਦਾ ਆਮ ਪਿੰਡਾਂ ਦੇ ਚਾਹਰਿਆਂ ਦੇ ਇਹੀ ਰੌਲੇ ਆ ਉਤਰ ਉੱਥੇ ਵੀ ਜੇ ਵਿਧਾਇਕ ਦੀ ਨਹੀਂ ਚੱਲ ਰਹੀ ਤੁਹਾਨੂੰ ਉਹਦਾ ਖਮਿਆਲਦਾ ਫਿਰ ਸਾਰੀ ਆਮ ਆਦਮੀ ਪਾਰਟੀ ਨੇ ਭੁਗਤਿਆ ਤੇ ਸ਼ਾਇਦ ਹੁਣ ਆਮ ਆਦਮੀ ਪਾਰਟੀ ਇਹ ਚਰਚਾ ਵੀ ਕਰ ਰਹੀ ਆ ਉਹਦਾ ਮਤਲਬ ਇਹ ਨਹੀਂ ਵੀ ਲੋਕਾਂ ਨੇ ਆਪਦੇ ਦੋ ਨੰਬਰ ਦੇ ਕੰਮ ਹੀ ਆ ਲੋਕਾਂ ਨੂੰ ਇਹ ਹੁੰਦਾ ਵੀ ਸਾਡਾ ਐਮ ਐਲ اے ਆ ਸੀ ਪਾਰਟੀ ਦੇ ਵਰਕਰਾਂ ਜਾਂ ਆਮ ਲੋਕ ਹੂੰ ਜਿਹੜੇ ਵਰਕਰ ਆ ਉਹ ਵੀ ਆਪਦੇ ਮਤਲਬ ਪਿੰਡ ਦੇ ਵਿੱਚ ਹੋਰ ਬੰਦਿਆਂ ਨੂੰ ਲੈ ਕੇ ਜਾਂਦੇ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਵੀ ਇਹਨਾਂ ਦੇ ਇਹ ਕੰਮ ਆ ਆ ਇੱਥੇ ਆ ਚਿੱਠੀ ਲਿਖ ਦਿਓ ਜੀ ਆਹ ਕਰ ਦਿਓ ਜੀ ਉਹ ਤਾਂ ਹੋ ਹੀ ਨਹੀਂ ਨਾ ਰਹੇ ਹੂੰ ਜੋ ਨਹੀਂ ਹੋ ਰਹੇ ਤਾਂ ਫਿਰ ਉਹੀ ਗੱਲ ਆ ਨਾ ਬਿਲਕੁਲ ਜੀ ਬਿਲਕੁਲ ਮਤਲਬ ਉਹ ਤੇ ਹੁਣ ਇਹ ਆਮ ਆਦਮੀ ਪਾਰਟੀ ਸੋਚਣਾ ਪਊ ਕਿ ਜਿਹੜੀਆਂ ਅਸੀਂ 92 ਸੀਟਾਂ ਲੈ ਕੇ ਆਏ ਸੀ 50% ਸਾਡੇ ਕੋਲੇ ਵੋਟ ਫੀਸ ਦੀ ਸੀ ਉਹ ਸਾਡਾ ਹੁਣ ਕਿੱਧਰ ਗਿਆ ਭਾਈ ਚਲੋ ਇਹ ਇੰਨੀ ਗੱਲ ਜ਼ਰੂਰ ਚੰਗੀ ਹੈ ਵੀ ਇਕੱਠੇ ਹੋ ਕੇ ਐ ਦਿਖਾਤਾ ਰਹੇ ਆ ਨਾ ਜੀ ਜੋ ਕੁਛ ਮਰਜ਼ੀ ਕਰ ਰਹੇ ਹੋ ਉਹ ਤੇ ਆਪਾਂ ਕਹ ਰਹੀਏ ਵੀ ਦੂਜੇ ਨੰਬਰ ਤੇ ਡਿਸਕਸ਼ਨ ਬੰਦੀ ਹੈ ਪਰ ਕਰਤਾ ਰਹੇ ਆ ਨਾ ਕੋਈ ਕਾਰਵਾਈ ਤਾਂ ਚੱਲ ਰਹੀ ਆ ਹੂੰ ਹੂੰ ਮਤਲਬ ਹੁਣ ਤਾਂ ਮਾਨ ਸਾਹਿਬ ਡੀਸੀ ਨਾਲ ਵੀ ਮੀਟਿੰਗ ਕਰ ਰਹੇ ਨੇ ਮਤਲਬ ਉਹ ਫੀਡਬੈਕ ਲੈ ਰਹੇ ਨੇ ਸਭ ਤੋਂ ਵੱਡੀ ਗੱਲ ਚਲੋ ਫੀਡਬੈਕ ਲਈ ਤਾਂ ਉਹ ਬੈਠੇ ਨੇ ਨਾ ਚੇਅਰ ਦੇ ਉੱਪਰ ਆ ਕੇ ਹਾਂ ਜਿਹੜੀ ਗੱਲ ਮਤਲਬ ਚੰਗੀ ਆ ਉਹਦੀ ਤਾਂ ਸ਼ਲਾਘਾ ਕਰਨੀ ਹੀ ਪਊਗੀ ਮਤਲਬ ਅੰਦਰ ਜੋ ਮਰਜ਼ੀ ਹੋ ਜੇ ਉਹਦੇ ਤੇ ਵੀ ਡਿਸਕਸ਼ਨ ਕਰਾਂਗੇ ਜਿਵੇਂ ਜਿਵੇਂ ਗੱਲਾਂ ਬਾਹਰ ਆਉਣਗੀਆਂ ਪਰ ਜਿਹੜਾ ਕੁਝ ਦਿਖ ਰਿਹਾ ਉਹ ਤਾਂ ਹੋਣੀ ਜਾਈਦਾ ਇਹ ਨਹੀਂ ਨਾ ਵੀ ਥੋੜੇ ਜਿੰਨੇ ਬੰਦੇ ਵੀ ਵੋਟ ਘਟੀ ਆ ਜਾਂ ਵੋਟ ਪਰਸੈਂਟੇਜ ਘਟੀ ਉਹਦੇ ਤੇ ਨਹੀਂ ਚਰਚਾ ਹੋ ਰਹੀ ਹੁਣ ਇੱਥੇ 10 ਬੰਦਿਆਂ ਦੀ ਜ਼ਮਾਨਤ ਜਬਤ ਹੋਗੀ ਹਾਂ ਹਾਂ ਠੀਕ ਆ ਜੇ ਹੁਣ ਕੋਈ ਇੱਥੇ ਇਹ ਕਹਿ ਦੂਗਾ ਵੀ ਸੁਣਨੂ ਕੀ ਪਤਾ ਵੀ ਕਰ ਰਹੇ ਨੇ ਡਿਸਕਸ਼ਨ ਆ ਇਹਨਾਂ ਦੇ ਚੱਲ ਰਹਿਣਾ ਮੀਟਿੰਗਾਂ ਜੇ ਹੁਣ ਉਹ ਮੀਟਿੰਗਾਂ ਹੁਣ ਸਾਹਮਣੇ ਸ਼ੋਅ ਨਹੀਂ ਹੋਣਗੀਆਂ ਵੀ ਕੁਝ ਤਾਂ ਪਤਾ ਕਿਵੇਂ ਲੱਗੂਗਾ ਹਾਂ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਅੰਦਰ ਲੀਆਂ ਗੱਲਾਂ ਦਾ ਹੀ ਪਤਾ ਹੋਵੇ ਜਾਂ ਲੋਕਾਂ ਨੂੰ ਪਤਾ ਹੋਵੇ ਪਰ ਆ ਸਾਹਮਣੇ ਕੁਝ ਦਿਖੇ ਤਾਂ ਸਹੀ ਨਾ ਜੀ ਪੰਜਾਬ ਦੀ ਭਲਾਈ ਲਈ ਜਾਂ ਪਾਰਟੀ ਦੀ ਭਲਾਈ ਲਈ ਕੁਝ ਕਰ ਰਹੇ ਬਿਲਕੁਲ ਬਿਲਕੁਲ ਤਾਂ ਜੀ ਇਹ ਵੀ ਨਾ ਜਦੋਂ ਇਲੈਕਸ਼ਨ ਦੀ ਸ਼ੁਰੂਆਤ ਹੁੰਦੀ ਹੈ ਉਹ ਥੋੜੀ ਜਿਹੀ ਹਵਾ ਅਕਾਲੀ ਦਲ ਦੀ ਹੈਗੀ ਸੀ ਸ਼ੁਰੂਆਤ ਦੇ ਵਿੱਚ ਮਤਲਬ ਉਹ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਸਰਵਾਈਵ ਕਰ ਜਾਣਾ ਪਰ ਜਿਵੇਂ ਜਿਵੇਂ ਇਲੈਕਸ਼ਨ ਵਧਦਾ ਗਿਆ ਤੇ ਅਕਾਲੀ ਦਲ ਪਿੱਛੇ ਹੁੰਦਾ ਗਿਆ ਹਮ ਮਤਲਬ ਇਹ ਤੁਹਾਨੂੰ ਸ਼ਾਇਦ ਸੁਖਬੀਰ ਸਿੰਘ ਬਾਦਲ ਤੇ ਕੱਲੀ ਲੰਬੀ ਸੀਟ ਨੂੰ ਲੈ ਕੇ ਖੁਸ਼ ਹੋ ਜਾਂਦੇ ਬਠਿੰਡਾ ਸੀਟ ਨੂੰ ਲੈ ਕੇ ਖੁਸ਼ ਹੋ ਰਹੇ ਕਿ ਜਿੱਤ ਕੇ ਇਸ ਤਾਂ ਬਠਿੰਡੇ ਤੋਂ ਜੀ ਪਰ ਜਿਹੜੇ ਹੁਣ ਇਹਨਾਂ ਦੇ ਅਕਾਲੀ ਦਲ ਦੇ ਲੀਡਰ ਨੇ ਉਹ ਫੋਨਾਂ 'ਤੇ ਕਹਿ ਰਹੇ ਨੇ ਕਿ ਜੀ ਜਦੋਂ ਸਾਰੀ ਪਾਰਟੀ ਦੇ ਲੀਡਰ ਤੁਸੀਂ ਬਠਿੰਡੇ 'ਤੇ ਜਾ ਕੇ ਬਿਠਾਤੇ ਹਮ ਸਾਰੇ ਵਰਕਰ ਤੁਸੀਂ ਪੂਰੇ ਪੰਜਾਬ 'ਚੋਂ ਬਠਿੰਡੇ ਢੋਲੇ ਤੇ ਫਿਰ ਠੀਕ ਆ ਫ ਤਾਂ ਬਠਿੰਡੇ ਜਿੱਤਣੇ ਸੀ ਭਾਈ ਜੀ ਹਾਂ ਜਦੋਂ ਤੁਸੀਂ ਸਾਰੀ ਪਾਵਰ ਇੱਕ ਸੀਟ ਦੇ ਉੱਪਰ ਲਾਤੀ ਤੇ ਜਿੱਤ ਵੀ ਗਏ ਫਿਰ ਠੀਕ ਆ ਫਿਰ ਬਾਕੀ ਤੁਸੀਂ 12 ਤੋਂ ਕੀ ਲੈਣਾ ਫਿਰ ਹਾਂਜੀ ਹੂੰ ਬਾਕੀ 12 ਦੇ ਹਾਲਾਤ ਹੈ ਕਿ 14 ਜਮਾਨਤਾਂ ਤੱਕ ਦੇ ਪੈਸੇ ਨਹੀਂ ਬਚੇ ਹੂੰ ਜਿਹੜੇ ਜਿੱਤ ਦਾ ਦਾਵਾ ਕਰ ਰਹੇ ਸੀ ਜਾਂ ਲੀਡ ਦਾ ਦਾਵਾ ਕਰ ਰਹੇ ਸੀ ਹੂੰ ਅਕਾਲੀ ਦਲ ਵੀ ਹੁਣ ਸੋਚੂਗਾ ਜੇ ਆਪਾਂ ਰਤਨਜੀਤ ਸ਼ਰਵਾਸ ਚ ਹੀ ਗਏ ਤਾਂ ਸੀ ਕਿ ਅਕਾਲੀ ਦਲ ਅਟੈਕਿੰਗ ਹੋਣਾ ਚਾਹੀਦਾ ਕਦੇ ਵੀ ਮਤਲਬ ਉਹ ਆਪਣੇ ਤੇ ਹੀ ਅਟੈਕਿੰਗ ਹੋ ਰਿਹਾ ਤਾਂ ਜਿਹੜੀ ਵੋਟ ਅਕਾਲੀ ਦਲ ਨੂੰ ਪੈਣੀ ਸੀ ਉਹੀ ਪੈਰੀ ਆ ਭਾਈ ਅਮਰਤਪਾਲ ਸਿੰਘ ਨੂੰ ਤੇ ਨਾਲ ਦੀ ਨਾਲ ਸਰਬਜੀਤ ਸਿੰਘ ਖਾਲਸਾ ਨੂੰ ਜੀ ਜਦੋਂ ਤੁਸੀਂ ਅਟੈਕਿੰਗ ਹੋਗੇ ਲੋਕ ਫਿਰ ਨਫ਼ਰਤ ਕਰਨ ਲੱਗਗੇ ਹੂੰ ਬਿਲਕੁਲ ਬਿਲਕੁਲ ਜੇ ਡਿਫੈਂਡਿੰਗ ਹੋਵੇ ਥੋੜਾ ਚੱਲਦੇ ਹੋ ਉੱਥੇ ਜਾਂ ਥੋੜਾ ਪ੍ਰੇਜ਼ ਕਰ ਚਲੋ ਕਿ ਭਾਈ ਇਹ ਮਤ ਪਾ ਲੈਣਾ ਜੇ ਹੁਣ ਆਪਾਂ ਵੀ ਲੜਦੇ ਜਦੋਂ ਜਿਵੇਂ ਉਹਨੂੰ ਹੋਇਆ ਉਹਨੂੰ ਪਾ ਦਿਓ ਕਿ ਮਰਜ਼ੀ ਕਰ ਲਿਓ ਭਾਈ ਜੀ ਨਹੀਂ ਫਰਕ ਹੁੰਦਾ ਨੇ ਕਿ ਸਿਆਸਤ ਦਾ ਮਤਲਬ ਓਵੇਂ ਕਰਨ ਥੋੜਾ ਨਾਕਾਮਜਾਬ ਰਹੇ ਆ ਸੁਖਬੀਰ ਸਿੰਘ ਬਾਦਲ ਹੂੰ ਬਿਲਕੁਲ ਤੇ ਹਾਂ ਬਗਗ ਥੋੜੀ ਜੀ ਕਿ ਨਵਜੋਤ ਸਿੰਘ ਸਿੱਧੂ ਦੇ ਥੋੜੇ ਜੀ ਜੀ ਹਾਈ ਕਮਾਂਡ ਨੇ ਫਰਕ ਕਰਤੇ ਜਸਵੀਰ ਸਿੰਘ ਡਿੰਪਾ ਜੀ ਜਿਹੜੇ ਸਾਬਕਾ ਐਮਪੀ ਨੇ ਤੇ ਅੰਮ੍ਰਿਤਸਰ ਪੂਰਬੀ ਤੋਂ ਉਹਨਾਂ ਨੂੰ ਲਾਤਾ ਚਾਰਜ ਹਾਂਜੀ ਹਾਂਜੀ ਹੂੰ ਹੂੰ ਮਤਲਬ ਪੰਜਾਬ ਚ ਸ਼ਾਇਦ ਹੁਣ ਹਾਈ ਕਮਾਂਡ ਨੂੰ ਇਹ ਪਤਾ ਲੱਗ ਗਿਆ ਹੋਣਾ ਕਿ ਨਵਜੋ ਸਿੱਧੂ ਤੋਂ ਬਿਨਾਂ ਵੀ ਜੇਕਰ ਸਾਡੀਆਂ ਸੀਟਾਂ ਸੱਤ ਆ ਗਈਆਂ ਤਾਂ ਸਾਡਾ ਕੰਮ ਚੱਲਦਾ ਹੋ ਜੂ ਨਵਜੋ ਸਿੱਧੂ ਬਿਨਾਂ ਹੂੰ ਹੂੰ ਤੇ ਸਿੱਧੂ ਸਾਹਿਬ ਕਹਿੰਦੇ ਉਸੇ ਮਾਇਨਾ ਵਾਂ ਨੂੰ ਕਿ ਮੈਂ ਹੀ ਇਮਾਨਦਾਰ ਆ ਜਾਂ ਮੈਂ ਹੀ ਕੁਛ ਕਰ ਸਕਦਾ ਜਾਂ ਮੈਂ ਕਾਂਗਰਸ ਚ ਆਇਆ ਮਤਲਬ ਉਹਨੂੰ ਪੂਰੇ ਇਸ ਮਾਹੌਲ ਨੂੰ ਰਾਜਾ ਵੜਿੰਗ ਹੋਣ ਪ੍ਰਤਾਪ ਬਾਜਪਾ ਨੂੰ ਸੁਖੀ ਰੰਦਾਵਾ ਹੋਣ ਕਿਉਂਕਿ ਮੇਨ ਤਿੰਨ ਜਿਹਰੇ ਇਹੀ ਆ ਜਿਨ੍ਹਾਂ ਨੇ ਉਹਨੂੰ ਪੂਰਾ ਫੇਲ ਕਰਤਾ ਕਿ ਆ ਦੇਖੋ ਜੀ ਐ ਕਿ ਜੇ ਸਿੱਧੂ ਸਾਹਿਬ ਨੇ ਅਸੀਂ ਫਿਰ ਵੀ ਸੀਟਾਂ ਤੁਹਾਨੂੰ ਸੱਚ ਜਿਤਾ ਕੇ ਭੇਜਤਾ ਜੀ ਹਮ ਹਲੋ ਹਲੋ ਤਾਂ ਹੁਣ ਦੇਖੋ ਸਿੱਧੂ ਸਾਹਿਬ ਹੁਣ ਵਾਪਸੀ ਕਿਵੇਂ ਕਰਦੇ ਨੇ ਲਗਾ ਹੁਣ ਤੋਂ ਵਰਲਡ ਕੱਪ ਸ਼ੁਰੂ ਹੋ ਗਿਆ T20 ਤੇ ਉੱਥੇ ਕਰ ਰਹੇ ਨੇ ਕਮੈਂਟਰੀ ਮੈਂ ਤਾਂ ਦੇਖੇ ਸੀ ਖੜੇ ਸੀ ਤੇ ਨਾ ਤੇ ਕਿਹੜੇ ਵਾਲਾ ਜੀ T20 ਵਰਲਡ ਕੱਪ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਤੇ ਸਿੱਧੂ ਸਾਹਿਬ ਉੱਥੇ ਕਹਿੰਗੇ ਕਮੈਂਟਰੀ ਕਰਨਾ आईपीएल ਦਾ ਉਹਦੇ ਉਹਦੇ ਬਾਰੇ ਤਾਂ ਜੀ ਦੇਖੋ ਆਪਾਂ ਨੂੰ ਮੈਨੂੰ ਤਾਂ ਜਾਣਕਾਰੀ ਹੈ ਨਹੀਂ ਕਿਉਂਕਿ ਮੈਂ ਵੀ ਉਹ ਦੇਖਿਆ ਸੀ ਦਿਨ ਆਈ ਐਨ ਸੀ ਵੀਡੀਓ ਜਿਵੇਂ ਮੈਨੂੰ ਨਹੀਂ ਪਤਾ ਹੁਣ ਉਹ ਟੀ 20 ਦੀ ਸੀ ਕਿ ਇਹਦੀ ਆਈ ਪੀਐਲ ਦੀ ਸੀ ਠੀਕ ਹੈ ਮਤਲਬ ਟੀ 20 ਦੀ ਸੀ ਹਾਂ ਕਿ ਸਿੱਧੂ ਸਾਹਿਬ ਵੀ ਹੁਣ ਥੋੜਾ ਜਿਆਦਾ ਜਾਣਤਾ ਫਿਰ ਇਹ ਕਰ ਲੈਣਾ ਆਪਦੇ ਆਪ ਤੇ ਕਿ ਜੇ ਤੁਸੀ ਸਿਆਸਤ ਕਰਨੀ ਹੈ ਭਾਈ ਕਾਂਗਰਸ ਚ ਰਹਿ ਕੇ ਕਰਨੀ ਆ ਤਾਂ ਇੱਕ ਪਾਸੜ ਕਰ ਲੋ ਨਹੀਂ ਫਿਰ ਆਪਦਾ ਇਧਰ ਜੇ ਤੁਸੀਂ ਪੈਸੇ ਕਮਾਉਣੇ ਆ ਤੁਹਾਡੇ ਘਰ ਦੇ ਹਾਲਾਤ ਠੀਕ ਨਹੀਂ ਹੈਗੇ ਆਰਥਿਕ ਹਾਲਾਤ ਤੁਹਾਡੀ ਧੰਨ ਪਤਨੀ ਦੇ ਇਲਾਜ ਤੇ ਉੱਪਰ ਪੈਸੇ ਜ਼ਿਆਦਾ ਖਰਚ ਹੋ ਰਹੇ ਆ ਫਿਰ ਭਾਈ ਤੁਸੀਂ ਉਧਰ ਦਾ ਕੰਟੀਨਿਊ ਕਰ ਲਓ ਹੈ ਦਰੋਂ ਰਤਨ ਜੀ ਕਾਂਗਰਸੀ ਖੁਸ਼ ਹੋਣਗੇ ਨਾ ਕਿ ਸਿੱਧੂ ਸਾਹਿਬ ਜਿਹੜੇ ਰੌਲਾ ਪਾਉਂਦੇ ਹੁੰਦੇ ਸੀ ਜੀ ਧੜੇਬੰਦੀ ਕ੍ਰੀਏਟ ਕਰਦੇ ਸੀ ਉਹ ਨਾ ਹੋਣ ਦੇ ਕਰਕੇ ਫਾਇਦਾ ਬਹੁਤ ਹੋ ਗਿਆ ਸਾਨੂੰ ਮਤਲਬ ਐਤਕੀ ਸ਼ਾਇਦ ਕਾਂਗਰਸ ਤਾਂ ਹੀ ਸੀਟਾਂ 7 ਤੱਕ ਪਹੁੰਚ ਚੁੱਕੀ ਆ ਕਿ ਜੇਕਰ ਉਹਨਾਂ ਕੋਲੇ ਕੋਈ ਬਾਹਲੇ ਧੜੇਬੰਦੀ ਵਾਲਾ ਕੋਈ ਬੰਦਾ ਹੈ ਨਹੀਂ ਸੀ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਮਤਲਬ ਕਾਂਗਰਸ ਦੇ ਇੱਕ ਜੋ ਠੋਕੇ ਰਤਨ ਜੀ ਆਪਾਂ ਨੂੰ ਚੋਣਾਂ 'ਚ ਲੜਦੀ ਨਜ਼ਰ ਆਈ ਆ ਜੀ ਨਹੀਂ ਨਜ਼ਰ ਮੈਂ ਥੋੜਾ ਜਿਹਾ ਆਪਦਾ ਮਤਲਬ ਕੈਰੀਅਰ ਵੀ ਵਿਚਾਰ ਹਰੂ ਰੱਖਦਾ ਹਾਂ ਵੀ ਉਹ ਲੋਕਾਂ ਕੋਲੇ ਹੀ ਕੋਈ ਹੋਰ ਮਤਲਬ ਹੈ ਨਹੀਂ ਸੀ ਨਾ ਵਿਕਲਪ ਹੈ ਨਹੀਂ ਸੀ ਆਪਾਂ ਦੀ ਸੀ ਕੋਈ ਤਾਂ ਇਹ ਵੀ ਆ ਤੇ ਰਤਨ ਜੀ ਫਿਰ ਹੋਣਾ ਗੱਲ ਵੀ ਕਰ ਲਈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ 'ਚ ਦਾ ਗੱਠ ਜੋ ਟੁੱਟ ਚੁੱਕਿਆ ਜੀ ਹਾਂਜੀ ਬਿਲਕੁਲ ਹਾਂ ਉਹ ਹੁਣ ਆ ਹੀ ਸੀ ਹੂੰ ਇਹ ਹੋਣਾ ਹੀ ਸੀ ਬਸ ਹਾਲਾਂਕਿ ਜੋ ਨੈਸ਼ਨਲ ਪੋਲਿਟਿਕਸ ਦੇ ਵਿੱਚ ਖਾਸ ਕਰਕੇ TDP ਨੇ ਜੋ ਸ਼ਰਤਾਂ ਰੱਖੀਆਂ ਹੂੰ ਉਹਨਾਂ ਨੂੰ ਲੈ ਕੇ ਵਾਕਈ ਹੀ ਕੁਝ ਨਾ ਕੁਝ ਤੇ ਬਹੁਤ ਵੱਡਾ ਹੋਣ ਵਾਲਾ ਹੈ ਹਾਂ ਮਤਲਬ ਉਹਨੂੰ ਉਸ ਗਲਤੀ ਵੀ ਅੱਜ ਕੀ ਜੀ ਐਨਡੀਐ ਐਨਡੀਐ ਦੀ ਸਰਕਾਰ ਜਰੂਰ ਵਿਕੋ ਬਣ ਜਾ ਰਹੀ ਆ ਹੂੰ 9 ਤਰੀਕ ਨੂੰ ਜੀ ਪ੍ਰਧਾਨ ਮੰਤਰੀ ਬਣ ਜਾ ਰਿਹਾ ਨਰਿੰਦਰ ਮੋਦੀ ਤੀਸਰੀ ਵਾਰ ਹਾਂ ਰਿਜ਼ਰਵੇਸ਼ਨ ਦੀ ਗੱਲ ਉੱਠੀ ਉਸ ਨੂੰ ਲੈ ਕੇ ਤਾਂ ਜੁਲਤੇ ਉਹ ਸ਼ਾਇਦ ਪਹਿਲੇ ਹਫਤੇ ਦੇ ਵਿੱਚ ਜੀ ਦੇਖਣ ਨੂੰ ਮਿਲ ਜੇ ਮਤਲਬ ਜੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਨਿਤਿਸ਼ ਕੁਮਾਰ ਹੁਣਾਂ ਨੇ ਮੰਗ ਰੱਖੀ ਆ ਦੂਸਰੇ ਪਾਸੇ ਚੰਦਰਬਾਬੂ ਨਾਈਡੂ ਹੁਣਾਂ ਨੇ ਆਪਣੀ ਮੰਗ ਰੱਖੀ ਆ ਮਤਲਬ ਇਸ ਵਾਰ ਤਾਂ ਬੀਜੇਪੀ ਨੂੰ ਬਹੁਤ ਔਖਾ ਹੋ ਜਾਣਾ ਤਾਂ ਤੁਸੀਂ ਇਹ ਦੇਖੋ ਇਹ ਤੋਂ 10 ਸਾਲ ਪਹਿਲਾਂ ਭਾਵੇਂ ਇਹ ਗੱਠਜੋੜ ਚਾਗੇ ਸੀ ਮਤਲਬ ਪੰਜਾਬ ਛੱਡੋ ਦੇਖਦੇ ਲੋਕਾਂ ਨੇ ਨਹੀਂ ਸੁਣਿਆ ਹੋਣਾ ਕਿ ਐਨਡੀਏ ਕੀ ਆ ਉਦੋਂ ਕੱਲਾ ਹੁੰਦਾ ਸੀ ਬੀਜਪੀ ਬੀਜਪੀ ਕੀ ਸਰਕਾਰ ਆਪਦੀ ਵਾਰ ਬੀਜਪੀ ਦੀ ਸਰਕਾਰ ਮੋਦੀ ਇਸ ਤਰ੍ਹਾਂ ਹੀ ਹੋ ਰਿਹਾ ਸੀ ਪਰ ਹੁਣ ਪਿਛਲੇ ਜਿੱਦ ਦੇ ਰਿਜ਼ਲਟ ਆਇਆ ਮਤਲਬ ਉਹਦੇ ਦੇ ਕਿਤੇ ਸੁਣ ਨੂੰ ਮੈ ਨਹੀਂ ਬੀਜਪੀ ਹੁਣ ਤਾਂ ਸਿਰਫ ਐਨਡੀਏ ਐਨਡੀਏ ਹੋ ਰਹੀ ਆ ਹੂੰ ਇਹ ਗੱਲ ਸ਼ਾਇਦ ਪ੍ਰਧਾਨ ਮੰਤਰੀ ਜੀ ਸਮਝ ਗਏ ਹੋਣਗੇ ਕਿ ਹੁਣ ਆਪਣੀ ਪਾਰਟੀ ਤੇ ਆਪਦੇ ਨਾਮ ਦਾ ਸਲੋਗਨ ਥੋੜਾ ਜਿਹਾ ਫਿੱਕਾ ਕਰਨਾ ਪਊਗਾ ਭਾਈ ਹੂੰ ਕੀ ਖਬਰਾਂ ਆ ਰਹੀਆਂ ਨੇ ਤਕਰੀਬਨ ਨਤੀਸ਼ ਕੁਮਾਰ ਹੋਣਾ ਤੇ ਚੰਦਰਬਾਬੂ ਨਾਈਟੂ ਨੇ ਬਹੁਤ ਜਿਹੜੇ ਚੰਗੇ ਚੰਗੇ ਡਿਪਾਰਟਮੈਂਟ ਨੇ ਜਾਂ ਮੰਤਰੀ ਨੇ ਉਹ ਮੰਗ ਲਏ। ਮੈਂ ਚਲੋ ਉਹ ਵੀ ਆ ਪਰ ਇਹ ਵੀ ਸਮਝਣਾ ਪਊਗਾ ਵੀ ਆਪਦੇ ਸੂਬੇ ਦੇ ਵਾਸਤੇ ਸਪੈਸ਼ਲ ਪੈਕੇਜ ਦੀ ਡਿਮਾਂਡ ਹੋਈ ਆ ਪੈਕੇਜ ਵਰਗੇ ਮਤਲਬ ਉਹਨਾਂ ਦੀ ਜਾਂਚ ਦੀ ਵੀ ਉਹਨਾਂ ਤੇ ਇਨਕੁਆਇਰੀ ਕੀਤੀ ਜਾਵੇ ਤੇ ਰਿਜ਼ਰਵੇਸ਼ਨ ਦੀ ਗੱਲ ਹੋਈ ਆ ਔਰ ਉਹ ਤਾਂ ਦੇਸ਼ ਭਰ ਲਈ ਹੋਈ ਆ ਨਾ। ਉਹ ਬੋਲ ਖਾਸਾ ਜੀ ਨੇ ਕਹਿ ਰਹੇ ਸੀ ਕਿ ਜਿਹੜੀ ਆਪਾਂ ਕਰਾਉਣੀ ਆ ਜາດ ਦੇ ਨਾਮ ਦੇ ਉੱਪਰ ਜਾਣਕਾਰੀ ਮਤਲਬ ਉਹਨੂੰ ਲੈ ਕੇ ਬੀਜਪੀ ਲਗਾਤਾਰ ਰੋਹਤ ਚੜਈ ਆ ਪਰ ਨितीश ਕੁਮਾਰ ਨੇ ਕਰਵਾਈ ਸੀ ਉਹ ਹਾਂ ਹੁਣ ਉਹਨੂੰ ਲੈ ਕੇ ਕਿ ਇਦੂ ਬਾਅਦ ਬੀਜਪੀ ਕੀ ਸਟੈਂਡ ਲੈਂਦੀ ਆ ਇਹ ਦੇਖਣ ਵਾਲਾ ਹੋਊਗਾ ਹੁਣ ਇਹ ਤਾਂ ਮਤਲਬ ਉਹਨਾਂ ਕੋਲ ਤਾਂ ਉਹ ਮੁਰਗੀ ਆ ਗਈ ਨਾ ਰਤਨ ਜੀ ਸੋਨੇ ਦੇ ਅੰਡੇ ਵਾਲੀ ਹਮ ਆਪ ਕਿ ਬਿਹਾਰ ਬਹੁ ਟਾਈਮ ਤੋਂ ਮੰਗ ਕਰ ਰਿਆ ਸੀ ਸਪੈਸ਼ਲ ਪੈਕੇਜ ਦੇ ਜਾਂ ਸਪੈਸ਼ਲ ਸਟੇਟ ਦੇ ਤੇ ਜਦੋਂ ਇਹ ਪੂਰਾ ਗੱਠਜੋੜ ਹੁੰਦਾ ਤਾਂ ਕਲੀਅਰ ਹੋ ਗਿਆ ਸੀ ਕਿ ਨਿਤਿਸ਼ ਕੁਮਾਰ ਇੰਡੀਆ ਜਾ ਰਹੇ ਤੇ ਉਦੋਂ ਅਕਲੇਸ਼ ਯਾਦਵ ਦਾ ਬਿਆਨ ਵੀ ਆਇਆ ਸੀ ਚਲੋ ਇਹ ਚੰਗੀ ਗੱਲ ਆ ਕਿ ਉਧਰ ਗਏ ਨੇ ਨਿਤਿਸ਼ ਕੁਮਾਰ ਜੀ ਤਾਂ ਫਿਰ ਉਹ ਕਾਫੀ ਸਮੇਂ ਤੋਂ ਮੰਗ ਕਰਦੇ ਸੀ ਸਪੈਸ਼ਲ ਦੀ ਤੇ ਉਹ ਸਪੈਸ਼ਲ ਲੈ ਕੇ ਆਣ ਕੁਛ ਹਾਂ ਇਹ ਤਾਂ ਹੈਗੀ ਉਹਨਾਂ ਦੇ ਪ੍ਰੈਸ਼ਰ ਕੰਮ ਕਿ ਇੰਡੀਆ ਲਾਈਨ ਦਾ ਜਿਹੜੇ ਥਰੇ ਦੀ ਗੱਲ ਕਰਦੇ ਆ ਬਾਨੀ ਦੀ ਗੱਲ ਕਰਦੇ ਆ ਪਰ ਜਿੱਥੋਂ ਉਹਦੇ ਚ ਪਹਿਲੇ ਐਸੇ ਪਹਿਲੀ ਕਤਾਰ ਚ ਨਿਤਿਸ਼ ਕੁਮਾਰ ਹੀ ਸੀਰੇ ਪਾਸੇ ਹੁੰਦੇ ਨੇ ਤੇ ਰਤਨ ਜੀ ਇਹ ਵੀ ਪਹਿਲਾਂ ਨੂੰ ਵੀ ਪਤਾ ਹੈ ਨਾ ਵੀ ਸਾਡੀ ਪਾਰਟੀ ਦੀ ਇਮੇਜ ਜਾਂ ਸਾਡੀ ਇਮੇਜ ਨੂੰ ਲੈ ਕੇ ਲੋਕ ਕੀ ਸੋਚਦੇ ਨੇ ਤੇ ਉਹਨੂੰ ਅਸੀਂ ਕਿਵੇਂ ਬਰਕਰਾਰ ਰੱਖਣਾਗਾ ਮਤਲਬ ਹੂੰ ਮਤਲਬ ਬਰਕਰਾਰ ਤੋਂ ਭਾਵੇਂ ਉਹਨੂੰ ਹਾਂ ਵਾਲੇ ਪਾਸੇ ਜਾਂ ਪੋਜ਼ਿਟਿਵ ਵਾਲੇ ਪਾਸੇ ਕਿਵੇਂ ਲੈ ਕੇ ਜਾਣਾ ਬਿਲਕੁਲ ਬਿਲਕੁਲ ਤੇ ਤੁਸੀਂ ਦੇਖੋ ਨਾ ਇਸ ਵਾਰ ਔਖਾ ਹੋਣਾ ਇਸ ਵਾਰ ਭਾਜੀਪੀ ਦੀ ਸਰਕਾਰ ਐਂਡੀ ਸਰਕਾਰ ਪਤਾ ਨਹੀਂ 5 ਸਾਲ ਪੂਰੇ ਕਰ ਪਾਊ ਕਿ ਨਹੀਂ ਕਰ ਪਾਊਗੀ ਪਰ ਤੁਸੀਂ ਨਹੀਂ ਤਾਂ ਸਰਕਾਰ ਸਰਕਾਰ ਬੰਦ ਤੋਂ ਪਹਿਲਾਂ ਹੀ ਚੀਜ਼ਾਂ ਸਾਹਮਣੇ ਆਉਣ ਲੱਗੀਆਂ ਤੇ ਪਹਿਲੇ ਹਫ਼ਤਿਆਂ ਦੇ ਵਿੱਚ ਕੀ ਹੋਣਾ ਸਾਡੇ ਸਾਹਮਣੇ ਆ ਜਾਊਗਾ ਬਿਲਕੁਲ ਬਿਲਕੁਲ ਜੀ ਤੇ ਹੁਣ ਪਰ ਇਸ ਵਾਰ ਜਿਹੜਾ ਇੰਡੀਆ ਪੂਰਾ ਜਾਂ ਵਿਦਿਤਰਾ ਉਹ ਸਟਰੋਂਗ ਆ ਮਤਲਬ ਹੁਣ ਇਦਾਂ ਹੁਣੀ ਹੋਊਗਾ ਕਿ ਜਿਹੜਾ ਮੀਡੀਆ ਇਗਨੋਰ ਕਰ ਪਾਊਗਾ ਜਿਵੇਂ ਕੱਲ ਹੀ راہੂ ਕਾਂਦੇ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਆ ਮਤਲਬ ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਤੁਸੀਂ ਜਿਹੜੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡਬੋਤੇ ਹੂੰ ਉਹ ਗੱਲ ਫੇਰ ਕਰ ਰਹੇ ਨੇ ਬਾਨੀ ਅਦਾਨੀ ਦੀ ਬਿਲਕੁਲ ਹਾਂ ਮਤਲਬ ਉਹ ਹੁਣ ਉਹ ਮਜਬੂਰੀ ਬਣ ਜੂ ਬੀਜੇਪੀ ਦੀ ਵੀ ਕਿ ਇੱਕ ਤਾਂ ਇਹ ਚੀਜ਼ਾਂ ਸੁਣਨੀਆਂ ਪੈਣਗੀਆਂ ਕਿਉਂਕਿ ਪਹਿਲਾਂ ਤੁਸੀਂ ਇੰਨੇ ਸਟਰੋਂਗ ਸੀ ਕਿ ਤੁਹਾਨੂੰ ਫਿਕਰ ਹੀ ਕੋਈ ਨਹੀਂ ਸੀ ਹਾਂ ਤੇ ਇਸ ਵਾਰ ਤਾਂ ਵਿਰੋਧਧਰ ਵੀ ਪੂਰਾ ਮੌਕੇ ਭਾਲੂਗਾ ਕਿ ਅਸੀਂ ਕਦੋਂ ਮਤਲਬ ਨਾਲ ਨਾਲ ਇਹ ਟੈਕਿੰਗ ਹੋ ਗਿਆ ਸਰਕਾਰ ਬਣੀ ਨਹੀਂ ਇੰਡੀਆ ਗੱਠਜੋੜ ਜਾਂ ਕਾਂਗਰਸ ਪੂਰੀ ਅਟੈਕਿੰਗ ਮੂਡ ਚ ਆ ਚੁੱਕੀ ਆ ਜੀ ਜੀ ਬਿਲਕੁਲ ਹਾਂ ਕਿਸੀ ਕੋਈ ਵੀ ਮੌਕਾ ਨਹੀਂ ਛੱਡਣਾ ਇਸ ਵਾਰ ਪ੍ਰਧਾਨ ਮੰਤਰੀ ਨੂੰ ਘੇਰਨ ਦਾ ਹੂੰ ਮੈਂ ਉਹ ਪੜ ਰਿਹਾ ਸੀ ਰਿਪੋਰਟ ਜੀ ਤਲ ਤਕੜੀ ਆਪੋਜੀਸ਼ਨ ਦਾ ਫਾਇਦਾ ਹੀ ਪਰਮੀ ਤੇ ਹੁੰਦਾ ਨਾ ਤਾਂ ਹੀ ਤਾਂ ਪੰਜਾਬ ਆਪਣਾ ਕਿਉਂ ਅੱਜ ਹੁਣ ਇੰਨੇ ਮੁੱਦੇ ਆ ਜਿੰਨੇ ਮੁੱਦੇ ਆਪਣਾ ਪੰਜਾਬ ਚ ਆ ਜਾਂ ਜਿਹੜੇ ਇਸ ਸੱਤਾਧਰ ਪਾਰਟੀ ਨੇ ਖੜੇ ਕਰਤੇ ਬੰਨ ਤੋਂ ਬਾਅਦ ਜਿਹੜੇ ਪਹਿਲਾਂ ਵਾਲਿਆਂ ਨੂੰ ਤਾਂ ਆਪਾਂ ਕਹਿ ਦਈਏ ਜਿਵੇਂ ਮੈਂ ਵੀ ਕਹਦੇ ਨੇ ਵੀ ਖਾਦੀ ਖੜੀ ਹਮ ਹੈਨਾ ਤੇ ਉਹ ਨਹੀਂ ਮੁੱਦਾ ਬਣਾ ਸਕੇ ਆਪੋਜੀਸ਼ਨ ਵਾਲੇ ਨਾ ਮਤਲਬ ਉਹ ਜਿਆਦਾ ਕਰੇ ਬਿਕਰਮ ਮਜੀਠੀਆ ਬੋਲਦੇ ਆ ਸੁਖਪਾਲ ਖਹਿਰਾ ਬੋਲਦੇ ਆ ਪ੍ਰਗਟ ਸਿੰਘ ਬੋਲਦੇ ਆ ਪਰ ਪਾਰਟੀ ਲਾਈਨ ਤੇ ਉਹਨਾਂ ਨੂੰ ਉਵੇਂ ਨਹੀਂ ਚੱਕਿਆ ਜਾਂਦਾ ਹਮ ਹਮ ਤੇ ਕਿ ਆਪੋਜੀਸ਼ਨ ਕਮਜ਼ੋਰ ਆ ਉੱਥੇ ਤਾਂ ਹੁੰਦੀ ਆ ਨਾ ਬੇੜਾ ਕਰਕ ਬਿਲਕੁਲ ਜੀ ਬਿਲਕੁਲ ਤਾਂ ਹੁਣ ਵੀ ਕੱਲ ਇੱਕ ਤੁਸੀਂ ਦੇਖੀ ਹੋਣੀ ਆ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੁਣ ਤਾਂ ਨਹੀਂ ਪਰ ਬਣ ਜਾ ਰਹੀ ਨੇ ਚਲੋ ਤੇ ਜਦੋਂ ਮੋਦੀ ਜਾਂਦੇ ਆ ਰਾਸ਼ਟਰਪਤੀ ਸਾਹਿਬ ਦੇ ਕੋਲ ਮਿਲਣ ਦੇ ਲਈ ਤੇ ਉਹ ਪੂਰਾ ਦੇਣ ਦੇ ਲਈ ਕਿ ਅਸੀਂ ਹਾਂਜੀ ਤਿਆਰ ਆ ਸਰਕਾਰ ਬਣਾਉਣ ਦੇ ਲਈ ਤਾਂ ਜਦੋਂ ਉਹ ਬਾਹਰ ਆਉਂਦੇ ਨੇ ਤਾਂ ਉਹ ਸਪੀਚ ਕਰਦੇ ਨੇ ਜੀ ਹਾਂ ਤੇ ਉਹ ਸਪੀਚ ਉਹਨਾਂ ਦੀ ਬਿਨਾਂ ਟੈਲੀਪ੍ਰੋਂਟਰ ਤੋਂ ਸੀ ਹਮ ਮਤਲਬ ਉਹ ਨਈ ਕਲਿੱਪ ਹੁਣ ਤਕਰੀਬਨ ਹੈਗੀ ਆ 20 ਸੈਕਿੰਡ ਦੀ ਬਹੁਤ ਵਾਇਰਲ ਹੋ ਰਹੀ ਆ ਪ੍ਰਧਾਨ ਮੰਤਰੀ ਨੂੰ ਸ਼ਬਦ ਨਹੀਂ ਆ ਰਹੇ ਹਮ ਮਤਲਬ ਉਹਨਾਂ ਦਾ ਨਾਂ ਤਾਂ ਪੜਿਆ ਜਾ ਰਿਹਾ ਤੇ ਕੋਈ ਸ਼ਬਦ ਬੋਲ ਰਹੇ ਨੇ ਉਹ ਸ਼ਬਦ ਵੀ ਹੈ ਨਹੀਂ ਕਿਤੇ ਹਮ ਮਤਲਬ ਹੁਣ ਲੋਕ ਬਹੁਤ ਟ੍ਰੋਲ ਕਰ ਰਹੇ ਆ ਕਿ ਦੇਖੋ ਉਹ ਅਜੇ ਤਾਂ ਦੇਣੀ ਇੱਕ ਨਹੀਂ ਹੋਇਆ ਸਰਕਾਰ ਬਣੀ ਨੂੰ ਤੇ ਮੋਦੀ ਸਾਹਿਬ ਉਹ ਜਨੇ ਸ਼ੁਰੂ ਹੋ ਗਏ ਤੇ ਦੇਖੋ ਕਿ ਸਿਰਫ ਕਲੇ ਟੈਲੀ ਪ੍ਰਿੰਟਰ ਦੇ ਨਾਲ ਹੀ ਬੋਲ ਸਕਦੇ ਆ ਤਾਂ ਇਹ ਇਹਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਤੇ ਬੜੇ ਸਵਾਲ ਰਤਨ ਜੀ ਖੜੇ ਹੁੰਦੇ ਆ ਰਹੇ ਆ ਕਿ ਉਹ ਟੈਲੀਪ੍ਰਿੰਟਰ ਤੋਂ ਬਿਨਾਂ ਨਹੀਂ ਬੋਲ ਸਕਦੇ। ਹਾਂ ਉਹ ਤਾਂ ਫਿਰ ਹੋਣਗੀ ਨਾ ਉਹੀ ਉਹੀ ਚੀਜ਼ਾਂ ਹੀ ਹਨਾ। ਹੂੰ ਕਿ ਜਿਹੜੀ ਚੀਜ਼ ਨੂੰ ਮੈਨੇਜ ਕਰ ਰਹੀ ਸੀ ਜਾਂ ਕੀ ਆ ਉਹਦਾ ਫੈਕਟ ਕੀ ਹੈ ਜਦੋਂ ਤੁਸੀਂ ਇੱਕ ਮੁਸ਼ਕਲ ਘੜੀ 'ਚ ਫਸੇ ਹੋ। ਹੂੰ ਨਾਲੇ ਤੁਸੀਂ ਸੱਤਾ ਦੇ ਵਿੱਚੋਂ ਨਾਲੇ ਮੁਸ਼ਕਲ ਘੜੀ ਦੇ ਵਿੱਚੋਂ ਅਗਰ ਕਈ ਚੀਜ਼ਾਂ ਨੇ ਤੁਹਾਡੀ ਆਦਤਾਂ ਖਰਾਬ ਕਰ ਦਿੱਤੀਆਂ ਜਾਂ ਕਈ ਚੀਜ਼ਾਂ ਤੁਹਾਡੇ ਲਈ ਮਤਲਬ ਕਿੰਨੀਆਂ ਹਾਨੀਕਾਰਕ ਹਨ। ਹੂੰ ਮਿੰਟ ਹੀ ਲੋਕ ਪੜਦੇ ਆ ਨਾ ਛੋਟੀ ਛੋਟੀ ਗੱਲ ਤਾਂ ਹੀ ਆ ਲੀਡਰ ਦੀ ਹਰ ਇੱਕ ਮੂਵਮੈਂਟ ਜਾਂ ਕਿਸੇ ਵੀ ਵਿਅਕਤੀ ਦੀ ਹਰ ਇੱਕ ਮੂਵਮੈਂਟ ਤੇ ਕੀ ਅਸਰ ਪੈਂਦਾਗਾ ਜਾਂ ਉਹਦੀ ਮੂਵਮੈਂਟ ਦੇ ਨਾਲ ਲੋਕਾਂ ਤੇ ਕੀ ਅਸਰ ਪੈ ਰਿਹਾ ਹੋਊਗੀ ਖਾਸ ਕਰਕੇ ਇਸ ਪੋਲੀਟੀਕਲ ਕਦ ਦੇ ਲੀਡਰ ਜਾਂ ਇਸ ਜਿਹੜਾ ਰੁਤਬਾ ਦਿੱਤਾ ਹ ਉਹ ਸੋਚਣਗੇ ਜ਼ਰੂਰ ਉਹ ਇਹਦੇ ਤੇ ਖਾਸ ਕਰਕੇ ਆਰਐਸਐਸ ਕੀ ਸੋਚ ਰਹੀ ਆ ਜਾਂ ਬੀਜੇਪੀ ਕੀ ਸੋਚ ਰਹੀ ਆ ਉਹ ਜ਼ਰੂਰ ਧਿਆਨ ਰੱਖਣਗੇ ਵੀ ਕੀ ਹੋਣ ਵਾਲਾ ਕਿਉਂਕਿ ਹਜੇ ਬਣੇ ਨਹੀਂ ਪ੍ਰਧਾਨ ਮੰਤਰੀ ਹੋ ਬਿਲਕੁਲ ਬਿਲਕੁਲ ਪ੍ਰੋਡੈਕਟ ਕਰਨਾ ਸ਼ੁਰੂ ਕਰਤਾ ਵੀ ਸਾਲ ਦੋ ਸਾਲ ਨਹੀਂ ਟੱਪਦੇ ਹੂੰ ਮਤਲਬ ਉਹ ਤਾਂ ਹੁਣ ਕਿਸਮਤ ਹੈ ਕਿ ਭਾਈ ਮੋਦੀ ਜੀ ਕਿੰਨੇ ਕਿ ਸਮਝੋਤਾਵਾਦੀ ਹੁੰਦੇ ਆ ਮਤਲਬ ਇਹ ਟੈਸਟ ਆ ਉਹਨਾਂ ਦਾ ਹਾਂ ਇਹ ਪ੍ਰਡਿਕਸ਼ਨ ਹੀ ਆਪਣੇ ਆਪ ਦੇ ਵਿੱਚ ਉਹਨਾਂ ਦੇ ਲਈ ਮਾੜੀ ਆ ਹੂੰ ਮਤਲਬ ਕਿ ਲੋਕ ਪਹਿਲਾਂ ਹੀ ਕਹਿਣ ਲੱਗ ਗਏ ਹੂੰ ਹੂੰ ਜੀ ਕਿ ਮਤਲਬ ਇਸ ਵਿੱਚ ਕਾਜਕਾਂ ਲੁਧਿਆਣਾ ਤੋਂ ਖਬਰ ਆਈ ਸੀ ਲੁਧਿਆਣਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦਲਜੀਤ ਸਿੰਘ ਗਰੇਵਾਲ ਔਰ ਭੋਲਾ ਜੀ 30 ਤੇ 31 ਦੀ ਨਾ ਦਰਮਿਆਨੀ ਰਾਤ ਨੂੰ ਬਿਜਲੀ ਖਰਾਬ ਹੁੰਦੀ ਆ ਜੀ ਲੁਧਿਆਣਾ ਪੂਰਬੀ ਦੇ ਵਿੱਚ ਇੱਕ ਕਲੋਨੀ ਸੀ ਗਗਨ ਕਲੋਨੀ ਵਾਲ ਦਾ ਤੇ ਉੱਥੇ ਵਿਧਾਇਕ ਸਾਹਿਬ ਸੱਦ ਲੈਂਦੇ ਨੇ ਐਸਡੀਓ ਨੂੰ ਤੇ ਐਸਡੀਓ ਬਾਅਦ ਚ ਫੋਨ ਕਰਦਾ ਜੈ ਨੂੰ ਕਿ ਜੀ ਤੁਸੀਂ ਦਫ਼ਤਰ ਪਹੁੰਚੋ ਤੇ ਜ਼ਰੂਰੀ ਆ ਜਦੋਂ ਜੈ ਹੋਰੀ ਦਫ਼ਤਰ ਪਹੁੰਚਦਾ ਕਿ ਵਿਧਾਇਕ ਸਮੇਤ ਸਾਡੇ ਸੀਨੀਅਰ ਅਫਸਰ ਨੇ ਉਹ ਕਿਸੇ ਕਲੋਨੀ 'ਚ ਮਜੂਦ ਆ ਕੋਈ ਲੈਡ ਦਾ ਰੋਲਾ ਰੂਲਾ ਹੈਗਾ ਉੱਥੇ ਜਦੋਂ ਭਾਈ ਉਹ ਉੱਥੇ ਪਹੁੰਚਦੇ ਨੇ ਤੇ ਕਾਫੀ ਮਾਹੌਲ ਗਰਮਜਾ ਹੁੰਦਾ ਤੇ ਵਿਧਾਇਕ ਸਾਹਿਬ ਝਾੜ-ਜੰਪ ਕਰ ਰਹੇ ਹੁੰਦੇ ਆ ਅਫਸਰਾਂ ਦੀ ਮਾੜੀ ਮੁੱਟੀ ਜੀ ਜੀ ਤੇ ਇਸ ਤੋਂ ਬਾਅਦ ਜਦੋਂ ਮੀਟਿੰਗ ਖਤਮ ਹੁੰਦੀ ਹੈ ਵਿਧਾਇਕ ਚਲੇ ਜਾਂਦੇ ਨੇ ਉੱਥੋਂ ਪਰ ਜਿਹੜੇ ਵਿਧਾਇਕ ਸਾਹਿਬ ਦੀਆਂ ਸੱਜੀਆਂ ਖੱਬੀਆਂ ਬਾਹਾਂ ਸੀ ਜੀ ਉਹ ਜਈ ਸਾਹਿਬ ਨੂੰ ਗਲਾਂ ਘੱਟਣ ਲੱਗ ਜਾਂਦੇ ਆ ਉੱਥੇ ਹਾਂ ਮਤਲਬ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਕਰੀਬੀ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੰਦੇ ਨੇ ਉੱਥੇ ਹਾਂ ਤੇ ਇਹ ਹੁਣ ਜਈ ਨੇ ਸ਼ਰਮਾ ਸਾਹਿਬ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਉਹ ਮੈਨੂੰ ਕਹਿੰਦੇ ਕਿ ਦੇਖੋ ਤੁਹਾਡੇ ਅਫਸਰ ਨੇ ਦਾ ਝਾੜ ਚੰਮ ਕਰਤੀ ਸਾਡੇ ਐਮਐਲਏ ਨੇ ਹੁਣ ਸੋਡੀ ਵਾਰੀ ਆ ਹੂੰ ਤੋ ਕਹਿੰਦੇ ਕਾਫੀ ਕੁਛ ਉੱਥੇ ਮਾਹੌਲ ਗਰਮ ਆ ਜਾਂਦਾ ਫਿਰ ਬੰਦੇ ਬੁੰਦੇ ਆਉਂਦੇ ਆ ਆਸੇ ਪਾਸੇ ਕਰਦੇ ਆ ਕਿ ਕਦੋਂ ਦੀ ਕਿ ਕਦੋਂ ਦੀ ਖਬਰ ਆ ਮਤਲਬ ਇਹ ਨਾ ਜੀ ਖਬਰ ਤਾਂ ਨਹੀਂ ਮੈਂ ਕੱਲ ਪ੍ਰੋਟੈਸਟ ਹੋਇਆ ਲੁਧਿਆਣਾ ਉੱਥੇ ਵਿੱਚ ਇੱਕ ਬੀਲੀ ਦੇ ਡਿਪਾਰਟਮੈਂਟ ਜਿੰਨੇ ਸਾਰੇ ਸੀ ਜਈ ਜੂਈ ਜਾਂ ਹੋਰ ਮੁਲਾਜ਼ਮ ਨੇ ਕੱਲ ਧਰਨਾ ਦਿੱਤਾ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹਨੇ ਸਾਇਕਲ ਪ੍ਰੋਟੈਸਟ ਕੀਤਾ ਤੇ ਉਹ ਫਿਰ ਉਦੋਂ ਖਬਰ ਸਾਹਮਣੇ ਆਈ ਹੈ ਮਤਲਬ ਪਹਿਲਾਂ ਤਾਂ ਇਲੈਕਸ਼ਨ ਚ ਮੂਰਤ ਸੇ ਗੱਲ ਸਾਹਮਣੇ ਆਈ ਨਹੀਂ ਹੂੰ ਉਹਨੇ ਕੱਲ ਪ੍ਰਦਰਸ਼ਨ ਕੀਤਾ ਧਰਨਾ ਲਾਇਆ ਤੇ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਆ ਇੱਕ ਖਾਸ ਕਰਕੇ ਜਿਹੜਾ ਨਹਿਰੀ ਪਰਿਵਾਰੀਆਂ ਵਾਲਾ ਮਾਮਲਾ ਗਾ ਹੂੰ ਨੂੰ ਲੈ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਉਹੀ ਆਣਾ ਆਪੋਜੀਸ਼ਨ ਜੇ ਕਮਜ਼ੋਰ ਆ ਉਹਨਾਂ ਦੀ ਵੀ ਵਿਚਾਰਾਂ ਦੀ ਮਤਲਬ ਹਾਂ ਉੱਥੇ ਵੀ ਚਲੋ ਆਪਾਂ ਦੱਸਦੀਆਂ ਮਾੜੀਆਂ ਇੱਕ ਦੂਸਰੇ ਪਾਸੇ ਵੀ ਉਹਨਾਂ ਦਾ ਵਰਜਨ ਸਾਹਮਣੇ ਆ ਗਿਆ ਉਹ ਕਹਿੰਦੇ ਜੀ ਤਲਖੀ ਤਾਂ ਹੋਈ ਸੀ ਜਿਹੜੇ ਉਦਾਇਕ ਸਾਹਿਬ ਦੇ ਕਰੀਬੀ ਆ ਉਹnde ਬਸੀ ਗਾਲਾਂ ਗੂਲਾਂ ਜਾਂ ਗੁੰਡਾਗਰਦੀ ਗਲਤ ਅਸੀਂ ਕੀਤੀ ਨਹੀਂ ਭਾਈ ਉਹ ਕਹਿ ਰਹੇ ਕਿ ਜਿਹੜਾ ਇਹ ਜਈ ਆ ਨਾ ਇਹਦਾ ਗੱਲ ਕਰਨ ਦਾ ਢੰਗ ਵਧੀਆ ਨਹੀਂ ਇਹ ਥੋੜਾ ਜ੍ਹਾ ਰੁੱਖਾ ਗੱਲਬਾਤ ਕਰਦਾ ਹੈ ਇਹ ਜੀ ਉਹ ਦੁਬਾਰਾ ਮੈਂ ਜਦੋਂ ਦੇਖਿਆ ਮੈਂ ਵਿਧਾਇਕ ਸਾਹਿਬ ਨੂੰ ਫੋਨ ਤਾਂ ਲੱਗ ਗਿਆ ਫਿਰ ਚਲੋ ਹੁਣ ਤਾਂ ਵਿਹਲੇ ਹੋ ਗਏ ਹੁਣ ਥੋੜਾ ਰਿਲੈਕਸ ਮੂਡ 'ਚ ਹੋਣਗੇ ਇਹ ਪੁੱਛ ਗਿਆ ਭਾਈ ਪੂਰਾ ਮਾਮਲਾ ਕੀ ਹੈ ਤੁਹਾਡੇ ਕਰੀਬੀ ਤਾਂ ਗੁੰਡਾਗਰਦੀ ਵਿਚਾਰੇ ਨੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਹਾਂਜੀ ਪਰ ਵਿਧਾਇਕ ਸਾਹਿਬ ਨੇ ਫੋਨ ਆ ਕੋ ਕੱਟਤਾ ਹਾਂ ਤਕਿਆਨੀ ਹਮ ਤਾਂ ਇਹਦੇ ਨਾਲ ਇੱਕ ਆਮ ਆਦਮੀ ਪਾਰਟੀ ਜਿਹੜੇ ਪ੍ਰਧਾਨ ਸਾਹਿਬ ਲੈਣ ਇਹਨਾਂ ਨੇ ਪ੍ਰਿੰਸੀਪਲ ਬੁੱਧਰਾਮ ਜੀ ਹਾਂਜੀ ਉਹਨੂੰ ਲੈ ਕੇ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਮੈਂ ਉਹ ਥੋੜੀ ਜੀ ਛੋਟੀ ਵੀਡੀਓ ਸੀ ਉਹ ਮੈਂ ਗੱਲ ਪਤਾ ਕਰਵਾ ਰਹੇ ਹਾਂ ਕਿਉਂਕਿ ਕਹਿੰਦੇ ਕੋਈ ਰੀਤ ਮਾਫੀ ਚਲਾ ਰਹੇ ਨੇ ਇਲਜ਼ਾਮ ਲੱਗ ਰਹੇ ਨੇ ਹਮ ਉਹ ਤੁਸੀਂ ਕਰਵਾ ਲਓ ਪਤਾ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ ਜੇ ਆਪਾਂ ਨੂੰ ਕੁਝ ਮਤਲਬ ਮਿਲਦਾਗਾ ਬਿਲਕੁਲ 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 ਬਸ ਤੁਸੀਂ ਦੇਖੋ ਅਜੇ ਤਾਂ ਇਲੈਕਸ਼ਨ ਤਾਂ ਨਿਭੜੇ ਨਹੀਂ ਹਮ ਤੇ ਹਜੇ ਥੋੜਾ ਜਿਹਾ ਇਲੈਕਸ਼ਨ ਮੂਰ ਚ ਲੋਕ ਹਜੇ ਮਾੜਾ ਮਾੜਾ ਹੈਗੇ ਤੇ ਇਸੇ ਵਿੱਚਕਾਰ ਤੁਹਾਡੇ ਵਿਧਾਇਕ ਤੇ ਤੁਹਾਡੇ ਤੇ ਪ੍ਰਧਾਨ ਲਾਇਗੇ ਨੇ ਭਾਈ ਹਮ ਖਾਸ ਕਰਕੇ ਉਹ ਗੱਲ ਦੀ ਵੀ ਸਪਸ਼ਟਤਾ ਜਿਹੜਾ ਬਰੇ ਪਿੰਡ ਆ ਭਰਾਡੇ ਦੇ ਵਿੱਚ ਜਿਹੜੇ ਉਹ ਅੱਠ ਮੁੰਡਿਆਂ ਦੇ ਉੱਤੇ ਵਰਚਾ ਹੋਇਆ ਉਹਦੀ ਵੀ ਹਜੇ ਉਵੇਂ ਸਪਸ਼ਟ ਰੂਪ ਦੇ ਵਿੱਚ ਕੋਈ ਸਰਕਾਰ ਵੱਲੋਂ ਜਾਂ ਖਾਸ ਕਰਕੇ ਵਿਧਾਇਕ ਵੱਲੋਂ ਹੀ ਚੀਜ਼ ਸਾਹਮਣੇ ਨਹੀਂ ਆਈ ਆਪਦੇ ਆਪ ਨੂੰ ਮਤਲਬ ਬਚਾਉਣ ਵਾਲੀ ਚੀਜ਼ ਵੀ ਨਹੀਂ ਸਾਹਮਣੇ ਆਈ ਬਿਲਕੁਲ ਬਿਲਕੁਲ ਜੀ ਤਾਂ ਰਤਨ ਜੀ ਇੱਕ ਹੁਣ ਖਬਰ ਆ ਰਹੀ ਸਾਹਮਣੇ ਤੇ ਪਰਮਜੀਤ कौर ਗੁਲਸਨ ਦੇ ਵੱਲੋਂ ਵੀ ਅਸਤੀਫਾ ਮੰਗ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਤੋਂ ਹਾਂ ਇਹ ਵੀ ਪੁਰਾਣੇ ਮਤਲਬ ਐਮਪੀ ਨੇ ਕੰਨਾ ਸਿੰਘ ਗੁਰਸ਼ਾਂ ਨੂੰ ਪਤਾਗਾ ਉਹ ਵੀ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਰਹੇ ਆ ਹੂੰ ਤੇ ਇਹ ਪਰਿਵਾਰ ਵੱਲੋਂ ਜੇ ਹੁੰਦੀ ਆ ਤੇ ਇਹਨਾਂ ਦੇ ਕੋਲ ਹਸਬੰਡ ਤੇ ਉਹ ਵੀ ਪਾਰਟੀ ਦੇ ਵਿੱਚ ਮਤਲਬ ਆਪਾਂ ਕਹੀਏ ਵੀ ਵੱਡੇ ਅਹੁਦਿਆਂ ਦੇ ਉੱਤੇ ਰਹੇ ਆ ਹੂੰ ਤੋਂ ਉਹ ਵੀ ਲੜੀ ਆ ਉਹਨਾਂ ਨੇ ਹੂੰ ਇਹ ਇਹ ਤਾਂ ਫਿਰ ਸੋਚਣਾ ਪਊਗਾ ਬਿਲਕੁਲ ਜੀ ਤਲੋ ਹੁਣ ਇੱਕ ਖਾਸ ਤੌਰ ਦੇ ਤੇ ਜਿਹੜਾ ਤੈਨੂੰ ਇਹ ਲੱਗਦਾ ਵੀ ਆਪਾਂ ਪਿਛਲੇ 10 ਮਿੰਟਾਂ ਨਹਿਰੀ ਪਟਵਾਰੀਆਂ ਦੀ ਜ਼ਰੂਰ ਆਪਾਂ ਨੂੰ ਗੱਲ ਕਰਨੀ ਜ਼ਰੂਰੀ ਆ ਉਹਨਾਂ ਦੇ ਆਪਾਂ ਨੂੰ ਸੁਨੇਹੇ ਵੀ ਬਹੁਤ ਆ ਰਹੇ ਆ ਮਤਲਬ ਉਹ ਆਪਾਂ ਗੱਲ ਪਹਿਲਾਂ ਕਰ ਦਿੱਤੀ ਚਲ ਆਪਾਂ ਦੁਆਰਜ ਕਰ ਲੈਨੇ ਆ ਕਿ ਸਰਕਾਰ ਨੇ ਜਿਹੜੇ ਨਹਿਰੀ ਪਟਵਾਰੀਆਂ ਨੂੰ ਕਿਹਾ ਹੋਇਆ ਕਿ ਜਿਹੜੇ ਜਿਵੇਂ ਤੁਸੀਂ ਮੰਨ ਲਓ ਇੱਕ ਨਾ ਤੁਸੀਂ ਮੰਨ ਲਓ 50 ਹੋ ਗਏ ਆ ਤੇ ਇੱਕ ਇੱਕ ਮੋਗੇ ਦੇ ਹੇਠ ਮੰਨ ਲਓ ਤੁਸੀਂ 1000 ਏਕੜਾਉਂਦਾ ਕਿ ਜਿਹੜੇ ਨਹਿਰੀ ਪਟਵਾਰੀ ਆ ਇਹ ਰਿਪੋਰਟਾਂ ਬਣਾ ਕੇ ਦੇਣ ਬੋਗਸ ਰਿਪੋਰਟਾਂ ਜਾਲੀ ਰਿਪੋਰਟਾਂ ਕੀ ਹਰੇਕ ਕਿੱਲੇ ਤੱਕ ਜੀ ਪਾਣੀ ਪਹੁੰਚ ਰਿਆ ਜੀ ਕਿ ਸਾਰੀ ਕੱਸੀ ਚੱਲਦੀ ਆ ਜਿੰਨੇ ਮੋਗੇ ਦੇ ਹੇਠ ਸਾਰੇ ਵਾਹਣ ਆਉਂਦਾ ਵਾਹੀਯੋਗ ਜੀ ਜੇ ਸੱਚਾਈ ਹੁੰਦੀ ਆ ਹਰੇਕ ਤੱਕ ਪਾਣੀ ਪਹੁੰਚ ਰਿਆ ਤਾਂ ਇਹ ਹੋਣ ਰਿਪੋਰਟਾਂ ਪੰਜਾਬ ਸਰਕਾਰ ਮੰਗ ਰਹੀ ਆ ਮਤਲਬ ਇਹਦਾ ਨਹੀਂ ਪਤਾ ਹੁਣ ਇਹ ਪੰਜਾਬ ਸਰਕਾਰ ਅਤਨੇ ਕਿਉਂ ਮੰਗ ਰਹੀ ਆ ਇੱਕ ਗੱਲ ਤੇ ਸਾਹਮਣੇ ਆ ਰਹੀ ਆ ਕਿ ਸ਼ਾਇਦ ਇਹਦੇ ਨਾਲ ਜਿਹੜਾ ਹੁਣ ਐਸਵੀਐਲ ਨਹਿਰ ਬਣਾਉਣੀ ਆ ਮਤਲਬ ਉਹ ਜੇ 에ਰਪੋਰਟਾਂ ਨਹਿਰੀ ਪਟਵਾਰੀਆਂ ਨੇ ਹੁਣ ਤੱਕ ਭੇਜਤੀਆਂ ਹੋਈਆਂ ਮਤਲਬ ਆਪਣੀ 15 ਦਿਨ ਪਹਿਲਾਂ ਗੱਲ ਉਹਨਾਂ ਨਾਲ ਹੋਈ ਸੀ ਜੇ ਹੁਣ ਤੱਕ ਉਹ ਰਿਪੋਰਟਾਂ ਨੇ ਭੇਜਤੀਆਂ ਹੋਈਆਂ ਤੇ ਉਹ ਸਰਕਾਰ ਦੇ ਰਿਕਾਰਡ ਤੇ ਆ ਗਈਆਂ ਕਿ ਦੇਖੋ ਜੀ ਪੰਜਾਬ ਦੇ ਵਿੱਚ ਤਾਂ ਹਰੇਕ ਖੇਤ ਦੇ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਤੇ ਫਰੀਦਾ ਮਤਲਬ ਤੇ ਕਿ ਪੰਜਾਬ ਦੇ ਕੋਲ ਪਾਣੀ ਹੁਣ ਪੂਰਾ ਫੁੱਲ ਹੋ ਗਿਆ ਜੀ ਜੀ ਪੰਜਾਬ ਤਾਂ ਬਾਗੋ ਬਾਗ ਹੋ ਗਿਆ ਹੁਣ ਹੁਣ ਥੋੜਾ ਜਿਹਾ ਇੱਕ ਹੋਰ ਵੀ ਹੈ ਆਪਾਂ ਇੱਕ ਗੱਲ ਕਰਨੀ ਭੁੱਲ ਗਏ ਜਿਹੜਾ ਚੋਣਾਂ ਤੋਂ ਬਾਅਦ ਹੁਣ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਬਦਲਨੇ ਆ ਜਿਹੜੀ ਉਹ ਚਰਚਾ ਚੱਲ ਰਹੀ ਆ ਜਾਂ ਮੀਨ ਜਿਹੜੇ ਅਹੁਦੇਦਾਰ ਆ ਉਹ ਬਦਲਨੇ ਆ ਹੂੰ ਤੇ ਉਹ ਫਿਰ ਕੋਈ ਵੀ ਬੰਦਾ ਚਾਹੇ ਉਹ ਖੇਤੀਬਾੜੀ ਮੰਤਰੀ ਆ ਜਾਂ ਕੋਈ ਹੋਰ ਆ ਉਹ ਕਹਿੰਦੇ ਆ ਵੀ ਜਦੋਂ ਸਾਰਾ ਕੁਝ ਬਦਲ ਹੀ ਰਿਹਾ ਆ ਆਪਾਂ ਕਿਉਂ ਮਤਲਬ ਮਰਿਆ ਸੱਪ ਆਪਦੇ ਗੱਲ ਪਾਈਏ ਉਹ ਇਹਦੇ ਤੇ ਕੋਈ ਐਕਟੀਵਿਟੀ ਨਹੀਂ ਕਰ ਰਹੇ ਪਰ ਜਿਹੜੀ ਉਹਨਾਂ ਨਾਲ ਧੱਕੇਸ਼ਾਹੀ ਹੋਈ ਆ ਤੇ ਉਹਨਾਂ ਦੀ ਗੱਲ ਨੱਪਣ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਆ ਮਟਵਾਰੀਆਂ ਦੀ ਹੂੰ ਮਤਲਬ ਜੇ ਇਹ ਰਿਪੋਰਟਸ ਜਾਂਦੀਆਂ ਤੇ ਉਹਨਾਂ ਦਾ ਪੰਜਾਬ ਲਈ ਖਤਰਨਾਕ ਹੋਣਗੀਆਂ ਕਿ ਜੇਕਰ ਉਸ ਤੋਂ ਬਾਅਦ ਇਹ ਪੂਰੀਆਂ ਰਿਪੋਰਟਾਂ ਪਹੁੰਚ ਜਾਂਦੀਆਂ ਸੁਪਰੀਮ ਕੋਰਟ ਤੱਕ ਕਿ ਉਹ ਦੇਖਣਗੇ ਇੱਕ ਹੀ ਵੇਖੋ ਜੀ ਪੰਜਾਬ ਦੇ ਵਿੱਚ ਤਾਂ ਹਰੇਕ ਖੇਤ ਤੱਕ ਪਾਣੀ ਪਹੁੰਚ ਰਿਹਾ ਤੇ ਫਿਰ ਪੰਜਾਬ ਨੇ ਹੋਰ ਪਾਣੀ ਕੀ ਕਰਨਾ ਤੇ ਫਿਰ ਤੁਸੀਂ ਨਹਿਰ ਬਣਾ ਦਿਓ ਹੋਰ ਵੀ ਅਜਿਹਾ ਜਿਵੇਂ ਵੱਡੇ ਲੀਡਰ ਇਹ ਵੀ ਆਣਾ ਜਿਹੜੇ ਵਿਰੋਧੀ ਧਰ ਦੇ ਵਿੱਚ ਬੈਠੇ ਹੋ ਟਵੀਟ ਕਰਦੇ ਨੇ ਟਵਿੱਟਰ ਦੇ ਉੱਤੇ ਆਪਣੀ ਦੇਖੋ ਆਪਣੀ ਉਹਦੀ ਆਪਦੀ ਜੰਗਾਂ ਤੇ ਉਹਦਾ ਆਪਦਾ ਰੌਲਾ ਕਰਦੇ ਨੇ ਉਹ ਵੀ ਆਪਣੀ ਦੁਨੀਆ ਦੀ ਇਹ ਸੋਸ਼ਲ ਮੀਡੀਆ ਦੀ ਪਰ ਜੇ ਗਰਾਊਂਡ ਦੇ ਉੱਤੇ ਕੋਈ ਵੀ ਪਾਰਟੀ ਗੱਲ ਨਹੀਂ ਕਰੂਗੀ ਵਿਰੋਧੀ ਫਿਰ ਇਹ ਮੁੱਦਾ ਵੀ ਹੋਮੀ ਦੂਜੇ ਮੁੱਦਿਆਂ ਵਾਂਗੂ ਠੰਡੇ ਵਾਸਤੇ ਪੈ ਜਾਣਾਗਾ ਕਿਉਂਕਿ ਜੇ ਪਿੰਡਾਂ ਦੀਆਂ ਸੱਥਾਂ 'ਚ ਫੇਰ ਹੀ ਗੱਲ ਚੱਲੂਗੀ ਜੇ ਕੁਝ ਮੁੱਦਾ ਵੱਡਾ ਬਣੂਗਾ ਇਹ ਲਿੰਗਰਾਂ ਨੂੰ ਜਿਹੜੇ ਵਿਰੋਧੀ ਧਿਰਚਾਂ ਨੂੰ ਲੱਗਦਾ ਜੇ ਅਸੀਂ ਟਵੀਟ ਕਰਤਾ ਨਾ ਸਮਝੋ ਅਸੀਂ ਮਸਲਾ ਆਖਾਤਾ ਹਾਂ 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 ਸਾਡੀ ਹਾਂ ਸਾਡੀ ਜ਼ਿੰਮੇਵਾਰੀ ਵੀ ਖਤਮ ਟਵਿੱਟਰ ਦਾ ਟਵਿੱਟਰ ਦਾ ਮਤਲਬ ਇਹ ਜੋ ਉਹ ਯਾ ਵਿਰੋਧੀ ਧਰ ਦੇ ਲੀਡਰਾਂ ਦਾ ਵੀ ਅਸੀਂ ਟਵੀਟ ਕਰਤਾ ਸਾਡੀ ਜ਼ਿੰਮੇਵਾਰੀ ਖਤਮ ਬਿਲਕੁਲ ਬਿਲਕੁਲ ਪਰ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਗਰਾਉਂਡ ਤੋਂ ਗਾਇਬ ਹੋ ਰਹੇ ਹੋ ਮਤਲਬ ਇਹ ਫਿਰ ਵੀ ਸਰਪ੍ਰਾਈਜ਼ਿੰਗ ਆ ਕਿ ਤੁਸੀਂ ਆਮ ਆਦਮੀ ਸਰਕਾਰ ਨੇ ਹਾਂ ਮਸ਼ਹੂਰੀ ਕਰਕੇ ਇਹ ਦੱਸ ਦਿੱਤਾਗਾ ਵੀ ਅਸੀਂ ਟੇਲਾਂ ਤੱਕ ਪਾਣੀ ਪਹੁੰਚਦਾ ਕਰਤਾ ਹੁਣ ਜਿਹੜੇ ਪਠਵਾਰੀਆਂ ਨੂੰ ਲਾਇਆ ਜਾ ਰਿਹਾ ਨਹਿਰੀਆਂ ਨੂੰ ਉਹਨਾਂ ਦੀ ਗੱਲ ਕਿਤੇ ਨਹੀਂ ਸਰਕਾਰ ਨੇ ਤਾਂ ਆਪਦੇ ਮਤਲਬ ਤੰਤਰਵੰਤਰ ਨਾਲ ਉਹ ਸਾਰਾ ਕੁਝ ਦੱਸਤਾ ਦੇ ਬਲਟੀ ਘਾਣੇ ਹਰੇ ਇੱਕ ਇੱਕ ਦੋ ਟਵੀਟ ਕਰੇ ਆ ਤੇ ਉਹ ਮਤਲਬ ਪਤਾ ਹੀ ਨਹੀਂ ਕਿਸੇ ਨੂੰ ਮੁੱਦਾ ਕੌਣ ਬਣਾਊਗਾ ਬਿਲਕੁਲ ਬਿਲਕੁਲ ਰਤਨ ਜੀ ਇਹ ਵੀ ਮਤਲਬ ਨੌਕਰੀ ਵਾਲਾ ਬੰਦਾ ਉਹ ਥੋੜੀ ਯਾਰ ਮੁੱਦਾ ਉਹ ਬਣਾਊਗਾ ਉਹ ਤਾਂ ਕੋਸ਼ਿਸ਼ ਕਰ ਰਹੇ ਆ ਬਿਲਕੁਲ ਜੀ ਮਤਲਬ ਆਪਣੀ ਹਿੰਮਤ ਤੋਂ ਵੱਧ ਕੋਸ਼ਿਸ਼ ਕਰ ਰਹੇ ਆ ਹੂੰ ਤਾਂ ਖਾਸ ਇਹ ਵੀ ਹੈ ਕਿ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਰਤਨ ਜੀ ਇਹ ਦੋ ਸਾਲਾਂ ਚ ਮੈਨੂੰ ਲੱਗਦਾ ਨਹੀਂ ਦੇਸ਼ ਦਾ ਕਿਹੜਾ ਅਖਬਾਰ ਆ ਜਾਂ ਕਿਹੜਾ ਕੋਨਾ ਜਿੱਥੇ ਕੋਈ ਪੋਸਟਰ ਨਾ ਲੱਗਿਆ ਹੋਊਗਾ ਨਾ ਇਸ਼ਤਿਹਾਰ ਨਾ ਲੱਗਿਆ ਹੋਊਗਾ ਤੇ ਪੰਜਾਬ ਦੇ ਤਾਂ ਇਕੱਲੇ ਇਕੱਲੇ ਬੂਟੇ ਉੱਤੇ ਤੇ ਦਰਕਤੋ ਤੇ ਲੱਗ ਚੁੱਕਿਆ ਫਲੈਕਸ ਤੇ ਹਰੇਕ ਕੰਧ ਉਦੇ ਉੱਪਰ ਪੋਸਟਰ ਜੇ ਤੇ ਫਿਰ ਵੀ ਆਮ ਆਦਮੀ ਪਾਰਟੀ ਤਿੰਨ ਸੀਟਾਂ ਦੇ ਉੱਪਰ ਸਿਮਟ ਗਈ ਹੂੰ ਇਹ ਸੋਚਣ ਵਾਲਾ ਵਿਸ਼ਾ ਕਿ ਆ ਮਾਨ ਸਾਹਿਬ ਇਹ ਸਮਝ ਲੈਣਾ ਕਿ ਇਸ਼ਤਿਹਾਰबाजी ਦੇ ਨਾਲ ਵੋਟਾਂ ਨਹੀਂ ਪੈਂਦੀਆਂ ਇੱਕ ਹੋਰ ਵੀ ਆ ਸਰਕਾਰ ਦੇ ਪੇਜਾਂ ਦੇ ਉੱਤੇ ਜਾਂ ਆਪਾਂ ਮੁੱਖ ਮੰਤਰੀ ਦੇ ਪੇਜਾਂ ਦੇ ਉੱਤੇ ਏ ਵੀਡੀਓਜ਼ ਆ ਗਈਆਂ ਜਾਂ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਵੀ ਸਾਡੇ ਖੇਤਾਂ ਦੇ ਦੇਖੋ ਜੀ ਪਾਣੀ ਪਹੁੰਚ ਗਿਆ ਹੂੰ ਹੁਣ ਜਿਹੜੇ ਪਟਵਾਰੀਏ ਕਹਿ ਰਹੇ ਆ ਵੀ ਸਾਥੋ ਇਹ ਕੰਮ ਗਲਤ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹ ਮਤਲਬ ਆਪ ਦੇ ਸਰੋਤਾਂ ਤੋਂ ਵਿਰੋਧੀ ਉਹ ਨਹੀਂ ਪਤਾ ਕਰਾ ਕੇ ਵੀਡੀਓਜ਼ ਬਣਵਾ ਸਕਦੇ ਵੀ ਦੇਖੋ ਆ ਚੀਜ਼ ਆ ਇੱਥੇ ਅਸੀਂ ਗਰਾਊਂਡ ਤੇ ਖੜੇ ਆ ਇੱਥੇ ਆ ਗੜਬੜ ਹੋ ਰਹੀ ਆ ਇੱਥੇ ਸਰਕਾਰ ਗਲਤ ਆ ਆ ਫੈਕਟ ਆ ਇੱਥੇ ਗਲਤ ਆ ਉਹਨਾਂ ਦੀਆਂ ਵੀਡੀਓਜ਼ ਕੀ ਇਹ ਨਹੀਂ ਪਹੁੰਚਦੀਆਂ ਕਰ ਸਕਦੇ ਜਦੋਂ ਤੁਸੀਂ ਵੋਟਾਂ ਦੇ ਉੱਤੇ ਵਿਰੋਧੀ ਤਰਕ ਹੋਗੇ ਐਨ ਐਨ ਪੈਸੇ ਲਾ ਸਕਦੇ ਹੋ ਤੇ ਇਹ ਗੱਲਾਂ ਤੇ ਤੁਸੀਂ ਆਪ ਦਾ ਮਤਲਬ ਟਾਈਮ ਤੇ ਪੈਸਾ ਸਪੈਂਡ ਨਹੀਂ ਕਰ ਸਕਦੇ ਨਾਲ ਟਾਈਮ ਤੇ ਪੈਸਾ ਵੀ ਕੋਈ ਇਹਨਾਂ ਲਈ ਬਾਲੀ ਵੱਡੀ ਗੱਲ ਨਹੀਂ ਜਦੋਂ ਤੁਹਾਡੇ ਕਾਡਰ ਤਾਂ ਬਣੇ ਹੀ ਹੋਏ ਆ ਡਿਊਟੀਆਂ ਹੀ ਲਾਉਣੀਆਂ ਤੁਹਾਡੇ ਹਲਕਾ ਚਾਰਜ ਜੀ ਰਤਨ ਜੀ ਹੈ ਨਾ ਮਤਲਬ ਜਿਹੜਾ ਇੰਗਲੈਂਡ ਆ ਜੀ ਹਾਂਜੀ ਇੰਗਲੈਂਡ 'ਚ ਇੱਕ ਸ਼ੈਡੋ ਕੈਬਨਟ ਬਣਦੀ ਹੁੰਦੀ ਆ ਹਾਂਜੀ ਹਾਂ ਜਿਹਦੀ ਇੱਕ ਸਰਕਾਰ ਚ ਉਹਦੇ ਕੋਲ ਤਾਂ ਅਧਿਏ ਆ ਗਏ ਜਿਹੜੀ ਵਿਰੋਧੀ ਟੀਰਾ ਉਹ ਵੀ ਹੁੰਦਾ ਕਿ ਇੱਕ ਪ੍ਰਧਾਨ ਮੰਤਰੀ ਬੰਦਾ ਇੱਕ ਵਿੱਤ ਮੰਤਰੀ ਬੰਦਾ ਤਾਂ ਉਹ ਪ੍ਰਧਾਨ ਮੰਤਰੀ ਉਹ ਪ੍ਰਧਾਨ ਮੰਤਰੀ ਨਿਗਰ ਰੱਖਦਾ ਇਹਦਾ ਵਿੱਤ ਮੰਤਰੀ ਉਹ ਵਿੱਤ ਮੰਤਰੀ ਦੀ ਨਿਗਰ ਰੱਖਦਾ ਹੂੰ ਮਤਲਬ ਮੈਨੂੰ ਲੱਗਦਾ ਕਿ ਅਜਾ ਟ੍ਰੈਂਡ ਪੰਜਾਬ 'ਚ ਵੀ ਸ਼ੁਰੂ ਹੋਣਾ ਚਾਹੀਦਾ ਹੂੰ ਫਿਰ ਤੁਸੀਂ ਵਧੀਆ ਟਾਰਗੇਟ ਕਰ ਸਕਦੇ ਹੋ ਮਤਲਬ ਸਰਕਾਰ ਦੀਆਂ ਜਿਹੜੀਆਂ ਕਮੀਆਂ ਨੂੰ ਸਾਹਮਣੇ ਲੈ ਕੇ ਆ ਸਕਦੇ ਹੋ ਹੂੰ ਜੇ ਤੁਸੀਂ ਆਪਸੇ ਹੀ ਲੜਨਾ ਫੇਰ ਗੱਲ ਅਖਰੀ ਆ ਥਰੀ ਇਹ ਗੱਲ ਸੁਣ ਕੇ ਬਹੁਤ ਸਾਰੇ ਅੱਜ ਦਰਸ਼ਕਾਂ ਨੇ ਹੱਸਮਾਗਾ ਦਰਸ਼ਕ ਕਹਿਣਗੇ ਵੀ ਉਹ ਸ਼ੈਡੋ ਉਹਦੀ ਮਤਲਬ ਕੈਬਿਨੇਟ ਦੀ ਗੱਲ ਕਰਦਾਗਾ ਇੱਥੇ ਤਾਂ ਵੇਲ ਨਹੀਂ ਮਿਲਦੀ ਇੱਥੇ ਤਾਂ ਇਹ ਆ ਜੀ ਮੈਂ ਮੁੱਖ ਮੰਤਰੀ ਕਿਵੇਂ ਬਨਣਾ ਪਲਾਨੇ ਨੂੰ ਕਿਵੇਂ ਸੱਟਣਾ ਨਹੀਂ ਫਿਰ ਜੀ ਫਿਰ ਆਇਆ ਨਾ ਹੋਵੇ ਨਾ ਜੰਗ ਹੀ ਉਹ ਆ ਹਾਂ ਮੈਂ ਫਿਰ ਸ਼ੈਡੋ ਮੁੱਖ ਮੰਤਰੀ ਬਨਣ ਵਾਸਤੇ ਲੜੀ ਜਾਣਾ ਇਹ ਹੂੰ ਇਹ ਵੀ ਕਹਾ ਸੁਣਾ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਆਖੇ ਮੈਂ ਬਨਣਾ ਕਿਤੇ ਰਾਜਾ ਜੀ ਆਖਣ ਮੈਂ ਬਨਣਾ ਤੇ ਕਿ ਸੁੱਖੀ ਆਖਣਗੇ ਮੈਂ ਬਨਣਾ ਨਹੀਂ ਫਿਰ ਐ ਲੜੀ ਜਾਣਾ ਸ਼ੈਡੋ ਪਿੱਛੇ ਹਾਂ ਹੂੰ ਤੇ ਇਹ ਦੋ ਸੁਬੀਰ ਸਿੰਘ ਬਾਦਲ ਨੇ ਨੇ ਨੋਟਸਟਾਰ ਵੀ ਲਿਖਾ ਲੈਣਾ ਹਾਂ ਜੀ ਜੀ ਮੈਂ ਕਿਹਾ ਫਿਰ ਉਹ ਜਿਵੇਂ ਆਪਣੇ ਟ੍ਰੈਂਡ ਆਣਾ ਬਾਹਰ ਲਗਾਉਣ ਦੇ ਫਿਰ ਗੇਟਾਂ ਦੇ ਬਾਹਰ ਵੀ ਲਿਖ ਕੇ ਰੱਖ ਦੇਣਾ ਇਹਨਾਂ ਨੇ ਹੂੰ ਸ਼ੈਡੋ ਸੀਐਮ ਹੂੰ ਫਿਰ ਫਿਰ ਰਤਨਜੀਤ ਪੰਜਾਬ ਦੇ ਲੋਕ ਇਹ ਉਲਝ ਜਾਇਆ ਕਰਨਾ ਇਹ ਕਿ ਬਾਈ ਕੀ ਨਾਂ ਲੈਂਦੇ ਸ਼ੈਡੋ ਕੀ ਹੁੰਦਾ ਹੂੰ ਜੇ ਮੁੱਖ ਮੰਤਰੀ ਬੰਦੇ ਦੇਖਿਆ ਵਿੱਤ ਮੰਤਰੀ ਬੰਦੇ ਦੇਖਿਆ ਮਤਲਬ ਇਹ ਸ਼ੈਡੋ ਵਾਲਾ ਕੰਮ ਨਹੀਂ ਆਉਗਾ ਦੇਖੋ ਕੰਮ ਇਕੁਅਲ ਹੋਊ ਹੂੰ ਪਾਵਰ ਦੋਨਾਂ ਕੋਲੇ ਨਹੀਂ ਰਹਿਣੀ ਚਾਹੀ ਸ਼ੈਡੋ ਵਾਲਾ ਹੋਵੇ ਜਾਈ ਦੂਜਾ ਹੋਵੇ ਬਿਲਕੁਲ ਬਿਲਕੁਲ ਜੀ ਇਸੇ ਤਰ੍ਹਾਂ ਹੀ ਹੋਣਾ ਮਤਲਬ ਰੌਲਾ ਹੀ ਪਾਵਰ ਦਾ ਨਾ ਮਤਲਬ ਜੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਰੌਲਾ ਪਾ ਰਹੇ ਨੇ ਹੁਣ ਜੀ ਠੀਕ ਚਲੋ ਗੱਲ ਇਹਨਾਂ ਦੀ ਹਾਈ ਕਮਾਂਡ ਸੁਣ ਲਈ ਤਾਂ ਚੰਗੀ ਗੱਲ ਆ ਹੂੰ ਮਤਲਬ ਰੌਲਾ ਪਾ ਰਹੇ ਕਿ ਮਾਨ ਸਾਹਿਬ ਥੱਲੇ ਪਾਵਰ ਵੰਡ ਦੋ ਪਾਵਰ ਡਿਸਟ੍ਰੀਬਿਊਟ ਕਰ ਦੋ ਵਿਕੇਂਦਰੀਕਰਨ ਕਰ ਲੋ ਤਾਂ ਮਾੜਾ ਮੋਟਾ ਹੱਲ ਹੋ ਜਾਊਗਾ ਜੇ ਕੇਂਦਰੀਕਰਨ ਨਹੀਂ ਕਰਦੇ ਤਾਂ ਫਿਰ ਕੇਂਦਰੀਕਰਨ ਨਹੀਂ ਕਰਦੇ ਫਿਰ ਕੇਂਦਰੀਕਰਨ ਤਾਂ ਆਇਗਾ ਤੇ ਫਿਰ ਮਾਨ ਸਾਹਿਬ ਠੀਕ ਹੈ ਬਈ ਇਕੱਲੇ ਸੰਭੀ ਜਾਣਗੇ ਪਰਤਨ ਜੀ ਚਰਚੇ ਇੱਕ ਹੋਰ ਵੀ ਹੋ ਰਹੀ ਆ ਜੀ ਕਿ ਰਾਗਵ ਚੱਟਾ ਜੀ ਕਹਿੰਦੇ ਪੰਜਾਬ ਚ ਐਮਐਲਏ ਦੀ ਚੋਂ ਲੜ ਸਕਦੇ ਆ ਚਲੋ ਚੰਗੀ ਗੱਲ ਆ ਹਾਂ ਮਤਲਬ ਹਜੇ ਵੈਰੀਫਾਈ ਨਹੀਂ ਇੱਕ ਮਿੰਟ ਇਹ ਤੇ ਕਮੈਂਟ ਤਾਂ ਹਣੀ ਕਰਾਂਗੇ ਕਿਉਂਕਿ ਕਤੰਦ ਉਹਰੇ ਹੀ ਕਮੈਂਟ ਹੋਊਗਾ ਹਾਂ ਮਤਲਬ ਇਹ ਉੜਦੀ ਉੜਦੀ ਚਰਚਾ ਹੋ ਰਹੀ ਆ ਤੇ ਚਰਚਾ ਹੋ ਰਹੀ ਆ ਸੁਖਬੀਰ ਸਿੰਘ ਬਾਦਲ ਦੀ ਵੀ ਹੂੰ ਕਿਉਂ ਵੀ ਸ਼ਾਇਦ ਗਿੱਧਰਵਾ ਤੋਂ ਚੋਣ ਲੜ ਲੈਣਾ ਮਤਲਬ ਉਹ ਕਹਿ ਰਿਹਾ ਕਿ ਚਲੋ ਹੇ ਤਾਂ ਢਾਈ ਸਾਲ ਪਏ ਆ ਹੂੰ ਤੇ ਉਹ ਤੋਂ ਫੇਰ ਇਧਰ ਭਈ ਲੰਬੀ ਵਾਪਸ ਆ ਜਾਣਗੇ ਹੁਣ ਜੇ ਸੱਤਾ ਤੋਂ ਬਾਹਰ ਕਿਉਂ ਰਹਿਣਾ ਚਲੋ ਉਹ ਦਾਨ ਸਭਾ ਤੱਕ ਤਾਂ ਪਹੁੰਚ ਗਏ ਇਹ ਚਰਚਾ ਗਲਤ ਇਹ ਚਰਚਾ ਗਲਤ ਇਹ ਚਰਚਾ ਗਲਤ ਹੀ ਦਿੱਖਲੇ ਠੀਕ ਆ ਜੀ ਆਡੀ ਪਾਰਟੀ ਆਡੀ ਪਾਰਟੀ ਗਣੀ ਧਿਆਨ ਦੇ ਲਿਆ ਨਾ ਹੂੰ ਤੇ ਪ੍ਰਦਰੋਹਾਂ ਤਾਂ ਲੜਦੀ ਰਹਿਣਾਗਾ ਉੱਥੇ ਜਿਹੜੇ ਪਹਿਲਾਂ ਦੇ ਆ ਬੰਦੇ ਕਿਦੜ ਬਹੇ ਵਾਲੇ ਉਹਨਾਂ ਨੂੰ ਮਤਲਬ ਡੋਬ ਕੇ ਨਾ ਰੱਖ ਦੇਣ ਇਹ ਮੈਂ ਚਰਚਾ ਉਹਨਾਂ ਦੀ ਵੀ ਹੋ ਰਹੀ ਆ ਕਹਿੰਦੇ ਬਸ ਉਹਨਾਂ ਨੇ ਸਟਾਰਟ ਕਰ ਰੱਖੀ ਆ ਹਾਂ ਬੇਖੂ ਆਦੀ ਨਿਊ ਦੀਪ ਦਾ ਗੇਰ ਕਿਦੋਂ ਨੂੰ ਪਾਉਂਦੇ ਆ ਬਿਲਕੁਲ ਬਿਲਕੁਲ ਚਲੋ ਜੀ ਚਲ ਖਬਰਾਂ ਤਾਂ ਬਹੁਤ ਹੋਊਗਾ ਤੁਸੀਂ ਸਮਝਣਾ ਇੱਥੇ ਮਾਹੌਲ ਸ਼ੌਲ ਕਿਵੇਂ ਆ ਹੁਣ ਸਾਡੇ ਇੱਥੇ ਘੁੰਮਣ ਗਏ ਆ ਬਾਹਰ ਮਾੜਾ ਮਾੜਾ ਦੱਸੋ ਸਾਨੂੰ ਇੱਥੇ ਦਾ ਨਹੀਂ ਉਹ ਸਭ ਕੁਝ ਠੀਕ ਠਾਕ ਆ ਜਿੰਨੇ ਕ ਮੈਨੂੰ ਸੁਨੇਹੇ ਆ ਰਹੇ ਆ ਸੰਵੰਤ ਨੂੰ ਜ਼ਰੂਰ ਲੋਕ ਕਹਿ ਰਹੇ ਆ ਵੀ ਸੰਵੰਤ ਵੀ ਨਾਲ ਆਇਆ ਅੱਛਾ ਅੱਛਾ ਇੱਕ ਸੰਵੰਤ ਇੱਥੇ ਬੈਠਾ ਕਹਿ ਰਿਹਾ ਕਿ ਨਹੀਂ ਯਾਰ ਮੈਂ ਕਿਤੇ ਪੌਡਕਾਸਟਿੰਗ ਕਰਨਾ ਲੋਕ ਸੰਵੰਤ ਨੂੰ ਇੰਨਾ ਪੁੱਛ ਰਹੇ ਵੇਖ ਸੰਵੰਤ ਲੋਕ ਮਿਸ ਕਰ ਰਹੇ ਨੇ ਹੂੰ ਹੂੰ ਉਹ ਗਾਇ ਸੰਵੰਤ ਐਨ ਹੀ ਸਰਪ੍ਰਾਈਜ਼ਿੰਗ ਜਾਊ ਤਾਂ ਜਿੱਦੇ ਗਿਆ ਉਹਨੇ ਸਿੱਧੀ ਕੇ ਜਸਟਨ ਟ੍ਰੂਡੋ ਨਾਲ ਫੋਟੋ ਪਾਣੀ ਜਾ ਕੇ ਜੋ ਕੈਨੇਡਾ ਕਹਿਣਾ ਫੋਟੋ ਪਾਸੀ ਜਸਟਨ ਟ੍ਰੂਡੋ ਨਾਲ ਇੱਕ ਮਤਲਬ ਜਾਊਗਾ ਇੰਟਰਵਿਊ ਕਰਨ ਕੇ ਜਦੋਂ ਇਲੈਕਸ਼ਨ ਨੂੰ ਜਲਦ ਆਉਣ ਜਾ ਰਹੇ ਉੱਥੇ ਹੀ ਸ਼ਾਇਦ ਹੂੰ ਹੂੰ ਸਹੀ ਹੈ ਤੇ ਉਦੋਂ ਫਿਰ ਜਸਟਨ ਟ੍ਰੂਡੋ ਕੋ ਜਾਊਗਾ ਫਿਰ ਉਦੋਂ ਸ਼ਾਟ ਲੈ ਕੇ ਆਊਗਾ ਸਗਵੰਤਾ ਕਿ ਨਹੀਂ ਸਗਵੰਤਾ ਬਾਈ ਨੂੰ ਕਹਦੇ ਇੰਟਰਵਿਊ ਕਰ ਦੂਗਾ ਪਿੱਛੇ ਮੇਰੇ ਨਾਲ ਹੀ ਭਾਗੀ ਕਹਿੰਦਾ ਕਹਿੰਦਾ ਰਤਨ ਇੰਟਰਵਿਊ ਕਰ ਲੇ ਤਾਂ ਮੈਂ ਨਾਲ ਜਾਊਂ ਬਸ ਕੋਈ ਚੱਕਰ ਨਹੀਂ ਕਹਿੰਦਾ ਫਿਰ ਤਾਂ ਠੀਕ ਹੈ ਕੋਈ ਨਹੀਂ ਜੇ ਆਪਾਂ ਇਹ ਕੰਮ ਲਈ ਗਏ ਫਿਰ ਆਪਾਂ ਜ਼ਰੂਰ ਹਾਂ ਰੱਬ ਸੁਖ ਰੱਖੇ ਕਿ ਤੇ ਦਿਨ ਵੀ ਆ ਜਾਣਾ ਸੁਖਾਂਸਿਆਂ ਮਤਲਬ ਹੋਰ ਠੀਕ ਹੈ ਤੇ ਕੋਈ ਖਾਣ ਪੀਣ ਦੀ ਮੁਸ਼ਕਲ ਤਾਂ ਨਹੀਂ ਹੈਗੀ ਜੀ ਨਹੀਂ ਠੀਕ ਹੈ ਜੀ ਛੱਡ ਦੀ ਗੱਲਾ ਸਭ ਕੁਝ ਹੂੰ ਤੇ ਫਿਰ ਠੀਕ ਹੈ ਫਿਰ ਆਪਾਂ ਮਿਲਦੇ ਚਲੋ ਹੁਣ ਮੰਗਲਵਾਰ ਨੂੰ ਠੀਕ ਹੈ ਜੀ ਜੀ ਹਾਂ ਜੀ ਧੰਨਵਾਦ ਜੀ ਜੀ ਧੰਨਵਾਦ ਧੰਨਵਾਦ ਤਾਂ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਪੌਡਕਾਸਟ ਤੇ ਇੰਨਾ ਸਮਾਂ ਤੱਕ ਜੁੜੇ ਰਹੇ ਨੇ ਤتن ਬਸ ਇੱਕ ਹਫਤਾ ਹੋਰ ਬਾਅਦ ਨੇ ਤੇ ਉਹ ਇੱਕ ਹਫਤੇ ਬਾਅਦ ਲਗਭਗ ਆਪਣੇ ਕੋਲੇ ਆ ਜਾਣਗੇ ਤੇ ਫਿਰ ਆਪਾਂ ਪਹਿਲਾਂ ਦੇ ਵਾਂਗ ਹੀ ਸਾਹਮਣੇ ਦੇ ਦੇਖ ਕੇ ਪੌਡਕਾਸਟ ਕਰਿਆ ਕਰਾਂਗੇ ਤੇ ਹਮੇਸ਼ਾ ਸਾਨੂੰ ਵੀ ਇੱਕ ਕੰਟੀਨਿਊ ਰੱਖੀਏ ਮਤਲਬ ਮੇਨ ਹੁੰਦਾ ਕਿ ਆਪਣੇ ਦਰਸ਼ਕਾਂ ਦੇ ਤੱਕ ਕੋਈ ਨਾ ਕੋਈ ਕੰਟੈਂਟ ਪਹੁੰਚਦਾ ਰਹੇ ਉਹਨਾਂ ਨੂੰ ਇਹ ਨਾ ਲੱਗੇ ਕਿ ਜਿਹੜੇ ਸਾਡਾ ਜਿਹੜਾ ਪੂਰਾ ਅਸੀਂ ਸਬਸਕ੍ਰਾਈਬ ਕੀਤਾ ਹੈ ਜਿਹੜਾ ਐਪ ਤੇ ਜਾ ਕੇ ਅਸੀਂ ਪੈਸੇ ਭਰੇ ਆ ਜਾਂ ਕਿ ਲਹਿਰ ਬਣੀ ਹੋਈ ਸੀ ਕਿ ਵੋਟਾਂ ਪਰ ਟੁੱਟ ਗਈ ਮਤਲਬ ਸੀ ਕੋਸ਼ਿਸ਼ ਕਰ ਰਹੇ ਲਗਾਤਾਰ ਕੰਟੀਨਿਊ ਰੱਖਣ ਦੀ ਕਿ ਅਸੀਂ ਕੰਟੀਨਿਊ ਰੱਖੀਏ ਤੁਹਾਡੇ ਕੋਲ ਅਸੀਂ ਲਗਾਤਾਰ ਸਾਰੇ ਸ਼ੋਅ ਲੈ ਕੇ ਆਉਂਦੇ ਰਾਵਾਂਗੇ ਮੰਗਲਵਾਰ ਨੂੰ ਇਹੀ ਜੇ ਅੱਜ ਵਾਲਾ ਪੋਡਕਾਸਟ ਹੋਇਆ ਸ਼ਨੀਵਾਰ ਵਾਲਾ ਇਸ ਤਰੀਕੇ ਨਾਲ ਮੰਗਲਵਾਰ ਪੋਡਕਾਸਟ ਵੀ ਆਊਗਾ ਜਿਹੜਾ ਵੀਰਵਾਰ ਨੂੰ ਆਉਂਦਾ ਪੋਡਕਾਸਟ ਉਹ ਵੀ ਉਸੇ ਤਰ੍ਹਾਂ ਆਊਗਾ ਯਾ ਟੈਲੀਫੋਨ ਵਾਲਾ ਪੋਡਕਾਸਟ ਹੁੰਦਾ ਉਹ ਵੀ ਉਸੇ ਤਰ੍ਹਾਂ ਰਿਕਾਰਡ ਹੋਊਗਾ ਤੇ ਸ਼ਨੀਵਾਰ ਵਾਲਾ ਵੀ ਥੋੜਾ ਰਤਨ ਜੀ ਗਾਇਬ ਰਹਿਣਗੇ ਬਸ ਗੈਬ ਤਾਂ ਵੀਡੀਓ ਤੌਰ ਤੇ ਹੀ ਆਪਣੇ ਕੋਲ ਆডিও ਤੌਰ ਤੇ ਉਪਲਬਧ ਹੈਗੇ ਨੇ ਬਸ ਹਫਤੇ ਤੋਂ ਬਾਅਦ ਥੋੜਾ ਜਿਹਾ ਫਿਰ ਪਹਿਲਾਂ ਵਾਂਗ ਹੋ ਜੂਗਾ ਤੇ ਤੁਸੀਂ ਸਾਰੇ ਨਾ ਰਹੋ ਤੇ ਤੁਸੀਂ ਸੁਝਾਅ ਭੇਜੋ ਸਾਨੂੰ ਹੁਣ ਮਤਲਬ ਹੁਣ ਉਹ ਸਮਾਂ ਆ ਗਿਆ ਜਦੋਂ ਇਲੈਕਸ਼ਨ ਖਤਮ ਹੋ ਗਿਆ ਤੇ ਆਪਾਂ ਹੁਣ ਗੱਲਬਾਤ ਕਰਿਆ ਕਰਨੀ ਆ ਮਸਲਿਆਂ ਨੂੰ ਲੈ ਕੇ ਕਿ ਆਖਰਕਾਰ ਕਿਹੜੇ ਕਿਹੜੇ ਇਸ਼ੂ ਨੇ ਜਿਨ੍ਹਾਂ ਦੇ ਬਾਬਤ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਉਹ ਰਿਵਰਸ ਮਾਈਗ੍ਰੇਸ਼ਨ ਹੋਵੇ ਪੰਜਾਬ ਵਿੱਚ ਨੌਕਰੀਆਂ ਨੂੰ ਲੈ ਕੇ ਹੋਵੇ ਪੰਜਾਬ ਵਿੱਚ ਨਸ਼ਾ ਹੋਵੇ ਪੰਜਾਬ ਦਾ ਕੋਈ ਜਿਵੇਂ ਆਰਗੇਨਿਕ ਖੇਤੀ ਹੋਵੇ ਜਾਂ ਕੋਈ ਵੀ ਮਾਮਲਾ ਜੇ ਤੂੰ ਸੋਣੇ ਹੋ ਕਿ ਐਕਸਪਲੇਨ ਦੇ ਵਿੱਚ ਕੋਈ ਪੋਡਕਾਸਟ ਹੋਵੇ ਜਾਂ ਟਾਕਰਤਨ ਦੇ ਉੱਪਰ ਕੋਈ ਇੰਟਰਵਿਊ ਹੋਣ ਤਾਂ ਆਪਣੇ ਸੁਝਾਅ ਸਾਨੂੰ ਛੇਤੀ ਭੇਜੋ ਮਤਲਬ ਹੁਣ ਟਾਈਮ ਆ ਗਿਆ ਜਦੋਂ ਆਪਾਂ ਖੁੱਲ ਕੇ ਕਿਉਂਕਿ ਇਹ ਇਲੈਕਸ਼ਨ ਵਾਲਾ ਕੰਮ ਨਿਬੜ ਗਿਆ ਹੁਣ ਆਪਾਂ ਘਾਈ ਵਾਲਾ ਕੰਮ ਨਿਬੜ ਗਿਆ ਹੁਣ ਤਾਂ ਹੁਣ ਮਸਲਿਆਂ ਦੇ ਉੱਪਰ ਗੱਲ ਕਰਨ ਦਾ ਟਾਈਮ ਆ ਗਿਆ ਤੇ ਤੁਹਾਡੇ ਕੋਲ ਸੀਨ ਲਗਾ ਤੁਹਾਡੇ ਪੋਡਕਾਸਟ ਲੈ ਕੇ ਹੁੰਦੇ ਰਾਵਾਂਗੇ ਤੇ ਪਹਿਲਾਂ ਦੇਵਾਂਗੇ ਤੂੰ ਸਾਡੇ ਨਾਲ ਸਾਥ ਬਣਾਈ ਰੱਖੋ ਤੇ ਜਿਹੜੇ ਦੋਸਤ ਲਗਾਤਾਰ ਕੰਟ੍ਰਿਬਿਊਟ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕਮੈਂਟਾਂ ਵਿੱਚ ਥੋੜੀ ਜਿਹੜੀ ਭਾਸ਼ਾ ਵਧੀਆ ਕੋਈ ਇੱਕ ਅੱਧਾ ਕਮੈਂਟਾ ਹੁੰਦਾ ਤੇ ਮੜੀ ਜਾਦੀ ਜਿਹੜੀ ਭਾਸ਼ਾ ਠੀਕ ਰੱਖੋ ਮਤਸੀਂ ਹਰੇਕ ਦੇ ਵਿਚਾਰਾਂ ਦੀ ਉਹ ਸਨਮਾਨ ਕਰਦੇ ਆਂ ਤੁਸੀਂ ਸਾਡੇ ਨਾਲ ਸਹਿਮਤ ਹੈਗੇ ਹੋ ਜਾਂ ਹੈ ਨਹੀਂ ਉਹ ਇੱਕ ਵੱਖਰਾ ਵਿਸ਼ਾ ਹੁੰਦਾ ਪਰ ਅਸੀਂ ਹਰੇਕ ਦਾ ਸਨਮਾਨ ਕਰਦੇ ਆਂ ਚਲੋ ਜੀ ਆਪਾਂ ਹੁਣ ਮਿਲਦੇ ਆਂ ਮੰਗਲਵਾਰ ਨੂੰ ਧੰਨਵਾਦ ਅਸੀ ਕਾਲ ਜੀ ਕੋਈ ਵੱਖਰਾ ਸੌਨ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਆ